ਹੈਲੋ ਫਰੈਂਡਸ ਵੈਲਕਮ ਟੂ ਆਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬ੍ਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾਈ ਰੈਮਡ ਮਰਫੀ 5th ਐਡੀਸ਼ਨ ਔਰ ਜਿਹੜੀ ਯੂਨਿਟ ਆਪਾਂ ਉਹ ਯੂਨਿਟ ਕਰਾਂਗੇ ਯੂਨਿਟ ਨੰਬਰ 3rd 3rd ਨੰਬਰ ਜਿਹੜੀ ਯੂਨਿਟ ਆਪਾਂ ਕਰਾਂਗੇ ਇਸ ਦੇ ਵਿੱਚ ਦੇਖੋ ਆਪਾਂ ਨੇ ਕੀ ਕਰਨਾ ਹੈ ਪ੍ਰੈਜ਼ੈਂਟ ਕੰਟੀਨਿਊਸ ਐਂਡ ਪ੍ਰੈਜ਼ੈਂਟ ਸਿੰਪਲ ਹੁਣ ਦੇਖੋ ਫਸਟ ਯੂਨਿਟ ਦੇ ਵਿੱਚ ਆਪਾਂ ਕੀਤਾ ਸੀ ਪ੍ਰੈਜ਼ੈਂਟ ਕੰਟੀਨਿਊਸ ਔਰ ਸੈਕਿੰਡ ਯੂਨਿਟ ਦੇ ਵਿੱਚ ਆਪਾਂ ਕੀਤਾ ਸੀ ਪ੍ਰੈਜ਼ੈਂਟ ਸਿੰਪਲ ਜਾਂ ਫਿਰ ਪ੍ਰੈਜ਼ੈਂਟ ਇਨਡੈਫੀਨੇਟ ਜਿਸ ਨੂੰ ਆਪਾਂ ਕਹਿ ਦਿੰਨੇ ਆ ਹੁਣ ਜਿਹੜੀ ਇਹ ਥਰਡ ਆਪਣੀ ਯੂਨਟ ਹੈ ਹੁਣ ਆਪਾਂ ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਕੰਪੇਅਰ ਕਰ ਰਹੇ ਹਾਂ ਕੰਪੇਅਰ ਮਤਲਬ ਕਿ ਦੇਖੋ ਕੱਲੀ-ਕੱਲੀ ਯੂਨਟ ਤਾਂ ਆਪਾਂ ਨੂੰ ਪਤਾ ਚੱਲ ਗਿਆ ਕਿ ਪ੍ਰੈਜ਼ੈਂਟ ਕੰਟੀਨਿਊਸ ਆਪਾਂ ਕਿਸ ਸਥਿਤੀ ਦੇ ਵਿੱਚ ਯੂਜ਼ ਕਰਦੇ ਹਾਂ ਆਪਾਂ ਤੁਹਾਨੂੰ ਸਮਝਾਇਆ ਠੀਕ ਹੈ ਔਰ ਪ੍ਰੈਜ਼ੈਂਟ ਇਨਡੈਫੀਨੇਟ ਆਪਾਂ ਕਿਸ ਸਿਚੁਏਸ਼ਨ ਦੇ ਵਿੱਚ ਯੂਜ਼ ਕਰਦੇ ਹਾਂ ਉਹ ਵੀ ਤੁਹਾਨੂੰ ਸਮਝਾਤਾ ਹੁਣ ਆਪਾਂ ਐਗਜ਼ਾਮਪਲਸ ਦੇ ਨਾਲ ਇੱਕ ਦੂਸਰੇ ਨੂੰ ਕੰਪੇਅਰ ਆਪਾਂ ਕਰਕੇ ਦੇਖਾਂਗੇ ਕਿ ਕਦੋਂ ਆਪਾਂ ਪ੍ਰੈਜ਼ੈਂਟ ਇੰਡੈਫਿਨਿਟ ਯੂਜ਼ ਕਰਨਾ ਹੈ ਕਦੋਂ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਯੂਜ਼ ਕਰਨਾ ਹੈ ਇੱਕ ਵਾਰ ਦੁਬਾਰਾ ਵੀ ਆਪਾਂ ਇਹਨਾਂ ਬਾਰੇ ਪੜ੍ਹਾਂਗੇ ਕਿ ਪ੍ਰੈਜ਼ੈਂਟ ਕੰਟੀਨਿਊਸ ਆਪਾਂ ਕਦੋਂ ਯੂਜ਼ ਕਰਦੇ ਹਾਂ ਔਰ ਪ੍ਰੈਜ਼ੈਂਟ ਜਿਹੜਾ ਸਿੰਪਲ ਆਪਾਂ ਕਦੋਂ ਯੂਜ਼ ਕਰਦੇ ਹਾਂ ਕਿਉਂਕਿ ਐਕਸਰਸਾਈਜ਼ਸ ਦੇ ਵਿੱਚ ਆਪਾਂ ਨੂੰ ਮਿਕਸ ਹੋਣਗੇ ਕੋਈ ਸੈਂਟੈਂਸ ਆਪਾਂ ਨੇ ਪ੍ਰੈਜ਼ੈਂਟ ਕੰਟੀਨਿਊਸ ਬਣਾਉਣਾ ਹੋਵੇਗਾ ਕੋਈ ਪ੍ਰੈਜ਼ੈਂਟ ਸਿੰਪਲ ਤਾਂ ਜੇਕਰ ਇਹਨਾਂ ਦੇ ਰੂਲਸ ਆਪਾਂ ਨੂੰ ਪਤਾ ਹੋਣਗੇ ਕਿ ਕਦੋਂ ਪ੍ਰੈਜ਼ੈਂਟ ਹੁਣ ਦੇਖੋ ਸਭ ਤੋਂ ਪਹਿਲਾਂ ਇਹ ਕੰਪੇਅਰ ਕਰੋ ਦੇਖੋ ਇਸ ਸਾਈਡ ਆਪਣੇ ਕੋਲ ਹੈਗਾ ਪ੍ਰੈਜ਼ੈਂਟ ਕੰਟੀਨਿਊਸ ਕਿ ਪ੍ਰੈਜ਼ੈਂਟ ਕੰਟੀਨਿਊਸ ਆਪਾਂ ਕਿਸ ਸਿਚੁਏਸ਼ਨ ਦੇ ਵਿੱਚ ਬਣਾਉਣਾ ਹੈ ਇਸ ਸਾਈਡ ਹੈ ਪ੍ਰੈਜ਼ੈਂਟ ਸਿੰਪਲ ਜਾਂ ਪ੍ਰੈਜ਼ੈਂਟ ਇਨਡੈਫਿਨਿਟ ਆਪਾਂ ਕਿਸ ਸਿਚੁਏਸ਼ਨ ਦੇ ਵਿੱਚ ਬਣਾਉਣਾ ਹੈ ਦੋਵਾਂ ਨੂੰ ਆਪਾਂ ਕੰਪੇਅਰ ਕਰਦੇ ਜਾਵਾਂਗੇ ਸਾਥ-ਸਾਥ ਦੇਖੋ ਸਭ ਤੋਂ ਪਹਿਲਾਂ ਦੇਖੋ ਸ਼ੁਰੂਆਤ ਕਰੋ ਠੀਕ ਹੈ ਲਿਖਦੇ ਜਾਣਾ ਦੇਖੋ ਵੀ ਯੂਜ਼ ਦ ਕੰਟੀਨਿਊਸ ਅਸੀਂ ਕੰਟੀਨਿਊਸ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦਾ ਯੂਜ਼ ਕਦੋਂ ਕਰਦੇ ਹਾਂ ਫਾਰ ਥਿੰਗਸ ਹੈਪਨਿੰਗ ਐਟ অর around the time speaking ਇਹਦਾ ਮਤਲਬ ਕੀ ਹੋਇਆ the condition is not complete ਵੀ ਜਦੋਂ ਕੰਡੀਸ਼ਨ ਕੰਪਲੀਟ ਨਹੀਂ ਹੁੰਦੀ ਇਹਦਾ ਮਤਲਬ ਇਹ ਕਹਿ ਰਹੇ ਨੇ ਵੀ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਆਪਾਂ ਉਦੋਂ ਯੂਜ਼ ਕਰਦੇ ਆਂ ਵੀ ਜਿਸ ਵਕਤ ਆਪਾਂ ਬੋਲ ਰਹਾਂ ਜਿਸ ਵਕਤ ਆਪਾਂ ਬੋਲ ਰਹਾਂ ਜਿਸ ਆਪਣੇ ਕੰਮ ਦੇ ਬਾਰੇ ਗੱਲ ਕਰ ਰਹਾਂ ਕਿਰਿਆ ਦੇ ਬਾਰੇ ਜਿਸ ਕਿਰਿਆ ਦੇ ਬਾਰੇ ਕੰਮ ਗੱਲ ਕਰ ਰਹਾਂ ਉਹ ਆਪਣੀ ਜਿਹੜੀ ਕਿਰਿਆ ਉਸ ਵਕਤ ਚੱਲ ਰਹੀ ਹੈ ਉਸ ਵਕਤ ਮਿਡਲ ਦੇ ਵਿੱਚ ਹੈ ਕੰਪਲੀਟ ਨਹੀਂ ਹੋਈ ਮਤਲਬ ਜਿਹੜੀ ਆਪਣੀ ਉਹ ਕਿਰਿਆ ਹੈ ਦ ਐਕਸ਼ਨ ਹੈ ਜਿਹੜਾ ਆਪਣਾ ਇਜ਼ ਨਾਟ ਕੰਪਲੀਟ ਉਹ ਕੰਪਲੀਟ ਨਹੀਂ ਹੈਗਾ ਮੰਨ ਲਓ ਆਪਾਂ ਬੁੱਕ ਪੜ੍ਹ ਰਹੇ ਹਾਂ ਆਪਾਂ ਨੂੰ ਕੋਈ ਪੁੱਛੇ ਵੀ ਕੀ ਕਰ ਰਹੇ ਹੋ ਆਪਾਂ ਹੁਣ ਕਿਤਾਬ ਪੜ੍ਹਦੇ ਜਾ ਰਹੇ ਹਾਂ ਕੰਟੀਨਿਊਸ ਆਪਾਂ ਇਹਨੂੰ ਦੱਸ ਰਹੇ ਹਾਂ ਕਿ ਮੈਂ ਕਿਤਾਬ ਪੜ੍ਹ ਰਿਹਾ ਹਾਂ ਦੇਖੋ ਰਿਹਾ ਹੈਗਾ ਆਈ ऍम ਰੀਡਿੰਗ ਅ ਬੁੱਕ ਮਤਲਬ ਜਿਹੜਾ ਆਪਣਾ ਐਕਸ਼ਨ ਹੈ ਜੋ ਆਪਣਾ ਕਿਰਿਆ ਹੈ ਕਿਤਾਬ ਪੜ੍ਹਨ ਦਾ ਕੰਮ ਹੈ ਉਹ ਚੱਲ ਰਿਹਾ ਹਲੇ ਕੰਪਲੀਟ ਨਹੀਂ ਹੋਇਆ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਉਹ ਚੱਲ ਰਿਹਾ ਹੈ ਠੀਕ ਹੈ ਰਹਾ ਹੈ ਰਹੀ ਹੈ ਤੋਂ ਅਸੀਂ ਦੱਸਿਆ ਸੀ ਆਪਾਂ ਉਹਨੂੰ ਕੰਟੀਨਿਊਸ ਕੰਟੀਨਿਊਸ ਟੈਂਸ ਹੈ ਜਿਹੜਾ ਉਹਦੋਂ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਣੀ ਕਿਰਿਆ ਚੱਲ ਰਹੀ ਹੈ ਬਟ ਪ੍ਰੈਜ਼ੈਂਟ ਸਿੰਪਲ ਜਾਂ ਪ੍ਰੈਜ਼ੈਂਟ ਇਨਡੈਫਿਨਿਟ ਆਪਾਂ ਕਦੋਂ ਯੂਜ਼ ਕਰਦੇ ਹਾਂ ਦੇਖੋ ਵੀ ਯੂਜ਼ ਦਾ ਸਿੰਪਲ ਫਾਰ ਥਿੰਗਸ ਇਨ ਜਨਰਲ ਇੱਕ ਤਾਂ ਆਪਾਂ ਪ੍ਰੈਜ਼ੈਂਟ ਸਿੰਪਲ ਉਹਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕਿਸੇ ਵੀ ਚੀਜ਼ਾਂ ਬਾਰੇ ਜਨਰਲਲੀ ਆਪਾਂ ਗੱਲ ਕਰ ਰਹੇ ਹੁੰਦੇ ਹਾਂ ਜਨਰਲ ਕਿਸ ਤਰ੍ਹਾਂ ਮੰਨ ਲਓ ਆਪਾਂ ਕਿਸੇ ਚੀਜ਼ ਦੀ ਜਾਣਕਾਰੀ ਦੇ ਰਹੇ ਹਈਏ ਇਕ ਤਾਂ ਦੇਖੋ ਆਪਾਂ ਕਿਤਾਬ ਪੜ ਰਹੇ ਹਾਂ ਆਪਾਂ ਕ੍ਰਿਕਟ ਖੇਡ ਰਹੇ ਹਾਂ ਆਪਣੀ ਕਿਰਿਆ ਅੱਧ ਵਿਚਾਲੇ ਚੱਲ ਰਹੀ ਹੈ ਤਾਂ ਪ੍ਰੈਜ਼ੈਂਟ ਕੰਟੀਨਿਊਸ ਹੋ ਗਿਆ ਮੈਂ ਖੇਡ ਰਿਹਾ ਹਾਂ ਮੈਂ ਕਿਤਾਬ ਪੜ ਰਿਹਾ ਹਾਂ ਵੀ ਜਿਸ ਵਕਤ ਬੋਲ ਰਿਹਾ ਹਾਂ ਆਪਣੀ ਉਸ ਵਕਤ ਤੋਂ ਕਿਰਿਆ ਜਿਹੜੀ ਚੱਲ ਰਹੀ ਹੈ ਔਰ ਇੱਕ ਆਪਾਂ ਕਿਸੇ ਚੀਜ਼ ਬਾਰੇ ਮੰਨ ਲਓ ਜਾਣਕਾਰੀ ਦੇ ਰਿਹਾ ਜਾਣਕਾਰੀ ਕਿਸ ਤਰ੍ਹਾਂ ਮੰਨ ਲਓ ਆਪਾਂ ਕਹਿੰਦੇ ਹਾਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਦਾ ਹੈ ਦੀ ਹੈ ਦੇਖੋ ਆ ਗਿਆ ਹਨਾ ਇਹ ਆਪਾਂ ਜਾਣਕਾਰੀ ਦੇ ਰਿਹਾ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਪ੍ਰੈਜ਼ੈਂਟ ਇੰਡੈਫਿਨਿਟ ਸੂਰਜ ਸਾਨੂੰ ਗਰਮੀ ਦਿੰਦਾ ਹੈ the present indefinite ਜਦੋਂ ਇਸ ਪ੍ਰਕਾਰ ਦੀ ਆਪਾਂ ਕੋਈ ਜਾਣਕਾਰੀ ਦਿੰਨੇ ਆ ਜਨਰਲ ਜਨਰਲ ਕਿਸੇ ਬਾਰੇ ਆਪਾਂ ਗੱਲ ਕਰਦੇ ਆ ਕਿਸੇ ਚੀਜ਼ ਦੇ ਬਾਰੇ ਤਾਂ ਪ੍ਰੈਜ਼ੈਂਟ ਸਿੰਪਲ ਜਾਂ ਫਿਰ ਉਸ ਤੋਂ ਇਲਾਵਾ ਔਰ ਥਿੰਗਸ ਦੈਟ ਹੈਪਨ ਰਿਪੀਟਿਡਲੀ ਇਹ ਗੱਲ ਯਾਦ ਰੱਖਣੀ ਹੈ ਇੱਕ ਜਦੋਂ ਆਪਾਂ ਕਿਸੇ ਅਜਿਹੀ ਕਿਰਿਆ ਦੇ ਬਾਰੇ ਗੱਲ ਕਰਦੇ ਆ ਵੀ ਜਿਹੜੀ बार-बार बार-बार ਰਿਪੀਟ ਹੁੰਦੀ ਹੈ ਵੀ ਜਿਹੜਾ ਕੰਮ ਆਪਾਂ ਹਰ ਰੋਜ਼ ਹਰ ਰੋਜ਼ ਬਾਰ-ਬਾਰ ਕਰਦੇ ਆ ਉੱਥੇ ਵੀ ਆਪਾਂ ਪ੍ਰੈਜ਼ੈਂਟ ਸਿੰਪਲ ਦਾ ਯੂਜ਼ ਕਰਦੇ ਆ ਜਿਸ ਤਰ੍ਹਾਂ ਆਪਾਂ ਕਹੀਏ ਮੈਂ ਹਰ ਰੋਜ਼ ਕ੍ਰਿਕਟ ਖੇਡਦਾ ਹਾਂ ਹੁਣ ਆਪਾਂ ਇੱਥੇ ਗੱਲ ਕੀ ਕਰ ਰਹੇ ਹਾਂ ਆਪਾਂ ਜਿਸ ਵਕਤ ਬੋਲ ਰਹੇ ਹਾਂ ਆਪਾਂ ਉਸ ਵਕਤ ਕ੍ਰਿਕਟ ਖੇਡ ਨਹੀਂ ਰਹੇ ਆਪਾਂ ਆਪਣਾ ਰਿਪੀਟਡ ਜਿਹੜਾ ਐਕਸ਼ਨ ਹੈ ਵੀ ਰਿਪੀਟਡ ਐਕਸ਼ਨ ਮੈਂ ਹਰ ਰੋਜ਼ ਬਾਰ-ਬਾਰ ਇਹ ਕੰਮ ਕਰਦਾ ਮੈਂ ਹਰ ਰੋਜ਼ ਕ੍ਰਿਕਟ ਖੇਡਦਾ ਹਾਂ ਇਹ ਆਪਾਂ ਦੱਸ ਰਹੇ ਹਾਂ ਵੀ ਮੇਰਾ ਰਿਪੀਟਡ ਐਕਸ਼ਨ ਕੀ ਹੈ ਮੈਂ ਹਰ ਰੋਜ਼ ਕੰਮ ਬਾਰ-ਬਾਰ ਬਾਰ-ਬਾਰ ਖੇਡਣ ਦਾ ਕੰਮ ਕਰਦਾ ਤਾਂ ਪ੍ਰੈਜ਼ੈਂਟ ਇਨਡੈਫਿਨਿਟ ਹੋ ਗਿਆ ਬਟ ਜੇਕਰ ਜਿਸ ਵਕਤ ਆਪਾਂ ਬੋਲ ਰਹੇ ਹਾਂ ਉਸ ਵਕਤ ਆਪਾਂ ਖੇਡ ਰਹੇ ਹਾਂ ਗਰਾਊਂਡ ਦੇ ਵਿੱਚ ਮੈਂ ਕ੍ਰਿਕਟ ਖੇਡ ਰਿਹਾ ਹਾਂ ਫਿਰ ਪ੍ਰੈਜ਼ੈਂਟ ਕੰਟੀਨਿਊਸ ਠੀਕ ਹੈ ਆਪਾਂ ਕੁਝ ਵੀ ਮੈਂ ਹਰ ਰੋਜ਼ ਸਕੂਲ ਜਾਂਦਾ ਹਾਂ ਰਿਪੀਟਡ ਐਕਸ਼ਨ ਹੋ ਗਿਆ ਠੀਕ ਹੈ ਮੈਂ ਹਰ ਰੋਜ਼ ਕਿਤਾਬ ਪੜ੍ਹਦਾ ਹਾਂ ਦੇਖੋ ਇਹ ਰਿਪੀਟਡ ਐਕਸ਼ਨ ਹੋ ਗਿਆ ਵੀ ਜਿਹੜਾ ਕਿਤਾਬ ਪੜ੍ਹਨ ਦਾ ਕੰਮ ਹੈ ਮੈਂ ਹਰ ਰੋਜ਼ ਕਰਦਾ ਮੇਰੇ ਰਿਪੀਟ ਹੁੰਦਾ ਕੰਮ ਮੇਰਾ ਤਾਂ ਉੱਥੇ ਆਪਾਂ ਪ੍ਰੈਜ਼ੈਂਟ ਸਿੰਪਲ ਦਾ ਯੂਜ਼ ਕਰਾਂਗੇ ਆਈ ਹੋਪ ਕਿ ਸਮਝ ਗਏ ਤੁਸੀਂ ਪਰ ਐਗਜ਼ਾਮਪਲ ਦੇ ਨਾਲ ਦੇਖੋ ਕਲੀਅਰ ਥੋੜਾ ਜਿਆ ਹੋਰ ਹੋ ਜਾਊਗਾ ਦੇਖੋ ਇੱਧਰ ਕੰਟੀਨਿਊਸ ਦੀ ਐਗਜ਼ਾਮਪਲ ਦ ਵਾਟਰ ਇਜ਼ ਦੇਖੋ ਬਹੁਤ ਵਧੀਆ ਐਗਜ਼ਾਮਪਲ ਹੈ ਦੋਵਾਂ ਨੂੰ ਮੈਚ ਕਰਕੇ ਦੇਖਿਓ ਇੱਥੇ ਆਪਾਂ ਕੀ ਕਹਿ ਰਹੇ ਹਾਂ ਦ ਵਾਟਰ ਇਜ਼ ਬੋਇ ਕਹਿੰਦਾ ਧਿਆਨ ਦਿਓ ਵਾਟਰ ਇਜ਼ ਬੋਇਲਿੰਗ ਪਾਣੀ ਉਬਲ ਰਿਹਾ ਹੈ ਮੰਨ ਲਓ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਆਪਾਂ ਕਿਸੇ ਨੂੰ ਦੱਸ ਰਹੇ ਹਾਂ ਵੀ ਆਪਣੇ ਸਾਹਮਣੇ ਜਿਹੜਾ ਪਾਣੀ ਹੈ ਉਹ ਉਬਲ ਰਿਹਾ ਹੈ ਆਪਣੇ ਸਾਹਮਣੇ ਕਿਰਿਆ ਚੱਲ ਰਹੀ ਹੈ ਉਬਲਣ ਦੀ ਤਾਂ ਆਪਾਂ ਕਹਿ ਰਹੇ ਹਾਂ ਵੀ ਪਾਣੀ ਉਬਲ ਰਿਹਾ ਹੈ ਵੀ ਧਿਆਨ ਦਿਓ ਬਟ ਇਧਰਲੀ ਐਗਜ਼ਾਮਪਲ ਦੇ ਵਿੱਚ ਦੇਖੋ ਵਾਟਰ ਬੋਇਲਸ ਐਟ 100 ਡਿਗਰੀ ਸੈਲਸੀਅਸ ਇੱਥੇ ਆਪਾਂ ਜਾਣਕਾਰੀ ਦੇ ਰਹੇ ਹਾਂ ਪਾਣੀ ਦੇ ਉਬਲਣ ਦੇ ਲਈ ਵੀ ਪਾਣੀ ਜਿਹੜਾ 100 ਡਿਗਰੀ ਤੇ ਉਬਲਦਾ ਹੈ ਇੱਥੇ ਪਾਣੀ ਉਬਲ ਨਹੀਂ ਰਿਹਾ ਆਪਣੇ ਸਾਹਮਣੇ ਪਾਣੀ ਨਹੀਂ ਪਿਆ ਕੇ ਉਬਲਣ ਲੱਗ ਰਿਹਾ ਨਹੀਂ ਆਪਾਂ ਇੱਥੇ ਸਿਰਫ ਇੱਕ ਜਨਰਲ ਜਿਹੜੀ ਗੱਲ ਹੈ ਉਹ ਕਰ ਰਿਹਾ ਵੀ ਪਾਣੀ ਭਈ 100 ਡਿਗਰੀ ਤੇ ਉਬਲਦਾ ਹੈ ਆਪਾਂ ਜਾਣਕਾਰੀ ਦੇ ਰਿਹਾ ਪਾਣੀ ਦੇ ਬਾਰੇ ਤਾਂ ਇਹ ਪ੍ਰੈਜ਼ੈਂਟ ਇਨਡੈਫਿਨਿਟ ਹੋ ਗਿਆ ਠੀਕ ਹੈ ਅਗਲੀ ਐਗਜ਼ਾਮਪਲ ਦੇਖੋ 让我们 ਗੋ ਆਪਾਂ ਕਿਸ ਨੂੰ ਕਹ ਰਹੇ ਹਾਂ ਚਲੋ ਚਲਿਏ 让我们 ਗੋ ਇਟ ਇਜ਼ ਨਾਟ ਰੇਨਿੰਗ ਆਊਟਸਾਈਡ ਵੀ ਬਾਹਰ ਜਿਹੜੀ ਬਰਖਾ ਨਹੀਂ ਹੋ ਰਹੀ ਹੈ ਇੱਥੇ ਕਿਰਿਆ ਹੋਣ ਦੀ ਗੱਲ ਹੋ ਰਹੀ ਹੈ ਵੀ ਬਰਖਾ ਹੋਣ ਦੀ ਜਿਹੜੀ ਕਿਰਿਆ ਹੈ ਉਹ ਚੱਲ ਨਹੀਂ ਰਹੀ ਆਪਾਂ ਕਿਰਿਆ ਦੇ ਚੱਲਣ ਦੇ ਬਾਰੇ ਕਹਿ ਰਿਹਾ ਵੀ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਬਟ ਇੱਧਰ ਦੇਖੋ ਇਟ ਡਸ ਨਾਟ ਰੇਨ ਵੈਰੀ ਮਚ ਇਨ ਸਮਰ ਇੱਥੇ ਆਪਾਂ ਜਾਣਕਾਰੀ ਦੇ ਰਹੇ ਹਾਂ ਰੇਨ ਦੇ ਬਾਰੇ ਵੀ ਸਮਰ ਦੇ ਵਿੱਚ ਜਿਹੜੀ ਰੇਨ ਹੈ ਉਹ ਜ਼ਿਆਦਾ ਨਹੀਂ ਹੁੰਦੀ ਠੀਕ ਹੈ ਸਮਰ ਦੇ ਵਿੱਚ ਰੇਨ ਜ਼ਿਆਦਾ ਨਹੀਂ ਹੁੰਦੀ ਇੱਥੇ ਸਮਰ ਆਏਗਾ ਜਾਂ ਵਿੰਟਰ ਆਏਗਾ ਤੁਸੀਂ ਦੇਖ ਲਓ ਖੁਦ ਆਈ ਹੋਪ ਕਿ ਸਮਰੀ ਲਿਖਿਆ ਹੋਇਆ ਸੀ ਤੁਹਾਡੀ ਬੁੱਕ ਦੇ ਉੱਪਰ ਹਨਾ ਕਈ ਵਾਰ ਕਿਤੇ ਹੁਣ ਕਈ ਵਾਰ ਇਹ ਜੇ ਵੀ ਬੁੱਧੀਜੀਵੀ ਹੁੰਦੇ ਨੇ ਕਈ ਵਾਰ ਸਟੂਡੈਂਟਸ ਇਹ ਕੱਢ ਕੇ ਮਾਰਦੇ ਨੇ ਵੀ ਸਮਰ ਦੇ ਵਿੱਚ ਤਾਂ ਵਰਖਾ ਹੁੰਦੀ ਹੁੰਦੀ ਹੈ ਜੀ ਹਨਾ ਜੋ ਵੀ ਆ ਚਾਹੇ ਇੱਥੇ ਜਿਹੜਾ ਵੀ ਮੌਸਮ ਲਾ ਲਓ ਤੁਸੀਂ ਬਸ ਆਪਾਂ ਸਿਰਫ ਇਹ ਗੱਲ ਦੱਸ ਰਹੇ ਹਾਂ ਵੀ ਰੇਨ ਦੇ ਬਾਰੇ ਇੱਥੇ ਆਪਾਂ ਜਾਣਕਾਰੀ ਦੇ ਰਿਹਾ ਵੀ ਸਮਰ ਦੇ ਵਿੱਚ ਵਰਖਾ ਜ਼ਿਆਦਾ ਨਹੀਂ ਹੁੰਦੀ ਜਾਂ ਚਲੋ ਵਿੰਟਰ ਲਾ ਲਓ ਵਿੰਟਰ ਦੇ ਵਿੱਚ ਵਰਖਾ ਜ਼ਿਆਦਾ ਨਹੀਂ ਹੁੰਦੀ ਇੱਥੇ ਆਪਾਂ ਵਰਖਾ ਦੇ ਬਾਰੇ ਸਿਰਫ ਜਾਣਕਾਰੀ ਦੇ ਰਿਹਾ ਆਪਾਂ ਜਨਰਲਲੀ ਗੱਲ ਕਰ ਰਹੇ ਹਾਂ ਵਰਖਾ ਦੇ ਬਾਰੇ ਬਟ ਇੱਥੇ ਆਪਾਂ ਵਰਖਾ ਦੇ ਪੈਣ ਦੀ ਗੱਲ ਕਰ ਰਹੇ ਹਾਂ ਮੀਂਹ ਪੈਣ ਦੀ ਕਿਰਿਆ ਚੱਲਣ ਦੀ ਵੀ ਬਾਹਰ ਚਲਦਿਆ ਹੁਣ ਕਿਰਿਆ ਨਹੀਂ ਹੋ ਰਹੀ ਹੈ ਠੀਕ ਹੈ ਅਗਲੀ ਐਗਜ਼ਾਮਪਲ ਦੇਖੋ ਆਪਾਂ ਕਿਸ ਤੋਂ ਪੁੱਛ ਰਹੇ ਹਾਂ ਕੁਐਸਚਨਿੰਗ ਵਟ ਆਰ ਯੂ ਡੂਇੰਗ ਆਪਾਂ ਜਿਸ ਵਕਤ ਤਾਂ ਅਗਲੇ ਤੋਂ ਪੁੱਛ ਰਹੇ ਹਾਂ ਨਾ ਉਸ ਵਕਤ ਤਾਂ ਆਪਾਂ ਇਹ ਕਹਿ ਰਹੇ ਹਾਂ ਵਟ ਆਰ ਯੂ ਡੂਇੰਗ ਵੀ ਇਸ ਵਕਤ ਤੂੰ ਕੀ ਕਿਰਿਆ ਕਰ ਰਿਹਾ ਹੈ ਕਿਹੜਾ ਐਕਸ਼ਨ ਤੇਰਾ ਚੱਲ ਰਿਹਾ ਹੈ ਮਤਲਬ ਕਿ ਪ੍ਰੈਜ਼ੈਂਟ ਕੰਟੀਨਿਊਸ ਆ ਗਿਆ ਕਿਉਂਕਿ ਆਪਾਂ ਜਿਸ ਕਿਰਿਆ ਦੇ ਬਾਰੇ ਗੱਲ ਕਰ ਰਹੇ ਹਾਂ 왓 ਆਰ ਯੂ ਡੂਇੰਗ ਵੀ ਤੂੰ ਕੀ ਕਰ ਰਿਹਾ ਹੈ ਵੀ ਜਿਹੜੀ ਕਿਰਿਆ ਤੂੰ ਇਸ ਵਕਤ ਕਰ ਰਿਹਾ ਹੈ ਉਹ ਕਿਰਿਆ ਦੇ ਬਾਰੇ ਪੁੱਛ ਰਹੇ ਹਾਂ 왓 ਆਰ ਯੂ ਡੂਇੰਗ ਤੂੰ ਕੀ ਕਰ ਰਿਹਾ ਤਾਂ ਪ੍ਰੈਜ਼ੈਂਟ ਕੰਟੀਨਿਊਸ ਹੋ ਗਿਆ ਬਟ ਇੱਥੇ ਆਪਾਂ ਕੀ ਪੁੱਛ ਰਹੇ ਹਾਂ 왓 ਡੂ ਯੂ ਯੂਜੂਅਲੀ ਡੂ ਐਟ ਵੀਕਐਂਡ ਕਹਿੰਦਾ ਅਕਸਰ ਤੂੰ ਵੀਕਐਂਡ ਤੇ ਕੀ ਕੰਮ ਕਰਦਾ ਇੱਥੇ ਰਿਪੀਟਿਡ ਐਕਸ਼ਨ ਪੁੱਛ ਰਹੇ ਹਾਂ ਵੀ ਕਿਉਂਕਿ ਵੀਕਐਂਡ ਦਾ ਦੇਖੋ ਹਰ ਹਫਤੇ ਦੇ ਵਿੱਚ ਆਉਂਦਾ ਠੀਕ ਹੈ ਤਾਂ ਆਪਾਂ ਇਸ ਤੋਂ ਪੁੱਛ ਰਹੇ ਹਾਂ ਵੀ ਹਰ ਵੀਕਐਂਡ ਹਰ ਵੀਕਐਂਡ ਤੂੰ ਕੀ ਕਰਦਾ ਕੀ ਕਰਦਾ ਹੈ ਮਤਲਬ ਤੂੰ ਆਪ ਰਿਪੀਟਡ ਐਕਸ਼ਨ ਤੇਰਾ ਕੀ ਹੈ ਵੀ ਹਰ ਵੀ ਕਹਿੰਦਾ ਤੂੰ ਕੀ ਕਰਦਾ ਹੁੰਦਾ ਤਾਂ ਇੱਥੇ ਆਪਾਂ ਰਿਪੀਟਡ ਐਕਸ਼ਨ ਦੀ ਗੱਲ ਹੋ ਰਹੀ ਹੈ ਆਈ ਹੋਪ ਕਿ ਇੰਨਾ ਤਾਂ ਸਮਝ ਗਏ ਹੁਣ ਅਗਲਾ ਪੁਆਇੰਟ ਦੇਖੋ ਵੀ ਯੂਜ਼ ਦਾ ਕੰਟੀਨਿਊਸ ਅਸੀਂ ਕੰਟੀਨਿਊਸ ਹੋਰ ਕਿਸੇ ਕਿਸ ਪ੍ਰਸਥਿਤੀ ਦੇ ਵਿੱਚ ਯੂਜ਼ ਕਰਦੇ ਹਾਂ ਵੀ ਯੂਜ਼ ਦਾ ਕੰਟੀਨਿਊਸ ਫਾਰ ਟੈਂਪਰਰੀ ਸਿਚੁਏਸ਼ਨ ਆਪਾਂ ਟੈਂਪਰਰੀ ਸਿਚੁਏਸ਼ਨ ਦੇ ਲਈ ਵੀ ਪ੍ਰੈਜ਼ੈਂਟ ਕੰਟੀਨਿਊਸ ਦਾ ਯੂਜ਼ ਕਰਦੇ ਹਾਂ ਇਹ ਅੱਗੇ ਮੈਂ ਸਮਝਾਉਂ ਦੇਖੋ ਟੈਂਪਰਰੀ ਸਿਚੁਏਸ਼ਨ ਕਿਸ ਤਰ੍ਹਾਂ ਪਰ ਨੀਚੇ ਹੀ ਪੜੋ things that continues for a short time ਜਿਹੜੀਆਂ ਚੀਜ਼ਾਂ ਸ਼ਾਰਟ ਟਾਈਮ ਦੇ ਲਈ ਰਹਿੰਦੀਆਂ ਨੇ ਉਹਨਾਂ ਦੇ ਲਈ ਆਪਾਂ ਟੈਂਪਰੇਰੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਯੂਜ਼ ਕਰਦੇ ਆ ਹੁਣ ਟੈਂਪਰੇਰੀ ਸਿਚੁਏਸ਼ਨ ਕਿਸ ਤਰ੍ਹਾਂ ਜਿਸ ਤਰ੍ਹਾਂ ਦੇਖੋ ਇਹ ਪੜੋ ਆਈ ਏਮ ਲੀਵਿੰਗ ਆਪਾਂ ਕਿਸੇ ਨੂੰ ਕਹਿ ਰਹੇ ਆਈ ਏਮ ਲੀਵਿੰਗ ਵਿਦ ਸਮ ਫਰੈਂਡਸ ਕਹਿੰਦਾ ਮੈਂ ਕੁਝ ਇੱਕ ਦੋਸਤਾਂ ਦੇ ਨਾਲ ਰਹਿ ਰਿਹਾ ਅੰਟਿਲ ਆਈ ਫਾਈਂਡ ਅ ਪਲੇਸ ਆਫ ਮਾਈ ਓਨ ਜਦੋਂ ਤੱਕ ਮੈਨੂੰ ਮੇਰੀ ਆਪਣੀ ਜਗ੍ਹਾ ਨਹੀਂ ਮਿਲ ਜਾਂਦੀ ਰਹਿਣ ਵਾਸਤੇ ਮਤਲਬ ਕਿ ਆਪਣਾ ਫਲੈਟ ਜਾਂ ਕੁਝ ਵੀ ਲਾ ਲਓ ਆਪਣਾ ਫਲੈਟ ਆਪਣਾ ਘਰ ਕੁਝ ਵੀ ਹੈ ਵੀ ਜਦੋਂ ਤੱਕ ਮੈਨੂੰ ਆਪਣੀ ਖੁਦ ਆਪਣੀ ਖੁਦ ਦੀ ਜਗ੍ਹਾ ਮੈਨੂੰ ਰਹਿਣ ਵਾਸਤੇ ਨਹੀਂ ਮਿਲ ਜਾਂਦੀ ਉਨੀ ਦੇਰ ਲਈ ਮੈਂ ਆਪਣੇ ਦੋਸਤਾਂ ਨਾਲ ਰਹਿ ਰਿਹਾ ਇਹ ਟੈਂਪਰਰੀ ਹੋਗੀ ਨਾ ਸਿਚੁਏਸ਼ਨ ਇਹੜੀ ਸਿਚੁਏਸ਼ਨ ਟੈਂਪਰਰੀ ਹੈ ਹੁਣ ਆਪਾਂ ਆਪਣੇ ਦੋਸਤਾਂ ਨਾਲ ਸਾਰੀ ਉਮਰ ਤਾਂ ਨਹੀਂ ਰਹਿੰਦੇ ਹੁੰਦੇ हां ਇਹ ਹੁੰਦਾ ਵੀ ਜਦੋਂ ਆਪਣੇ ਕੋਲ ਰਹਿਣ ਵਾਸਤੇ ਹੁਣ ਕੋਈ ਜਗਾ ਨਹੀਂ ਹੈਗੀ ਇੰਨੇ ਆਪਾਂ ਜਗਾ ਖਰੀਦਾਂਗੇ ਉਨੀ ਦੇਰ ਲਈ ਆਪਾਂ ਕੁਝ ਕ ਸਮੇਂ ਲਈ ਸ਼ਾਰਟ ਟਾਈਮ ਦੇ ਲਈ ਆਪਾਂ ਆਪਣੇ ਦੋਸਤਾਂ ਦੇ ਨਾਲ ਰਹਿਣ ਲੱਗ ਜੰਨੇ ਆ ਤਾਂ ਜਦੋਂ ਇਸ ਤਰ੍ਹਾਂ ਆਪਾਂ ਗੱਲ ਕਰਦੇ ਆ ਟੈਂਪਰਰੀ ਸਿਚੁਏਸ਼ਨ ਦੇ ਲਈ ਤਾਂ ਆਪਾਂ ਕੰਟੀਨਿਊਸ ਦਾ ਯੂਜ਼ ਕਰਦੇ ਆ ਤਾਂ ਆਪਾਂ ਕਹਾਂਗੇ ਆਈ ऍम ਲੀਵਿੰਗ ਵਿਦ ਸਮ ਫਰੈਂਡਸ ਵੀ ਮੈਂ ਆਪਣੇ ਕੁਝ ਦੋਸਤਾਂ ਦੇ ਨਾਲ ਰਹਿ ਰਿਹਾ ਜਦੋਂ ਤੱਕ ਮੈਨੂੰ ਆਪਣੀ ਜਗਾ ਨਹੀਂ ਮਿਲ ਜਾਂਦੀ ਬਟ ਸਾਹਮਣੇ ਦੇਖੋ ਪ੍ਰੈਜ਼ੈਂਟ ਸਿੰਪਲ ਆਪਾਂ ਕਦੋਂ ਯੂਜ਼ ਕਰਦੇ ਆ ਵੀ ਯੂਜ਼ ਦਾ ਸਿੰਪਲ ਫਾਰ ਪਰਮਾਨੈਂਟ ਸਿਚੁਏਸ਼ਨ ਜਿਹੜੀ ਕਿ ਲੌਂਗ ਟਾਈਮ ਦੇ ਲਈ ਹੁੰਦੀ ਹੈ ਪਰਮਨੈਂਟ ਸਿਚੁਏਸ਼ਨ ਦੇ ਲਈ ਆਪਾਂ ਪ੍ਰੈਜ਼ੈਂਟ ਸਿੰਪਲ ਦਾ ਯੂਜ਼ ਕਰਦੇ ਹਾਂ ਪਰਮਨੈਂਟ ਸਿਚੁਏਸ਼ਨ ਦੇਖੋ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਮਾਈ ਪੇਰੈਂਟਸ ਲਿਵ ਇਨ ਲੰਡਨ ਦੇਖੋ ਲਿਵ ਇਨ ਲੰਡਨ ਇਹ ਪ੍ਰੈਜ਼ੈਂਟ ਸਿੰਪਲ ਹੈ ਤੁਹਾਨੂੰ ਪਹਿਚਾਨ ਪਤੀ ਹੈ ਕਹਿੰਦੇ ਮੇਰੇ ਜਿਹੜੇ ਪੇਰੈਂਟਸ ਨੇ ਉਹ ਲੰਡਨ ਦੇ ਵਿੱਚ ਰਹਦੇ ਨੇ ਠੀਕ ਹੈ ਲੰਡਨ ਦੇ ਵਿੱਚ ਰਹਿੰਦੇ ਨੇ ਦੇ ਹੈਵ ਲਿਵਡ देयर 올 देयर ਲਾਈਫਸ ਆਪਣੀ ਪੂਰੀ ਜ਼ਿੰਦਗੀ ਉੱਥੇ ਹੀ ਰਹੇ ਨੇ ਮਤਲਬ ਕਿ ਇਹ ਉਹਨਾਂ ਦੀ ਪਰਮਨੈਂਟਰ ਹੈ ਸ਼ ਲੰਡਨ ਦੇ ਵਿੱਚ ਤਾਂ ਕਰਕੇ ਮਾਈ ਪੇਰੈਂਟਸ ਲਿਵ ਇਨ ਲੰਦਰ ਦੇਖੋ ਇੱਕ ਸਿਚੁਏਸ਼ਨ ਤੁਹਾਨੂੰ ਮੈਂ ਸਮਝਾਉਣਾ ਬਿਲਕੁਲ ਈਜ਼ੀ ਸਮਝ ਆ ਜੀਗੀ ਮੰਨ ਲਓ ਆਪਾਂ ਆਪਣੇ ਪਿੰਡ ਜਾਂ ਸ਼ਹਿਰ ਛੱਡ ਕੇ ਮੰਨ ਲਓ ਆਪਾਂ ਦਿੱਲੀ ਦੇ ਵਿੱਚ ਰਹਿਣ ਚਲੇ ਗਏ ਉੱਥੇ ਦਿੱਲੀ ਦੇ ਵਿੱਚ ਆਪਾਂ ਨੇ ਆਪਣਾ ਖੁਦ ਦਾ ਇੱਕ ਫਲੈਟ ਖਰੀਦ ਲਿਆ ਘਰ ਖਰੀਦ ਲਿਆ ਆਪਾਂ ਉਹ ਘਰ ਦੇ ਵਿੱਚ ਰਹਨੇ ਆ ਹੁਣ ਜੇ ਕੋਈ ਆਪਾਂ ਤੋਂ ਪੁੱਛੇ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਆਪਾਂ ਕਹਾਂਗੇ ਵੀ ਲਿਵ ਇਨ ਡੈਲੀ ਇਹੀ ਕਹਾਂਗੇ ਵੀ ਲਿਵ ਇਨ ਡੈਲੀ ਪ੍ਰੈਜ਼ੈਂਟ ਸਿੰਪਲ ਨਾਲ ਕਹਾਂਗੇ ਵੀ ਲਿਵ ਇਨ ਡੈਲੀ ਕਿਉਂਕਿ ਆਪਣੀ ਪਰਮਾਨੈਂਟ ਰੈਸ਼ ਹੋ ਗਈ ਬਟ ਇੱਕ ਸਿਚੁਏਸ਼ਨ ਮਾਈਂਡ ਦੇ ਵਿੱਚ ਕ੍ਰੀਏਟ ਕਰੋ ਆਪਾਂ ਦਿੱਲੀ ਦੇ ਵਿੱਚ ਰਹਿਣ ਚਲੇਗੇ ਬਟ ਆਪਾਂ ਨੂੰ ਆਪਣਾ ਖੁਦ ਦਾ ਘਰ ਆ ਜਿਹੜਾ ਉਹ ਹਲੇ ਨਹੀਂ ਮਿਲਿਆ ਓਨੀ ਦੇਰ ਲਈ ਦਿੱਲੀ ਦੇ ਵਿੱਚ ਆਪਣਾ ਇੱਕ ਦੋਸਤ ਰਹਿੰਦਾ ਆਪਾਂ ਆਪਣੇ ਦੋਸਤ ਦੇ ਘਰ ਸ਼ਿਫਟ ਹੋਗੇ ਵੀ ਕੁਝ ਇੱਕ ਟਾਈਮ ਉੱਥੇ ਰਹਿ ਲਾਂਗੇ ਜਦੋਂ ਆਪਣੀ ਖੁਦ ਦੀ ਜਗ੍ਹਾ ਮਿਲ ਗਈ ਤਾਂ ਆਪਾਂ ਆਪਣੀ ਖੁਦ ਦੀ ਜਗ੍ਹਾ 'ਚ ਰਹਿਣ ਲੱਗ ਜਾਂਗੇ ਹੁਣ ਆਪਾਂ ਆਪਣੇ ਦੋਸਤ ਦੇ ਘਰ ਦੇ ਵਿੱਚ ਰਹਿ ਰਹੇ ਆ ਇਹ ਟੈਂਪਰੇਰੀ ਸਿਚੁਏਸ਼ਨ ਆ ਗਈ ਨਾ ਟੈਂਪਰੇਰੀ ਟੈਂਪਰੇਰੀ ਤੌਰ ਤੇ ਆਪਣੇ ਦੋਸਤ ਦੇ ਘਰ ਦੇ ਵਿੱਚ ਰਹਿ ਰਹੇ ਆ ਹੁਣ ਜੇਕਰ ਕੋਈ ਆਪਣੇ ਤੋਂ ਪੁੱਛੇ ਵੀ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਆਪਾਂ ਕਹਾਂਗੇ ਆਈ ਐਮ ਯਾ ਵੀ ਆਰ ਹਨਾ ਵੀ ਆਰ ਲੀਵਿੰਗ ਤਾਂ ਕੰਟੀਨਿਊਸ ਬਣਾਵਾਂਗੇ ਆਪਾਂ ਕਹਾਂਗੇ ਵੀ ਆਰ ਲੀਵਿੰਗ ਠੀਕ ਹੈ ਇਨ ਦਿੱਲੀ ਵਿਦ ਮਾਈ ਫਰੈਂਡ ਵੀ ਆਰ ਲੀਵਿੰਗ ਇਨ ਦਿੱਲੀ ਵਿਦ ਮਾਈ ਫਰੈਂਡ ਹੁਣ ਦੇਖੋ ਕੰਟੀਨਿਊ ਬਣਾਇਆ ਵੀ ਆਸੀਂ ਆਪਣੇ ਦੋਸਤ ਦੇ ਘਰ ਰਹਿ ਰਹੇ ਹਾਂ ਠੀਕ ਹੈ ਦਿੱਲੀ ਦੇ ਵਿੱਚ ਜਦੋਂ ਆਪਣੀ ਪਰਮਨੈਂਟ ਹੋ ਗਈ ਫਿਰ ਆਪਾਂ ਕਹਾਂਗੇ ਵੀ ਲਿਵ ਇਨ ਡੇਲੀ ਫਿਰ ਆਪਾਂ ਪ੍ਰੈਜ਼ੈਂਟ ਸਿੰਪਲ ਬਣਾ ਦਾਂਗੇ ਆਈ ਹੋਪ ਕਿ ਸਮਝ ਗਿਆ ਬਿਲਕੁਲ ਈਜ਼ੀ ਹੈ ਇੱਕ एग्जांपल ਦੇਖੋ ਹੋਰ ਵੀ ਲੈ ਲਓ ਪਰਮਨੈਂਟ ਤੇ ਟੈਂਪਰੇਰੀ ਦੀ ਦੇਖੋ ਇਹ ਕਹਿ ਰਿਹਾ ਇਧਰ ਕੰਟੀਨਿਊ ਦੇ ਵਿੱਚ ਇਹ ਕਹਿ ਰਿਹਾ ਕਹਿੰਦਾ ਯੂ ਆਰ ਵਰਕਿੰਗ ਹਾਰਡ ਟੂਡੇ ਕਹਿੰਦਾ ਅੱਜ ਤੂੰ ਬਹੁਤ ਸਖਤ ਕੰਮ ਕਰ ਰਿਹਾ ਹੈ ਹੁਣ ਦੇਖੋ ਇਹ ਗੱਲ ਆਪਾਂ ਕਿਸੇ ਨੂੰ ਕਦੋਂ ਕਹਿੰਦੇ ਹੁੰਨੇ ਆ ਵੀ ਯਾਰ ਅੱਜ ਤੂੰ ਬੜਾ ਸਖਤ ਕੰਮ ਕਰ ਰਿਹਾ ਹੈ ਇਹਦਾ ਮਤਲਬ ਵੀ ਪਹਿਲਾਂ ਕਦੇ ਉਹ ਇੰਨਾ ਸਖਤ ਕੰਮ ਨਹੀਂ ਕਰਦਾ ਹੁੰਦਾ ਵੀ ਅੱਜ ਆਪਾਂ ਨੂੰ ਲੱਗਿਆ ਵੀ ਯਾਰ ਅੱਜ ਬੜਾ ਕੰਮ ਸਖਤ ਕਰ ਰਿਹਾ ਤਾਂ ਆਪਾਂ ਕਹਿ ਦਿੰਨਾ ਵੀ ਯਾਰ ਅੱਜ ਬੜਾ ਸਖਤ ਕੰਮ ਕਰ ਰਿਹਾ ਤਾਂ ਅੱਗੋ ਉਹ ਵੀ ਕਹਿੰਦਾ ਕਹਿੰਦਾ ਯੈਸ ਕਹਿੰਦਾ ਹਾਂ ਆਈ ਹੈਵ ਅ ਲੋਟ ਟੂ ਡੂ ਕਹਿੰਦਾ ਅੱਜ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਹੈ ਹੁਣ ਇਹ ਟੈਂਪਰਰੀ ਸਿਚੁਏਸ਼ਨ ਹੈ ਕਿਉਂਕਿ ਹਮੇਸ਼ਾ ਉਹ ਸਖਤ ਕੰਮ ਨਹੀਂ ਕਰਦਾ ਹੋਣਾ ਅੱਜ ਹੀ ਜ਼ਿਆਦਾ ਸਖਤ ਕੰਮ ਕਰ ਰਿਹਾ ਕਿਉਂਕਿ ਅੱਜ ਉਸ ਦੇ ਕੋਲ ਕੰਮ ਥੋੜਾ ਜ਼ਿਆਦਾ ਹੈ ਤਾਂ ਆਪਾਂ ਉਸ ਨੂੰ ਪੁੱਛਿਆ ਵੀ ਅੱਜ ਬੜਾ ਸਖਤ ਕੰਮ ਕਰ ਰਿਹਾ ਹੈ ਅੱਗੇ ਤਾਂ ਤੂੰ ਕਰਦਾ ਨਹੀਂ ਹੁੰਦਾ ਮਤਲਬ ਕਿ ਸ਼ਾਰਟ ਟਾਈਮ ਦੇ ਲਈ ਹੈ ਇਹ ਬੱਤ ਇੱਧਰ ਦੇਖੋ ਆਪਾਂ ਕਹਿ ਰਹੇ ਹਾਂ ਕਿਸੇ ਬਾਰੇ ਦੱਸ ਰਹੇ ਹਾਂ ਜੋ ਦੇ ਬਾਰੇ ਠੀਕ ਹੈ ਇੱਥੇ ਇਹ ਆਏਗੀ ਜੋ ਇਜ਼ ਨਾਟ ਲੇਜੀ ਆਪਾਂ ਕਿਸ ਨੂੰ ਦੱਸ ਰਹੇ ਹਾਂ ਵੀ ਜੋ ਆ ਜਿਹੜਾ ਉਹ ਲੇਜੀ ਨਹੀਂ ਹੈਗਾ ਹੀ ਵਰਕਸ ਹਾਰਡ ਮੋਸਟ ਆਫ ਦਾ ਟਾਈਮ ਵੀ ਜਿਆਦਾਦਾਰ ਸਮਾਹ ਉਹ ਬਹੁਤ ਸਖਤ ਕੰਮ ਕਰਦਾ ਹੁਣ ਇੱਥੇ ਆਪਾਂ ਕੰਮ ਇੱਥੇ ਵੀ ਹਾਰਡ ਕਹਿ ਰਹੇ ਆਂ ਬਟ ਇੱਥੇ ਆਪਾਂ ਪਰਮਾਨੈਂਟ ਸਿਚੁਏਸ਼ਨ ਕਹਿ ਰਹੇ ਆਂ ਵੀ ਜਿਹੜਾ ਜੋ ਹੈ ਲੇਜੀ ਨਹੀਂ ਹੈਗਾ ਉਹ ਹਮੇਸ਼ਾ ਕੰਮ ਸਖਤੀ ਕਰਦਾ ਵੀ ਹਰ ਰੋਜ਼ ਉਹ ਪੂਰਾ ਸਖਤ ਕੰਮ ਕਰਦਾ ਤਾਂ ਕਰਕੇ ਇੱਥੇ ਦੇਖੋ ਹੀ ਵਰਕਸ ਵਰਕਸ ਹਾਰਡ ਠੀਕ ਹੈ ਬਟ ਇੱਥੇ ਆਪਾਂ ਕਿਹਾ ਯੂ ਆਰ ਵਰਕਿੰਗ ਹਾਰਡ ਟੂਡੇ ਇਹ ਚੀਜ਼ ਕਲੀਅਰ ਹੋ ਗਈ ਹੁਣ ਅਗਲਾ ਆਜੋ ਬੀ ਬੀ ਬਿਲਕੁਲ ਆਸਾਨ ਹੈ ਬੀ ਦੇ ਵਿੱਚ ਦੋ ਸਿਚੁਏਸ਼ਨਾਂ ਨੇ ਦੇਖੋ ਇੱਕ ਤਾਂ ਹੈਗੀ ਆ ਆਈ ऍਮ always doing ਠੀਕ ਹੈ ਇੱਕ ਆਈ ਆਲਵੇਸ ਡੂ ਇੱਕ ਸੀਦਾ ਤੁਹਾਨੂੰ ਪਤਾ ਚੱਲ ਗਈ ਹੋਣੀ ਸਟਰਕਚਰ ਤੋਂ ਆਈ ਐਮ ਆਲਵੇਸ ਡੂਇੰਗ ਠੀਕ ਹੈ ਆਈ ਐਮ ਵਰਬ ਦੀ ਫਰਸਟ ਫਾਰਮ ਨਾਲ ਆਈ ਐਂਜੀ ਇਹ ਵਿਚਾਲੇ ਆਲਵੇਸ ਆ ਗਿਆ ਇਹ ਪ੍ਰੈਜ਼ੈਂਟ ਕੰਟੀਨਿਊਸ ਹੋ ਗਿਆ ਇਹ ਆਈ ਆਲਵੇਸ ਡੂ ਇਹ ਪ੍ਰੈਜ਼ੈਂਟ ਇਨਡੈਫਿਨਿਟ ਹੋ ਗਿਆ ਹੁਣ ਆਪਾਂ ਇਸ ਸਟਰਕਚਰ ਨੂੰ ਕਦੋਂ ਯੂਜ਼ ਕਰਦੇ ਆ ਆਲਵੇਸ ਦੇ ਨਾਲ ਆਈ ਐਮ ਆਲਵੇਸ ਡੂਇੰਗ ਅੱਛਾ ਇੱਥੇ ਡੂਇੰਗ ਹੈ ਜਿਹੜੀ ਨਾ ਜ਼ਰੂਰੀ ਨਹੀਂ ਕਿ ਹਰ ਵਾਰ ਡੂਇੰਗ ਦੀ ਹੀ ਗੱਲ ਕਰ ਰਿਹਾ ਹਾਂ ਇੱਥੇ ਕੋਈ ਵੀ ਵਰਬ ਦੀ ਫਾਰਮ ਹੋ ਸਕਦੀ ਹੈ ਇੱਥੇ ਵੀ ਡੂ ਦੀ ਜਗ੍ਹਾ ਤੇ ਕੁਝ ਵੀ ਹੋ ਸਕਦਾ ਹੈ ਇੱਥੇ ਇਸ ਤਰ੍ਹਾਂ ਵੀ ਹੋ ਸਕਦਾ ਆਈ ਐਮ ਆਲਵੇਸ ਪਲੇਇੰਗ ਆਈ ਐਮ ਆਲਵੇਸ ਰੀਡਿੰਗ ਆਈ ਐਮ ਆਲਵੇਸ ਗੋਇੰਗ ਆਈ ਐਮ ਆਲਵੇਸ ਠੀਕ ਹੈ ਰਾਈਟਿੰਗ ਮਤਲਬ ਕੋਈ ਵੀ ਕੰਮ ਹੋ ਸਕਦਾ ਆਈ ਐਮ ਆਲਵੇਸ ਡਰਾਈਵਿੰਗ ਰਾਈਡਿੰਗ ਕੁਝ ਵੀ ਇਸੇ ਤਰ੍ਹਾਂ ਉਧਰ ਆਈ ਐਮ ਆਲਵੇਸ ਪਲੇ ਆਈ ਐਮ ਆਲਵੇਸ ਰੀਡ ਆਈ ਐਮ ਆਲਵੇਸ ਆਪਣਾ ਰਾਈਡ ਆਈ ਐਮ ਆਲਵੇਸ ਡਰਾਈਵ ਆਈ ਐਮ ਆਲਵੇਸ ਗੋ ਉਚਿਵ ਹੋ ਸਕਦਾ ਬਟ ਯੂਜ਼ ਆਪਾਂ ਕਦੋਂ ਕਰਨੀ ਆ ਦੇਖੋ ਆਈ ਏਮ ਆਲਵੇਜ਼ ਡੂਇੰਗ ਸਮਥਿੰਗ ਆਈ ਏਮ ਆਲਵੇਜ਼ ਮਤਲਬ ਆ ਜਿਹੜਾ ਸਟਰਕਚਰ ਆਪਾਂ ਕਦੋਂ ਯੂਜ਼ ਕਰਾਂਗੇ ਆਈ ਏਮ ਆਲਵੇਜ਼ ਡੂਇੰਗ ਮਤਲਬ ਇੱਥੇ ਕੋਈ ਵੀ ਫਾਰਮ ਹੋ ਸਕਦੀ ਹੈ ਪਹਿਲੀ ਵਾਰ ਸਸਾ ਨੂੰ ਕੋਈ ਵਰਬ ਦੀ ਫਾਰਮ ਹੋ ਸਕਦੀ ਹੈ ਆਈ ਏਮ ਆਲਵੇਜ਼ ਡੂਇੰਗ ਸਮਥਿੰਗ ਜਦੋਂ ਆਪਾਂ ਇਹ ਸਟਰਕਚਰ ਯੂਜ਼ ਕਰਦੇ ਆ ਤਾਂ ਇਹਦਾ ਮਤਲਬ ਹੁੰਦਾ ਆਈ ਡੂ ਇਟ ਟੂ ਆਫਨ ਟੂ ਆਫਨ ਹੁੰਦਾ ਅਕਸਰ ਜ਼ਿਆਦਾਤਰ ਜਾ ਫਿਰ ਮੋਰ ਆਫਨ ਮੋਰ ਆਫਨ ਦਾ ਮਤਲਬ ਹੀ ਹੁੰਦਾ ਅਕਸਰ ਜ਼ਿਆਦਾਤਰ ਥੈਨ ਨਾਰਮਲ ਜਦੋਂ ਆਪਾਂ ਕੋਈ ਕੰਮ ਜਦੋਂ ਆਪਾਂ ਕੋਈ ਕੰਮ ਨਾਰਮਲ ਦੇ ਨਾਲੋਂ ਨਾਰਮਲ ਦੇ ਨਾਲੋਂ ਜ਼ਿਆਦਾਤਰ ਅਕਸਰ ਕਰਦੇ ਆ ਤਾਂ ਉਦੋਂ ਆਪਾਂ ਆਈ ਐਮ ਆਲਵੇਸ ਡੂਇੰਗ ਦਾ ਯੂਜ਼ ਕਰਦੇ ਆ ਮਤਲਬ ਇੱਥੇ ਆਪਾਂ ਕਿਹਾ ਇੱਥੇ ਕੋਈ ਵੀ ਵਰਬ ਹੋ ਗਈ ਮੰਨ ਲਓ ਇੱਥੇ ਖੇਡਣ ਦੀ ਗੱਲ ਹੋ ਗਈ ਆਈ ਐਮ ਆਲਵੇਜ਼ ਪਲੇਇੰਗ ਆਪਾਂ ਇਹ ਸਿਚੁਏਸ਼ਨ ਕਰਤੀ ਤਾਂ ਆਈ ਐਮ ਆਲਵੇਜ਼ ਪਲੇਇੰਗ ਇਹਦਾ ਮਤਲਬ ਆਪਾਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੋਰ ਆਫਨ ਵੀ ਮੈਂ ਜਿਹੜਾ ਖੇਡਣ ਦਾ ਕੰਮ ਕਰਦਾ ਮੋਰ ਆਫਨ ਕਰਦਾ ਵੀ ਜ਼ਿਆਦਾਤਰ ਆਲ ਹਮੇਸ਼ਾ ਨਹੀਂ ਐਵਰੀ ਟਾਈਮ ਨਹੀਂ ਹਮੇਸ਼ਾ ਨਹੀਂ ਮੋਰ ਆਫਨ ਨਾਰਮਲ ਦੇ ਨਾਲ ਬਟ ਜੇਕਰ ਆਪਾਂ ਕਹਿੰਦੇ ਆਈ ਆਲਵੇਜ਼ ਡੂ ਤਾਂ ਇਹਦਾ ਮਤਲਬ ਹੈ ਆਈ ਆਲਵੇਜ਼ ਡੂ ਸਮਥਿੰਗ ਮਤਲਬ ਕਿ ਆਈ ਡੂ ਇਟ ਐਵਰੀ ਟਾਈਮ ਹਰ ਟਾਈਮ ਐਵਰੀ ਟਾਈਮ ਠੀਕ ਹੈ ਤਾਂ ਉਦੋਂ ਆਪਾਂ ਇਸ ਦਾ ਯੂਜ਼ ਕਰਦੇ ਹਾਂ ਜਿਵੇਂ ਦੇਖੋ ਐਗਜ਼ਾਮਪਲ ਦੇ ਨਾਲ ਲੱਗਦਾ ਥੋੜਾ ਜਿਹਾ ਬੈਟਰ ਸਮਝ ਸਕਦੇ ਹੋ ਦੇਖੋ ਆਪਾਂ ਕਹਿ ਰਹੇ ਹਾਂ ਆਈ ਹੈਵ ਲੋਸਟ ਮਾਈ ਕੀਜ਼ ਅਗੇਨ ਆਪਾਂ ਕਹਿ ਰਹੇ ਹਾਂ ਵੀ ਯਾਰ ਮੈਂ ਆਪਣੀਆਂ ਚਾਬੀਆਂ ਨੇ ਜਿਹੜੀਆਂ ਦੁਬਾਰਾ ਫੇਰ ਖੋਤੀਆਂ ਮੈਥੇ ਗਵਾ ਚਕੀਆਂ ਹੁਣ ਆਪਾਂ ਨੂੰ ਕਈ ਵਾਰ ਆਦਤ ਹੁੰਦਾ ਕਈ ਆਪਣੇ ਵਿਅਕਤੀਆਂ ਨੂੰ ਆਦਤ ਹੁੰਦੀ ਹੈ ਕਈ ਬੰਦਿਆਂ ਨੂੰ ਵੀ ਜਿਹੜੀਆਂ ਚਾਬੀਆਂ ਨੇ ਆਪਣੀਆਂ ਚਾਬੀਆਂ ਲਾ ਲਓ ਮੋਬਾਈਲ ਲਾ ਲਓ ਆਪਾਂ ਅਕਸਰ ਕੀ ਕਰਦਾ ਭੁੱਲ ਜਾਂਦੇ ਹਾਂ ਹਨਾ ਖੋਪਾਤ ਖੋ ਜਾਂਦੀਆਂ ਨੇ ਠੀਕ ਹੈ ਅਕਸਰ ਖੋ ਜੰਦੀਆਂ ਨੇ ਮੋਰ ਆਫਨ ਮੋਰ ਆਫਨ ਜਾਂ ਟੂ ਆਫਨ ਜਦੋਂ ਆਪਾਂ ਕਹਿੰਦੇ ਆ ਨਾ ਵੀ ਯਾਰ ਮੈਂ ਚਾਬੀਆਂ ਜ਼ਿਆਦਾਤਰ ਮੈਂ ਬਹੁਤ ਵਾਰ ਚਾਬੀਆਂ ਮੈਂ ਭੁੱਲ ਜਿੰਨਾ ਬਹੁਤ ਵਾਰ ਮੇਰੀਆਂ ਚਾਬੀਆਂ ਖੋ ਜੰਦੀਆਂ ਨੇ ਤਾਂ ਬਹੁਤ ਵਾਰ ਮਤਲਬ ਕਿ ਮੋਰ ਆਫਨ ਜਾਂ ਫਿਰ ਮੋਰ ਮੋਰ ਆਫਨ ਜਾਂ ਫਿਰ ਟੂ ਆਫਨ ਤਾਂ ਉਦੋਂ ਆਪਾਂ ਆ ਸਿਚੁਏਸ਼ਨ ਯੂਜ਼ ਕਰਦੇ ਆ ਦੇਖੋ ਇਹ ਕਹਿ ਰਿਹਾ ਆਈ ਹੈਵ ਲੌਸਟ ਮਾਈ ਕੀਜ਼ ਅਗੇਨ ਕਹਿੰਦਾ ਮੈਂ ਦੁਬਾਰੇ ਫੇਰ ਆਪਣੀਆਂ ਚਾਬੀਆਂ ਮੈਥੋਂ ਗਵਾ ਚਕੀਆਂ ਆਈ ਐਮ ਆਲਵੇਜ਼ ਲੂਜ਼ਿੰਗ ਥੈਮ ਆਈ ਐਮ ਆਲਵੇਜ਼ ਲੂਜ਼ਿੰਗ ਥੈਮ ਇਹਦਾ ਮਤਲਬ ਹੋ ਗਿਆ आई एम ऑलवेज लूजिंग देम ਵੀ ਯਾਰ ਜਿਹੜੀਆਂ ਚਾਬੀਆਂ ਨੇ ਮੈਥੋਂ ਅਕਸਰ ਗਵਾਚ ਜਾਂਦੀਆਂ ਨੇ ਐਵਰੀ ਟਾਈਮ ਨਹੀਂ ਇਹ ਨਹੀਂ ਹੈ ਕਿ ਹਰ ਵਾਰ ਹੀ ਗਵਾਚਦੀਆਂ ਨੇ ਐਵਰੀ ਟਾਈਮ ਨਹੀਂ ਮੋਰ ਆਫਨ ਜ਼ਿਆਦਾਤਰ ਠੀਕ ਹੈ ਵੀ ਜ਼ਿਆਦਾ ਬਾਰ ਮੈਥੋਂ ਚਾਬੀਆਂ ਨੇ ਜਿਹੜੀਆਂ ਗਵਾਚ ਜਾਂਦੀਆਂ ਨੇ ਹਨਾ ਬਟ ਇਧਰ ਦੇਖੋ ਆਈ ਆਲਵੇਸ ਗੋ ਟੂ ਵਰਕ ਬਾਈ ਕਾਰ ਇਹ ਕਹਿ ਰਿਹਾ ਆਈ ਆਲਵੇਸ ਗੋ ਟੂ ਵਰਕ ਬਾਈ ਕਾਰ ਮੈਂ ਕੰਮ ਤੇ ਕਾਰ ਤੇ ਜਾਣਾ ਤੇ ਇਹਦਾ ਮਤਲਬ ਹੋ ਗਿਆ ਐਵਰੀ ਟਾਈਮ ਵੀ ਕੰਮ ਤੇ ਜਾਂਦਾ ਕਾਰ ਤੇ ਹਰ ਰੋਜ਼ ਜਾਂਦਾ ਹਰ ਰੋਜ਼ ਕਾਰ ਤੇ ਹੀ ਜਾਂਦਾ ਇੱਕ ਵੀ ਦਿਨ ਅਜਿਹਾ ਨਹੀਂ ਹੈ ਵੀ ਕਿਸੇ ਹੋਰ ਚੀਜ਼ ਤੇ ਜਾਂਦਾ ਇਹ ਮਤਲਬ ਪਰਮਾਨੈਂਟ ਕਾਰ ਤੇ ਹੀ ਜਾਂਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਆਈ ਆਲਵੇਜ਼ ਡੂ ਆਪਾ ਆ ਫਾਰਮੂਲਾ ਮਤਲਬ ਆ ਸਟਰਕਚਰ ਯੂਜ਼ ਕਰਦੇ ਹਾਂ ਬਟ ਆਈ ਐਮ ਆਲਵੇਜ਼ ਡੂਇੰਗ ਆਪਾ ਉਹਦੋ ਯੂਜ਼ ਕਰਦੇ ਆ ਜਦੋਂ ਆਪਾਂ ਜਿਹੜਾ ਕੰਮ ਕਰ ਰਹੇ ਹਾਂ ਉਹ ਐਵਰੀ ਟਾਈਮ ਨਹੀਂ ਕਰਦੇ ਇਸ ਤਰ੍ਹਾਂ ਪਰਮਾਨੈਂਟ ਨਹੀਂ ਕਰਦੇ ਇਸ ਤਰ੍ਹਾਂ ਵੀ ਮਤਲਬ ਕਦੇ ਕਦੇ ਹੁੰਦਾ ਜ਼ਿਆਦਾਤਰ ਇਸੇ ਤਰ੍ਹਾਂ ਅਗਲੀ ਐਗਜ਼ਾਮਪਲ ਦੇਖੋ paul is never satisfied ਕੋਈ ਪੌਲ ਐ ਆਫਿਸ ਦੇ ਵਿੱਚ ਚਲੋ ਕੋਈ ਕੰਮ ਕਰਦਾ ਹੋਇਆ ਆਪਣੇ ਨਾਲ ਕਹਿੰਦਾ ਪੌਲ ਐ ਨੈਵਰ ਸੈਟੀਸਫਾਈਡ ਕਹਿੰਦਾ ਯਾਰ ਪੌਲ ਤਾਂ ਕਦੇ ਸੈਟੀਸਫਾਈਡ ਹੁੰਦਾ ਹੀ ਨਹੀਂ ਹੀ ਇਜ਼ ਆਲਵੇਜ਼ ਕੰਪਲੇਨਿੰਗ ਦੇਖੋ ਹੀ ਇੱਥੇ ਹੀ ਆ ਗਿਆ ਸਬਜੈਕਟ ਕੋਈ ਵੀ ਹੋ ਸਕਦਾ ਹੀ ਇਜ਼ always complaining he is always complaining ਵੀ ਉਹ ਹਮੇਸ਼ਾ ਕੰਪਲੇਨ ਹੀ ਕਰਦਾ ਰਹਿੰਦਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਪਰਮਾਨੈਂਟ ਐਵਰੀ ਟਾਈਮ ਹੀ ਕੰਪਲੇਨ ਕਰੀ ਜਾਂਦਾ ਨਹੀਂ ਵੀ ਕੰਪਲੇਨ ਜ਼ਿਆਦਾ ਕਰਦਾ ਦੇਖੋ ਨੀਚੇ ਲਿਖਿਆ ਹੈ ਹੀ ਕੰਪਲੇਨਸ ਟੂ ਆਫਨ ਆਪਣੇ ਕਈ ਬੰਦੇ ਹੁੰਦੇ ਨੇ ਨਾ ਆਫਿਸ ਦੇ ਵਿੱਚ ਜਿੰਨਾਂ ਆਪਾਂ ਕਹਿਣੇ ਹੁੰਦੇ ਆ ਵੀ ਯਾਰ ਇਹ ਬੰਦਾ ਯਾਰ ਸ਼ਿਕਾਇਤਾਂ ਬਹੁਤ ਲਾਉਂਦਾ ਸ਼ਿਕਾਇਤਾਂ ਬਹੁਤ ਲਾਉਂਦਾ ਮਤਲਬ ਕਿ ਇਹ ਨਹੀਂ ਹੈ ਕਿ ਐਵਰੀ ਟਾਈਮ ਪਰਮਾਨੈਂਟ ਸ਼ਿਕਾਇਤਾਂ ਹੀ ਲਾਉਂਦਾ ਨਹੀਂ ਵੀ ਸ਼ਿਕਾਇਤਾਂ ਯਾਰ ਬਹੁਤ ਜ਼ਿਆਦਾ ਲਾਉਂਦਾ ਤਾਂ ਉਦੋਂ ਆਪਾਂ ਬਹੁਤ ਜ਼ਿਆਦਾ ਜਦੋਂ ਸਿਚੁਏਸ਼ਨ ਉਦੋਂ ਆਪਾਂ ਆ ਫਾਰਮੂਲਾ ਯੂਜ਼ ਕਰਦੇ ਆ ਬਟ ਇੱਧਰ ਦੇਖੋ ਪੌਲ ਇਜ਼ ਨੈਵਰ ਲੇਟ ਪੌਲ ਕਦੇ ਵੀ ਲੇਟ ਨਹੀਂ ਹੁੰਦਾ ਹੀ ਆਲਵੇਜ਼ ਸਟਾਰਟਸ ਵਰਕ ਔਨ ਟਾਈਮ ਹੀ ਆਲਵੇਜ਼ ਸਟਾਰਟਸ ਆ ਆ ਦੇਖੋ ਆ ਸਟਰਕਚਰ ਹੋ ਗਿਆ ਇਹਦਾ ਮਤਲਬ ਹੋ ਗਿਆ ਹੀ ਆਲਵੇਜ਼ ਸਟਾਰਟਸ ਵਰਕ ਔਨ ਟਾਈਮ ਵੀ ਉਹ ਜਿਹੜਾ ਕੰਮ ਹੈ ਉਹ ਆਲਵੇਜ਼ ਹਮੇਸ਼ਾ ਪਰਮਾਨੈਂਟ ਸਹੀ ਹੀ ਸਮੇਂ ਤੇ ਸਟਾਰਟ ਕਰਦਾ ਕਦੇ ਵੀ ਉਹ ਲੇਟ ਨਹੀਂ ਹੁੰਦਾ ਠੀਕ ਹੈ ਆਈ ਹੋਪ ਕਿ ਦੋਵਾਂ ਵਿੱਚ ਫਰਕ ਸਮਝ ਗਿਆ ਬਿਲਕੁਲ ਈਜ਼ੀ ਕੰਮ ਹੈ ਦੇਖੋ ਅੱਡਾ ਕੋਈ ਜ਼ਿਆਦਾ ਖਾਸ ਵੱਡਾ ਕੰਮ ਨਹੀਂ ਹੈਗਾ ਠੀਕ ਹੈ ਤੋ ਇਹ ਸਾਰੇ ਰੂਲਸ ਨੇ ਜਿਹੜੇ ਲਿਖਨੇ ਨੇ ਤੁਸੀਂ ਨੇ ਇਹ ਪਾਰਟ 1 ਹੈ ਆਪਣਾ ਇਹ ਵੀ ਯਾਦ ਰੱਖਿਓ ਇਸ ਤੋਂ ਪਾਰਟ 2 ਦੇ ਵਿੱਚ ਵੀ ਆਪਾਂ ਇਹਨਾਂ ਦਾ ਕੰਪੇਅਰ ਹੋਰ ਵੀ ਕਰਾਂਗੇ ਫਿਰ ਹਾਲ ਜਿੰਨਾ ਕ ਆਪਾਂ ਕੰਪੇਅਰ ਤੁਹਾਨੂੰ ਸਿਖਾਇਆ ਹੈ ਇਸ ਦੇ ਨਾਲ ਰਿਲੇਟਡ ਹੀ ਆਪਾਂ ਐਕਸਰਸਾਈਜ਼ਸ ਨੇ ਜਿਹੜੀਆਂ ਉਹ ਕਰਾਂਗੇ ਤਾਂ ਇਸ ਨੂੰ ਚੰਗੀ ਤਰ੍ਹਾਂ ਨੋਟਬੁੱਕ ਦੇ ਉੱਪਰ ਲਿਖ ਲੈਣਾ ਤੇ ਆਪਣੇ ਦਿਮਾਗ ਦੇ ਵਿੱਚ ਯਾਦ ਰੱਖ ਲੈਣਾ ਐਂਡ ਹੁਣ ਆਪਣੀ ਇਸ ਯੂਨਿਟ ਦੀ ਦੇਖੋ ਆਪਣੀ ਫਰਸਟ ਜਿਹੜੀ ਐਕਸਰਸਾਈਜ਼ ਦਾ ਆਪਾਂ ਉਹ ਕਰਦੇ ਹਾਂ ਫਰਸਟ ਐਕਸਰਸਾਈਜ਼ ਦੇ ਵਿੱਚ ਆਪਾਂ ਨੇ ਕੀ ਕਰਨਾ ਆਪਣੇ ਕੋਲ 12 ਜਿਹੜੇ ਸੈਂਟੈਂਸ ਨੇ ਆਪਾਂ ਨੇ ਕਰਨਾ ਕੀ ਹੈ ਦੇਖੋ ਆਰ ओके ਵੀ ਜਿਹੜੀਆਂ ਵਰਬਸ ਅੰਡਰਲਾਈਨ ਕੀਤੀਆਂ ਗਈਆਂ ਨੇ ਕੀ ਉਹ ਓਕੇ ਨੇ करेक्ट देम वेयर नेसेसरी ਹੁਣ ਕਰਨਾ ਕੀ ਹੈ ਉਹਨਾਂ ਨੂੰ ਕਰੈਕਟ ਕਰੋ ਜਿੱਥੇ ਨੇसेसਰੀ ਹੈ ਦੇਖੋ ਆਪਾਂ ਨੇ ਕਰਨਾ ਕੀ ਹੈ ਇਹ ਆਪਾਂ ਨੂੰ ਸੈਂਟੈਂਸ ਦਿੱਤੇ ਗਏ ਨੇ ਹਰ ਇੱਕ ਸੈਂਟੈਂਸ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਵਰਬ ਹੈ ਨਾ ਅੰਡਰਲਾਈਨ ਕੀਤੀਆਂ ਗਈਆਂ ਨੇ ਵਰਬਸ ਨੇ ਜਿਹੜੀਆਂ ਇਹਨਾਂ ਨੇ ਜਾਂ ਤਾਂ ਜਿਹੜਾ ਸੈਂਟੈਂਸ ਹੈ ਪਰੈਜ਼ੈਂਟ ਸਿੰਪਲ ਬਣਾਇਆ ਹੋਇਆ ਹੈ ਜਾਂ ਪ੍ਰੈਜ਼ੈਂੈਂਟ ਕੰਟੀਨਿਊਸ ਆਪਾਂ ਨੇ ਇਹ ਦੇਖਣਾ ਹੈ ਸੈਂਟੈਂਸ ਨੂੰ ਪੜ੍ਹ ਕੇ ਉਸ ਦੀ ਸੈਂਸ ਦੇ ਮੁਤਾਬਕ ਕਿ ਉੱਥੇ ਪ੍ਰੈਜ਼ੈਂਟ ਕੰਟੀਨਿਊਸ ਹੀ ਆਏਗਾ ਜਾਂ ਪ੍ਰੈਜ਼ੈਂਟ ਸਿੰਪਲ ਆਏਗਾ ਜਿਹੜਾ ਕਰੈਕਟ ਆਏਗਾ ਜੇ ਤੱਕ ਜੇ ਇਹਨਾਂ ਨੇ ਕਰੈਕਟ ਹੀ ਦਿੱਤਾ ਹੋਇਆ ਪਹਿਲਾਂ ਤੋਂ ਫਿਰ ਤਾਂ ਆਪਾਂ ਓਕੇ ਲਿਖ ਦਾਂਗੇ ਵੀ ਸੈਂਟੈਂਸ ਬਿਲਕੁਲ ਕਰੈਕਟ ਹੈ ਇਹੀ ਵਰਬ ਦੀ ਫਾਰਮ ਆਉ ਪ੍ਰੈਜ਼ੈਂਟ ਸਿੰਪਲ ਹੀ ਬੰਨਣਾ ਤਾਂ ਓਕੇ ਹੈ ਜੇਕਰ ਇਹਨਾਂ ਨੇ ਪ੍ਰੈਜ਼ੈਂਟ ਕੰਟੀਨਿਊਸ ਬਣਾ ਰੱਖਿਆ ਬਟ ਆਪਾਂ ਨੂੰ ਲੱਗਦਾ ਕਿ ਪ੍ਰੈਜ਼ੈਂਟ ਸਿੰਪਲ ਬੰਨਣਾ ਸੀ ਇੱਥੇ ਸਿਚੁਏਸ਼ਨ ਦੇ ਮੁਤਾਬਕ ਫਿਰ ਆਪਾਂ ਉਸ ਨੂੰ ਕਰੈਕਟ ਕਰਾਂਗੇ ਪ੍ਰੈਜ਼ੈਂਟ ਸਿੰਪਲ ਬਣਾਵਾਂਗੇ ਜਾਂ ਫਿਰ ਇਹਨਾਂ ਨੇ ਪ੍ਰੈਜ਼ੈਂਟ ਸਿੰਪਲ ਬਣਾ ਰੱਖਿਆ ਹੋਵੇ ਹੋ ਸਕਦਾ ਕੰਟੀਨਿਊਸ ਬਣਦਾ ਹੋਵੇ ਤਾਂ ਫਿਰ ਆਪਾਂ ਉੱਥੇ ਉਸ ਨੂੰ ਕਰੈਕਟ ਕਰਾਂਗੇ ਸੈਂਸ ਜਦੋਂ ਆਪਾਂ ਸੈਂ ਸਭ ਤੋਂ ਫਰਸਟ ਤਾਂ ਦੇਖੋ ਆਪਾਂ ਇੱਕ ਐਗਜ਼ਾਮਪਲ ਕਰ ਹੀ ਚੁੱਕਿਆ ਵਾਟਰ ਬੋਇਲਸ ਐਟ 100 ਡਿਗਰੀ ਸੈਲਸੀਅਸ ਇਹ ਦੱਸ ਰਹੇ ਨੇ ਆਪਾਂ ਇੱਕ ਜਾਣਕਾਰੀ ਦੇ ਰਹੇ ਹਾਂ ਆਪਾਂ ਜਨਰਲ ਗੱਲ ਕਰ ਰਹੇ ਹਾਂ ਜਨਰਲਲੀ ਕਿ ਜਿਹੜਾ ਪਾਣੀ ਹੈ ਉਹ 100 ਡਿਗਰੀ ਤੇ ਹਨਾ 100 ਡਿਗਰੀ ਸੈਲਸੀਅਸ ਤੇ ਉਹ ਕੀ ਹੈ ਉਬਲ ਜਾਂਦਾ ਤਾਂ ਇਹਦਾ ਮਤਲਬ ਇਹਨਾਂ ਨੇ ਪ੍ਰੈਜ਼ੈਂਟ ਸਿੰਪਲ ਬਣਾਇਆ ਬਿਲਕੁਲ ਠੀਕ ਬਣਾਇਆ ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਤਾਂ ਜਦੋਂ ਆਪਾਂ ਕਿਸੇ ਚੀਜ਼ ਬਾਰੇ ਜਾਣਕਾਰੀ ਦਿੰਦੇ ਆ ਜਾਂ ਕੋਈ ਜਨਰਲਲੀ ਆਪਾਂ ਗੱਲ ਕਰਦੇ ਆ ਤਾਂ ਪ੍ਰੈਜ਼ੈਂਟ ਸਿੰਪਲ ਹੀ ਬਣਦਾ ਹੈ ਤਾਂ ਬਿਲਕੁਲ ਓਕੇ ਹੈ ਅਗਲਾ ਦੇਖੋ ਆਪਾਂ ਕਿਸੇ ਨੂੰ ਕਹਿ ਰਹੇ ਹਾਊ ਆਫਨ ਆਪਾਂ ਪੁੱਛ ਰਹੇ ਹਾਂ ਆਪਣੇ ਕਿਸੇ ਦੋਸਤ ਤੋਂ ਹਾਊ ਆਫਨ ਆਰ ਯੂ ਗੋਇੰਗ ਟੂ ਦ ਸਿਨੇਮਾ ਆਪਾਂ ਕੁੱਲ ਮਿਲਾ ਕੇ ਜੇਕਰ ਸਮਝੀਏ ਕਿਸੇ ਤੋਂ ਇਹ ਪੁੱਛ ਰਹੇ ਆ ਵੀ ਤੂੰ ਸਿਨੇਮਾ ਕਿੰਨੇ ਵਾਰ ਜਾਂਦੇ ਆ ਹੁਣ ਮੰਨ ਲਓ ਆਪਣਾ ਕੋਈ ਦੋਸਤ ਹੈ ਆਪੋਸਤੋ ਇਹ ਗੱਲ ਪੁੱਛਨੀ ਆ ਵੀ ਯਾਰ ਸਿਨੇਮੇ ਚ ਤੂੰ ਕਿੰਨੇ ਕ ਵਾਰ ਚਲਾ ਜਾਂਦਾ ਤਾਂ ਆਪੋਸਤੋ ਕੀ ਪੁੱਛਦੇ ਹੁੰਨੇ ਆ ਆਪਾਂ ਇਹੀ ਪੁੱਛਦੇ ਆ ਨਾ ਕਿ ਤੂੰ ਸਿਨੇਮਾ ਸਿਨੇਮੇ ਵਿੱਚ ਕਿੰਨੇ ਕ ਵਾਰ ਜਾਂਦਾ ਜਾਂ ਆਪਾਂ ਇਹ ਪੁੱਛਦੇ ਆ ਕਿ ਤੂੰ ਸਿਨੇਮੇ ਦੇ ਵਿੱਚ ਕਿੰਨੀ ਕ ਵਾਰ ਜਾ ਰਿਹਾ ਹੈ ਬਾਕੀ ਰਹੀ ਗੱਲ ਇਹ ਇੱਕ ਗੱਲ ਹੋਰ ਵੀ ਇੱਥੇ ਧਿਆਨ ਦਿਓ ਆਪਾਂ ਪੁੱਛ ਰਹੇ ਆ ਕਿ ਤੂੰ ਸਿਨੇਮਾ ਕਿੰਨੇ ਕ ਵਾਰ ਜਾਂਦਾ ਹੈ ਰਿਪੀਟਡ ਐਕਸ਼ਨ ਹੈ ਇਹ ਵੀ ਸਿਨੇਮੇ ਜਮਾਲੂ ਆਪਾਂ ਅੱਜ ਸਿਨੇਮਾ ਗਏ ਦੋ ਦਿਨ ਛੱਡ ਕੇ ਫੇਰ ਗਏ ਰਿਪੀਟਡ ਐਕਸ਼ਨ ਹੋ ਗਿਆ ਨਾ ਆਪਾਂ ਉਸ ਬੰਦੇ ਦਾ ਆਪਣੇ ਸਾਹਮਣੇ ਵਾਲੇ ਬੰਦੇ ਦਾ ਰਿਪੀਟਡ ਕਿ ਸਿਨੇਮੇ ਚ ਜਾਣ ਦਾ ਜਿਹੜਾ ਤੇਰਾ ਰਿਪੀਟਡ ਐਕਸ਼ਨ ਹੈ ਤੂੰ ਕਿੰਨੇ ਕ ਵਾਰ ਜਾਂਦਾ ਹੈ ਤਾਂ ਫਿਰ ਇੱਥੇ ਕੰਟੀਨਿਊ ਕਿੱਦਾਂ ਬਣੇਗਾ ਇੱਥੇ ਪ੍ਰੈਜ਼ੈਂਟ ਸਿੰਪਲ ਬਣੇਗਾ ਇਹਨਾਂ ਨੇ ਬਣਾਇਆ ਹਾਊ ਆਫਨ ਆਰ ਯੂ ਗੋਇੰਗ ਟੂ ਦਾ ਸਿਨੇਮਾ ਆਪਾਂ ਇੰਟੈਰੋਗੇਟਿਵ ਬਣਾਉਣਾ ਹੈ ਇਹ ਵੀ ਇੰਟੈਰੋਗੇਟਿਵ ਹੈ ਇੰਟੈਰੋਗੇਟਿਵ ਬਣਾਉਣਾ ਹੈ ਪ੍ਰੈਜ਼ੈਂਟ ਸਿੰਪਲ ਦਾ ਪ੍ਰੈਜ਼ੈਂਟ ਸਿੰਪਲ ਦਾ ਜਦੋਂ ਆਪਾਂ ਇੰਟੈਰੋਗੇਟਿਵ ਬਣਾਉਨੇ ਆ ਤਾਂ ਸਭ ਤੋਂ ਪਹਿਲਾਂ ਡੂ ਤੇ ਡਸ ਆਉਂਦਾ ਆ ਆਰ ਦੀ ਜਗ੍ਹਾ ਤੇ ਇੱਥੇ ਕੀ ਆਏਗਾ ਡੂ ਤੇ ਡਸ ਦੇ ਵਿੱਚੋਂ ਯੂ ਹੈ ਯੂ ਦੇ ਨਾਲ ਕੀ ਆਏਗਾ ਡੂ ਤਾਂ ਇੱਥੇ ਆਏਗਾ ਡੂ you ਜਿਹੜਾ go ਹੈ ਉਹ ਕੱਲਾ going ਦਾ go ਕਰ ਦਾਂਗੇ ਕਿਉਂਕਿ ਪ੍ਰੈਜ਼ੈਂਟ ਸਿੰਪਲ ਹੈ ਤਾਂ ਇਸ ਤਰ੍ਹਾਂ ਦੇਖੋ கரੈਕਟ ਹੋ ਗਿਆ ਇਹ ਬਣ ਜੇਗਾ how often do you go to the cinema ਤੀਸਰਾ ਦੇਖੋ ben tries to find a job but he has not had any luck yet ਪਰ ਹਰ ਜੇ ਉਸ ਦਾ ਲੱਕ ਨਹੀਂ ਹੈਗਾ ਜੇਕਰ ਧਿਆਨ ਨਾਲ ਸਮਝੋ ਤੁਸੀਂ ਇੱਥੇ ਮੰਨ ਲਓ ਕੋਈ ਬੰਦਾ ben ਹੈ ਉਹ ਜੋਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ try ਕਰ ਰਿਹਾ ਹੈ ਠੀਕ ਹੈ ਪਰ ਹਜੇ ਉਸ ਦਾ ਲੱਕ ਨਹੀਂ ਹੈਗਾ ਤਾਂ ਆਪਾਂ ਕੀ ਕਹਿੰਦੇ ਹੁੰਨੇ ਆ ਵੀ ਯਾਰ ਉਹ ਜੋਬ ਲੱਭਣ ਦੀ ਟਰਾਈ ਤਾਂ ਕਰ ਰਿਹਾ ਪਰ ਹਜੇ ਉਸ ਦਾ ਲੱਕ ਨਹੀਂ ਹੈਗਾ ਕਰ ਰਿਹਾ ਹੈ ਰਿਹਾ ਹੈ ਆਏਗਾ ਕੰਟੀਨਿਊ ਬਣੇਗਾ ਬਾਕੀ ਰਹੀ ਗੱਲ ਇਹ ਦੇਖੋ ਮੰਨ ਲਓ ਆਪਣਾ ਕੋਈ ਭੈਣ ਜਾਂ ਭਰਾ ਹੈ ਉਸਦੇ ਕੋਲ ਜੋਬ ਨਹੀਂ ਹੈਗੀ ਮੰਨ ਲਓ ਉਹ ਟਰਾਈ ਕਰਦਾ ਹੈ ਕੱਲ ਉਹ ਕਿਸੇ ਆਫਿਸ ਦੇ ਵਿੱਚ ਰਿਜ਼ੂਮ ਦੇ ਕੇ ਆਇਆ ਸੀ ਅੱਜ ਵੀ ਉਹ ਕਿਸੇ ਕੰਪਨੀ ਦੇ ਵਿੱਚ ਰਿਜ਼ੂਮ ਦੇਣ ਗਿਆ ਕੱਲ ਨੂੰ ਵੀ ਰਿਜ਼ੂਮ ਦੇਣ ਜਾਏਗਾ ਕਿਉਂਕਿ ਹਲੇ ਜੋਬ ਨਹੀਂ ਹੈਗੀ ਤਾਂ ਇਹਦਾ ਮਤਲਬ ਜੋਬ ਲੱਭਣ ਦੀ ਜਿਹੜੀ ਉਸਦੀ ਕੋਸ਼ਿਸ਼ ਹੈ ਟਰਾਈ ਜਿਹੜੀ ਕਰ ਰਿਹਾ ਹੈ ਉਹ ਕਿਰਿਆ ਜਿਹੜੀ ਉਹ ਚੱਲ ਰਹੀ ਹੈ ਹਲੇ ਕੰਟੀਨਿਊ ਚੱਲ ਰਹੀ ਹੈ ਹਲੇ ਖਤਮ ਨਹੀਂ ਹੋਈ ਹੈਗੀ ਤਾਂ ਕਰਕੇ ਇਹ ਕੰਟੀਨਿਊ ਬਣੇਗਾ ਬੈਨ ਇਜ਼ ਟਰਾਈਂਗ ਹੋਏਗਾ ਇੱਥੇ ਇਜ਼ ਟਰਾਈਂਗ ਕਹਾਂਗੇ ਆਪਾਂ ਬੀੜਾ ਬੈਨ ਹੈ ਉਹ ਜੋਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹਜੇ ਉਸ ਦਾ ਲੱਕ ਨਹੀਂ ਹੈਗਾ ਚੌਥਾ ਦੇਖੋ ਮਾਰਟੀਨਾ ਇਜ਼ ਫੋਨਿੰਗ ਹਰ ਮਦਰ ਏਵਰੀ ਡੇ ਜਿਹੜੀ ਮਾਰਟਿਨ ਹੈ ਉਹ ਆਪਣੀ ਮਾਤਾ ਨੂੰ ਹਰ ਰੋਜ਼ ਫੋਨ ਕਰਦੀ ਹੈ ਦੇਖੋ ਰਿਪੀਟਡ ਐਕਸ਼ਨ ਹੋ ਗਿਆ ਨਾ ਹਰ ਰੋਜ਼ ਏਵਰੀ ਡੇ ਅਪਾ ਹਰ ਰੋਜ਼ ਕਿਸੇ ਨੂੰ ਕੋਈ ਕੰਮ ਕਰਦੇ ਆ ਹਰ ਰੋਜ਼ ਤਾਂ ਰਿਪੀਟਡ ਐਕਸ਼ਨ ਹੋ ਗਿਆ ਜਦੋਂ ਰਿਪੀਟਡ ਐਕਸ਼ਨ ਹੁੰਦਾ ਤਾਂ ਅਪਾ ਕਿਹੜਾ ਟੈਂਸ ਬਣਾਉਣੇ ਆ ਪ੍ਰੈਜ਼ੈਂਟ ਸਿੰਪਲ ਇਹਨਾਂ ਨੇ ਬਣਾ ਰੱਖਿਆ ਕੰਟੀਨਿਊਸ ਤਾਂ ਪ੍ਰੈਜ਼ੈਂਟ ਸਿੰਪਲ ਕਿਸ ਤਰ੍ਹਾਂ ਬਣੇਗਾ ਇਹ ਹੈਗਾ ਮਾਰਟਿਨ ਇਜ਼ ਫੋਨਿੰਗ ਤਾਂ ਅਪਾ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਕੀ ਹੁੰਦਾ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਸ ਮਾਰਟਿਨ ਸਿੰਗੂਲਰ ਹੈ ਤਾਂ ਫੋਨ ਵਰਬ ਦੀ ਫਾਰਮ ਹੈ ਤਾਂ ਇਸ ਦੇ ਨਾਲ ਆ ਜਾਏਗਾ ਫੋਨਸ ਤਾਂ ਇਹ ਬਣੇਗਾ ਮਾਰਟਿਨ ਫੋਨਸ ਵਰਬ ਦੀ ਫਾਰਮ ਹੈ ਫੋਨ ਕਿਸੇ ਨੂੰ ਕਾਲ ਕਰਨੀ ਫੋਨ ਕਰਨਾ ਫੋਨ ਫੌਂਡ ਫੌਂਡ ਪੰਜਵਾਂ ਦੇਖੋ the moon goes around the earth in about 27 days ਜਿਹੜਾ ਚੰਦ ਹੈ ਉਹ ਧਰਤੀ ਦੇ ਦੁਆਲੇ 27 ਦਿਨਾਂ ਦੇ ਵਿੱਚ ਆਪਣਾ ਚੱਕਰ ਹੈ ਜਿਹੜਾ ਉਹ ਲਗਾਉਂਦਾ ਦੇਖੋ ਇਹ ਜਨਰਲ ਗੱਲ ਕਰ ਰਹੇ ਆਪਾਂ ਇੱਕ ਜਾਣਕਾਰੀ ਇੱਕ ਤਰ੍ਹਾਂ ਦੀ ਰਿਪੀਟਡ ਐਕਸ਼ਨ ਹੋ ਗਿਆ ਜਾਂ ਫਿਰ ਕਹਿ ਲਓ ਮੂਨ ਦਾ ਤਾਂ ਪ੍ਰੈਜ਼ੈਂਟ ਸਿੰਪਲ ਬਣੂ ਤਾਂ ਇਹਨਾਂ ਨੇ ਵੀ ਪ੍ਰੈਜ਼ੈਂਟ ਸਿੰਪਲ ਹੀ ਬਣਾਇਆ ਹੋਇਆ ਹੈ ਤਾਂ ਆਪਾਂ ਔਕੇ ਕਰਾਂਗੇ ਇਸ ਨੂੰ ਕੋਈ ਪ੍ਰੋਬਲਮ ਨਹੀਂ ਅਗਲਾ ਦੇਖੋ ਛੇਵਾਂ ਆਪਾਂ ਕਿਸੇ ਤੋਂ ਕੁਐਸਚਨਿੰਗ ਕਰ ਰਹੇ ਆ ਦੇਖੋ ਪੁੱਛ ਰਹੇ ਹਾਂ ਧਿਆਨ ਨਾਲ ਸੁਣਿਓ ਇਸ ਨੂੰ ਸਮਝਣ ਵਾਲੀ ਗੱਲ ਹੈ ਇਸ ਸੈਂਟੈਂਸ ਦੇ ਵਿੱਚ ਦੇਖੋ ਆਪਾਂ ਬੈਠਿਆਂ ਮੰਨ ਲਓ ਕਈ ਜਣੇ ਬੈਠੇ ਆਪਾਂ ਕਿਸੇ ਨੂੰ ਕਹਿ ਰਹੇ ਆ ਕੈਨ ਯੂ ਹਿਅਰ ਦੋਜ਼ ਪੀਪਲ ਕੀ ਤੁਸੀਂ ਉਹਨਾਂ ਲੋਕਾਂ ਨੂੰ ਸੁਣ ਸਕਦੇ ਹੋ ਮੰਨ ਲਓ ਆਪਾਂ ਨੂੰ ਕਿਸੇ ਬੰਦਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜੇਕਰ ਆਪਾਂ ਨੂੰ ਕਿਸੇ ਦੀ ਆਵਾਜ਼ ਸੁਣਾਈ ਦਿੰਦੀ ਹੈ ਆਪਾਂ ਫੇਰ ਹੀ ਦੂਸਰੇ ਨੂੰ ਕਹਿੰਦੇ ਆ ਵੀ ਕੈਨ ਯੂ ਹਿਅਰ ਦੋਜ਼ ਪੀਪਲ ਕੀ ਤੁਹਾਨੂੰ ਉਹ ਬੰਦਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਉਸ ਤੋਂ ਬਾਅਦ ਅੱਗੇ ਆਪਾਂ ਦੁਬਾਰੇ ਕੁਐਸਚਨ ਕਰ ਰਹੇ ਹਾਂ ਵਟ ਡੂ ਦੇ ਟਾਕ ਅਬਾਊਟ ਉਹ ਕਿਸ ਚੀਜ਼ ਦੇ ਬਾਰੇ ਗੱਲ ਕਰ ਰਹੇ ਨੇ ਦੇਖੋ ਜਿਸ ਵਕਤ ਆਪਾਂ ਨੂੰ ਬੰਦੇ ਸੁਣਾਈ ਦੇ ਰਹੇ ਨੇ ਇਹਦਾ ਮਤਲਬ ਉਹ ਬੋਲ ਰਹੇ ਨੇ ਹਨਾ ਆਪਾਂ ਜਦੋਂ ਕਿਸੇ ਨੂੰ ਕਹਿ ਰਹੇ ਆ ਵੀ ਤੈਨੂੰ ਉਹ ਲੋਕ ਸੁਣਾਈ ਦੇ ਰਹੇ ਨੇ ਬੋਲਦੇ ਇਹਦਾ ਮਤਲਬ ਜਿਸ ਵਕਤ ਆਪਾਂ ਕਹਿ ਰਹਾਂ ਉਸ ਵਕਤ ਉਹ ਬੋਲ ਰਹੇ ਨੇ ਨਾ ਫੇਰ ਹੀ ਆਪਾਂ ਨੂੰ ਉਹਨਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਫੇਰ ਹੀ ਆਪਾਂ ਦੂਸਰਿਆਂ ਤੋਂ ਪੁੱਛ ਰਹੇ ਆ ਕੈਨ ਯੂ ਹਿਅਰ ਦੋਜ਼ ਪੀਪਲ ਕੀ ਤੁਹਾਨੂੰ ਵੀ ਸੁਣਾਈ ਦੇ ਰਹੇ ਨੇ ਉਹ ਬੋਲਦੇ ਇਹਦਾ ਮਤਲਬ ਉਹਨਾਂ ਦਾ ਐਕਸ਼ਨ ਆ ਜਿਹੜਾ ਬੋਲਣ ਦਾ ਉਹ ਚੱਲ ਰਿਹਾ ਹੈ ਜਦੋਂ ਐਕਸ਼ਨ ਚੱਲ ਰਿਹਾ ਹੈ ਇਹਦਾ ਮਤਲਬ ਉਹ ਬੋਲ ਰਹੇ ਨੇ ਆਪਾਂ ਇਹੀ ਕਹਾਂ ਉਹ ਕਿਸ ਚੀਜ਼ ਦੇ ਬਾਰੇ ਗੱਲ ਕਰ ਰਹੇ ਹਨ ਤਾਂ ਕੰਟੀਨਿਊ ਬਣੇਗਾ ਇੱਥੇ ਵੀ ਤਾਂ ਇਹਨਾਂ ਨੇ ਬਣਾਇਆ ਪ੍ਰੈਜੈਂਟ ਸਿੰਪਲ ਇਹਨਾਂ ਨੇ ਕਿਹਾ 왓 ਡੂ ਦੇ ਟਾਕ ਅਬਾਊਟ ਤਾਂ ਜਦੋਂ ਆਪਾਂ ਕੰਟੀਨਿਊ ਬਣਾਵਾਂਗੇ ਤਾਂ ਕੰਟੀਨਿਊ ਦੇ ਵਿੱਚ ਕੀ ਹੁੰਦਾ ਇਨਟੈਰੋਗੇਟਿਵ ਦੇ ਵਿੱਚ ਪਹਿਲਾਂ ਇਜ਼ ਐਮ ਆਰ ਲੱਗਦਾ ਔਰ ਇਜ਼ ਐਮ ਆਰ ਦੇ ਦੇ ਹਿਸਾਬ ਨਾਲ ਕੀ ਲੱਗੇਗਾ ਆਰ ਤਾਂ ਡੂ ਦੀ ਜਗ੍ਹਾ ਤੇ ਲੱਗੇਗਾ ਆਰ ਤਾਂ ਆਰ ਦੇ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਂ ਜੀ ਆਰ ਦੇ ਟਾਕਿੰਗ ਇਹ ਬਣੇਗਾ ਅੱਗੇ ਕੁਐਸਚਨ ਮਾਰਕ ਆਏਗਾ ਹਨਾ ਲਾਸਟ ਤੇ ਤਾਂ ਇਹ ਬਣੇਗਾ ਵਟ ਆਰ ਦੇ ਟਾਕਿੰਗ ਅਬਾਊਟ ਉਹ ਕਿਸ ਚੀਜ਼ ਦੇ ਬਾਰੇ ਗੱਲ ਕਰ ਰਹੇ ਹਨ ਕੰਟੀਨਿਊ ਬਣੇਗਾ ਸੱਤਵਾਂ ਦੇਖੋ ਵਟ 杜 ਯੂ ਡੂ ਇਨ ਯੋਰ ਸਪੇਅਰ ਟਾਈਮ ਆਪਣੇ ਸਪੇਅਰ ਟਾਈਮ ਦੇ ਵਿੱਚ ਠੀਕ ਹੈ ਵਿਲੇ ਸਮੇਂ ਦੇ ਵਿੱਚ ਤੁਸੀਂ ਕੀ ਕਰਦੇ ਹੋ ਅਪਾ ਕਿਸੇ ਤੋਂ ਪੁੱਛ ਰਹੇ ਹਾਂ ਰਿਪੀਟਡ ਐਕਸ਼ਨੇ ਹੋ ਗਿਆ ਇੱਕ ਤਰ੍ਹਾਂ ਦਾ ਇਹ ਜਦ ਇੱਕ ਤਰ੍ਹਾਂ ਦੀ ਜਰਨਲ ਲਾ ਲੋ ਗੱਲ ਕਰ ਰਹੇ ਹਾਂ ਆਪਾਂ ਵੀ ਤੁਹਾਡੇ ਬੇਲੇ ਸਮੇਂ ਦੇ ਵਿੱਚ ਤੁਸੀਂ ਕੀ ਕਰਦੇ ਹੋ ਕਿਉਂਕਿ ਬੇਲਾ ਸਮਾਂ ਇਹ ਤਾਂ ਹੈ ਨਹੀਂ ਕਿ ਅੱਜ ਹੀ ਆ ਸਿਰਫ ਹੋ ਸਕਦਾ ਕੱਲ ਨੂੰ ਵੀ ਬੇਲਾ ਸਮਾਂ ਕੋਈ ਆਵੇ ਅਗਲੇ ਦਿਨ ਵੀ ਆਵੇ ਤਾਂ ਰਿਪੀਟਡ ਐਕਸ਼ਨ ਹੋ ਗਿਆ ਆਪਾਂ ਉਸ ਬੰਦੇ ਦਾ ਰਿਪੀਟਡ ਐਕਸ਼ਨ ਪੁੱਛ ਰਹੇ ਹਾਂ ਵੀ ਜਦੋਂ ਵੀ ਤੁਹਾਡਾ ਬੇਲਾ ਸਮਾਂ ਆਉਂਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਤਾਂ ਪ੍ਰੈਜ਼ੈਂਟ ਸਿੰਪਲ ਆਏਗਾ ਇਹਨਾਂ ਨੇ ਪ੍ਰੈਜ਼ੈਂਟ ਸਿੰਪਲ ਹੀ ਬਣਾਇਆ ਵਾਟ ਡੂ ਯੂ ਡੂ ਇੰਟੈਰੋਗੇਟਿਵ ਹੈ ਦੇਖੋ ਡੂ ਯੂ ਡੂ ਤਾਂ ਬਿਲਕੁਲ ਆਪਾਂ ਇਸ ਨੂੰ ਓਕੇ ਲਿਖਾਂ ਸਾਰਾ ਇਜ਼ ਅ ਵੈਜੀਟੇਰੀਅਨ ਸਾਰਾ ਵੈਜੀਟੇਰੀਅਨ ਹੈ ਸ਼ੀ ਡਸ ਨੋਟ ਈਟ ਮੀਟ ਉਹ ਈਟ ਨਹੀਂ ਖਾਂਦੀ ਹੁਣ ਆਪਾਂ ਸਾਰਾ ਦੇ ਬਾਰੇ ਦੇਖੋ ਸਾਰਾ ਇਸ ਵਕਤ ਮੀਟ ਖਾਤਾ ਨਹੀਂ ਰਹੀ ਕੋਈ ਕਿਰਿਆ ਤਾਂ ਨਹੀਂ ਚੱਲ ਰਹੀ ਆਪਾਂ ਉਸ ਦੇ ਬਾਰੇ ਜਨਰਲਲੀ ਗੱਲ ਕਰ ਰਹੇ ਹਾਂ ਸਾਰਾ ਦੇ ਬਾਰੇ ਆਪਾਂ ਜਾਣਕਾਰੀ ਦੱਸ ਰਹੇ ਹਾਂ ਵੀ ਸਾਰਾ ਮੀਟ ਨਹੀਂ ਖਾਂਦੀ ਵੈਜੀਟੇਰੀਅਨ ਹੈ ਤਾਂ ਪ੍ਰੈਜ਼ੈਂਟ ਸਿੰਪਲ ਬਣੇਗਾ ਇਹਨਾਂ ਨੇ ਪ੍ਰੈਜ਼ੈਂਟ ਸਿੰਪਲ ਹੀ ਬਣਾਇਆ ਹੋਇਆ ਹੈ ਤਾਂ ਓਕੇ ਲਿਖਾਂਗੇ ਕੋਈ ਡਾਊਟ ਅੱਗੇ ਦੇਖੋ ਨੋਵਾਂ ਆਈ ਮਸਟ ਗੋ ਨਾਓ ਹੁਣ ਮੈਨੂੰ ਜਾਣਾ ਚਾਹੀਦਾ ਹੈ it gets late ਵੀ ਲੇਟ ਹੁੰਦਾ ਜਾ ਰਿਹਾ ਮੈਨੂੰ ਹੁਣ ਦੇਖੋ ਮੰਨ ਲਓ ਆਪਾਂ ਕਿਸੇ ਦੇ ਘਰੇ ਬੈਠੇ ਆਂ ਧਿਆਨ ਨਾਲ ਸੋਚੋ ਸਿਚੁਏਸ਼ਨ ਆਪਾਂ ਕਿਸੇ ਦੇ ਘਰੇ ਬੈਠੇ ਆਂ ਆਪਾਂ ਨੇ ਉਥੋਂ 9 ਵਜੇ ਨਿਕਲਣਾ ਸੀ ਆਪਾਂ ਨੂੰ ਸਵਾ 9 ਹੋ ਗਏ ਹੁਣ ਜਦੋਂ ਸਵਾ 9 ਹੋ ਗਏ ਇਹਦਾ ਮਤਲਬ ਆਪਾਂ ਲੇਟ ਹੋ ਰਿਹਾ ਹਰ ਇੱਕ ਸੈਕਿੰਡ ਆਪਾਂ ਲੇਟ ਹੋ ਰਿਹਾ ਨਾ ਜਿਹੜਾ ਲੇਟ ਹੋਣ ਦਾ ਆਪਣਾ ਕੰਮ ਹੈ ਉਹ ਕੰਟੀਨਿਊ ਚੱਲ ਪਿਆ ਕਿਉਂਕਿ ਹਰ ਇੱਕ ਸੈਕਿੰਡ ਜਦੋਂ ਵੀ ਹਰ ਇੱਕ ਮਿੰਟ ਹਰ ਇੱਕ ਸੈਕਿੰਡ ਅੱਗੇ ਵੱਧ ਰਿਹਾ ਹੈ ਤਾਂ ਆਪਾਂ ਲੇਟ ਹੋਰ ਹੁੰਦੇ ਜਾ ਰਹੇ ਹਾਂ ਤੈ ਤਾਂ ਕੰਟੀਨਿਊ ਕਿਰਿਆ ਹੋਗੀ ਨਾ ਤਾਂ ਇਹਦਾ ਮਤਲਬ ਆਪਾਂ ਕਹਾਂਗੇ ਆਈ ਮਸਟ ਗੋ ਨਾਓ ਮੈਨੂੰ ਹੁਣ ਜਾਣਾ ਚਾਹੀਦਾ ਆਈ ਗੇਟਸ ਲੇਟ ਵੀ ਮੈਨੂੰ ਹੁਣ ਲੇਟ ਹੁੰਦਾ ਜਾ ਰਿਹਾ ਮੈਂ ਲੇਟ ਹੁੰਦਾ ਜਾ ਰਿਹਾ ਤਾਂ ਇੱਥੇ ਕੰਟੀਨਿਊ ਆਏਗਾ ਤਾਂ ਇੱਥੇ ਹੈਗਾ ਇਟ ਇਟ ਇਜ਼ ਗੈਟਿੰਗ ਇਟ ਇਜ਼ ਗੈਟਿੰਗ ਲੇਟ ਇੱਥੇ ਆਏਗਾ ਇਟ ਇਜ਼ ਗੈਟਿੰਗ ਲੇਟ ਵੀ ਲੇਟ ਹੁੰਦਾ ਜਾ ਰਿਹਾ ਦਸਵਾਂ ਦੇਖੋ ਕਮ ਆਨ ਕਹਿੰਦੇ ਠੀਕ ਹੈ ਇਟਸ ਟਾਈਮ ਟੂ ਲੀਵ ਕਹੇ ਕਮ ਆਨ ਇਟਸ ਟਾਈਮ ਟੂ ਲੀਵ ਜਾਣ ਦਾ ਸਮਾਂ ਆ ਗਿਆ ਤਾਂ ਅੱਗੋਂ ਫਿਰ ਦੂਸਰਾ ਵਿਅਕਤੀ ਕਹਿ ਰਿਹਾ ਜਿਸ ਨੂੰ ਕਹਿ ਰਿਹਾ ਉਹ ਉਹਨੇ ਇੱਕ ਬੰਦੇ ਨੇ ਇੱਕ ਬੰਦੇ ਨੂੰ ਕਿਹਾ ਦੂਸਰੇ ਨੂੰ ਕਿਹਾ ਮੰਨ ਲਓ ਮੈਂ ਕਿਹਾ ਦੂਸਰੇ ਨੂੰ ਵੀ ਕਮ ਆਨ ਜਾਣ ਦਾ ਸਮਾਂ ਆ ਗਿਆ ਤਾਂ ਅੱਗੋਂ ਦੂਸਰਾ ਬੰਦਾ ਕਹਿੰਦਾ ਓਕੇ ਆਈ ਕਮ ਮੈਂ ਆਉਂਦਾ ਹਾਂ ਜਦੋਂ ਆਪਾਂ ਨੂੰ ਅਕਸਰ ਕੋਈ ਇਸ ਤਰ੍ਹਾਂ ਕੋਈ ਬੋਲਦਾ ਹੈ ਮੰਨ ਲਓ ਆਪਾਂ ਨੂੰ ਕੋਈ ਬੋਲਿਆ ਅੰਦਰ ਬੈਠੇ ਆਂ ਆਪਾਂ ਨੂੰ ਕੋਈ ਬਾਹਰਲਾ ਬੰਦਾ ਆਪਣਾ ਦੋਸਤ ਬੋਲੇ ਵੀ ਯਾਰ ਕਮ ਆਨ ਜਾਣ ਦਾ ਸਮਾਂ ਆ ਗਿਆ ਤਾਂ ਪੱਕੀ ਕਹਿੰਦੇ ਹੁੰਦੇ ਆ ਹਮੇਸ਼ਾ ਸੋਚੋ ਦਿਮਗ ਤੇ ਜ਼ੋਰ ਲਾ ਕੇ ਆਪਾਂ ਇਹ ਕਹਿੰਦੇ ਹੁੰਨੇ ਹਾਂ ਹਾਂ ਮੈਂ ਆ ਰਿਹਾ ਆ ਰਿਹਾ ਮਤਲਬ ਕਿ ਆਈ ਐਮ ਕਮਿੰਗ ਆਏਗਾ ਤਾਂ ਇੱਥੇ ਆਏਗਾ ਐਮ ਕਮਿੰਗ ਮਤਲਬ ਇਹਦੀ ਜਗ੍ਹਾ ਤੇ ਐਮ ਕਮਿੰਗ ਆਈ ਤਾਂ ਹੈਗੀ ਆ ਆਈ ਐਮ ਕਮਿੰਗ 11ਵਾਂ ਦੇਖੋ ਪੌਲ ਇਜ਼ ਨੈਵਰ ਲੇਟ ਪੌਲ ਕਦੇ ਵੀ ਲੇਟ ਨਹੀਂ ਹੁੰਦਾ ਹੀ ਇਜ਼ ਆਲਵੇਜ਼ ਸਟਾਰਟਿੰਗ ਵਰਕ ਔਨ ਟਾਈਮ ਇਹ ਆਪਾਂ ਪਹਿਲਾਂ ਕੀਤਾ ਵੀ ਹੈ ਆਲਵੇਜ਼ ਵਾਲਾ ਕਨਸੈਪਟ ਆ ਗਿਆ ਜਦੋਂ ਆਪਾਂ ਜਦੋਂ ਆਪਾਂ is mr ਤੋਂ ਬਾਅਦ ਆਲਵੇਜ਼ ਸਟਾਰਟਿੰਗ ਵਰਬ ਦੀ ਫਸਟ ਫਾਰਮ ਦੇ ਨਾਲ ing ਲਗਾਉਨੇ ਆ ਉਹ ਆਪਾਂ ਕਦੋਂ ਯੂਜ਼ ਕਰਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਦੋਂ ਯੂਜ਼ ਕਰਦੇ ਆ ਤੇ ਜਦੋਂ ਆਪਾਂ is mr ਆਪਾਂ ਨਹੀਂ ਲਗਾਉਂਦੇ ਮਤਲਬ ਕਿ ਮੈਂ ਦੁਬਾਰਾ ਤੁਹਾਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਥੋੜਾ ਜਿਹਾ ਦਿਮਾਗ ਦੇ ਵਿੱਚੋਂ ਮੇਰੇ ਵੀ ਪਜ਼ਲ ਹੋ ਗਿਆ ਸੀ ਦੁਬਾਰੇ ਤੁਸੀਂ ਦੁਬਾਰੇ ਇੱਥੇ ਆ ਜਾਓ ਜਿਹੜੇ ਆਪਾਂ ਸਭ ਤੋਂ ਲਾਸਟ ਵਾਲਾ ਕਰਿਆ ਸੀ ਨਾ ਆਈ ਆਲਵੇਜ਼ డు ਤੇ ਆਈ ਐਮ ਆਲਵੇਜ਼ ਡੂਇੰਗ ਉਹ ਤੁਹਾਨੂੰ ਯਾਦ ਆ ਗਿਆ ਬਸ ਉਹ ਰੂਲ ਹੈ ਜਦੋਂ ਆਪਾਂ ਕੋਈ ਕੰਮ ਐਵਰੀ ਟਾਈਮ ਕਰਦੇ ਆਂ ਐਵਰੀ ਟਾਈਮ ਫਿਰ ਤਾਂ ਆਪਾਂ ਆਈ ਆਲਵੇਸ ਡੂ ਇਹ ਫਾਰਮੂਲਾ ਯੂਜ਼ ਕਰਦੇ ਆਂ ਜਦੋਂ ਆਪਾਂ ਕੋਈ ਕੰਮ ਐਵਰੀ ਟਾਈਮ ਨਹੀਂ ਮੋਰ ਆਫਨ ਕਰਦੇ ਆਂ ਵੀ ਜ਼ਿਆਦਾਤਰ ਕਰਦੇ ਆਂ ਉਦੋਂ ਆਪਾਂ ਆਹ ਵਾਲਾ ਫਾਰਮੂਲਾ ਆਲਵੇਸ ਡੂਇੰਗ ਵਾਲਾ ਯੂਜ਼ ਕਰਦੇ ਆਂ ਬਟ ਇੱਥੇ ਜਿਹੜਾ ਪੌਲ ਹੈ ਪੌਲ ਬਾਰੇ ਇਹ ਗੱਲ ਕਹੀ ਗਿਆ ਕਿ ਪੌਲ ਕਦੇ ਵੀ ਲੇਟ ਨਹੀਂ ਹੁੰਦਾ ਕੰਮ ਤੇ ਉਹ ਐਵਰੀ ਟਾਈਮ ਜਿਹੜਾ ਕੰਮ ਹੈ ਆਪਣਾ ਸਹੀ ਸਮੇਂ ਤੇ ਸ਼ੁਰੂ ਕਰ ਦਿੰਦਾ ਕਦੇ ਵੀ ਲੇਟ ਨਹੀਂ ਹੁੰਦਾ ਤਾਂ ਇਹਦਾ ਮਤਲਬ ਇੱਥੇ ਆਈ ਆਲਵੇਸ ਡੂ ਵਾਲਾ ਫਾਰਮੂਲਾ ਆਏਗਾ ਇੱਥੇ ਆਏਗਾ ਹੀ ਆਲਵੇਸ ਸਟਾਰਟ ਤਾਂ ਇੱਥੇ ਕੀ ਆਏਗਾ ਆਲਵੇਸ ਸਟਾਰਟ ਆਏਗਾ ਇੱਥੇ ਇੱਥੇ ਇਹ ਵਾਲਾ ਆਏਗਾ ਠੀਕ ਹੈ ਇਹਨਾਂ ਨੇ ਕਿਹਾ ਹੀ ਇਜ਼ ਆਲਵੇਸ ਸਟਾਰਟਿੰਗ ਬਟ ਆਪ ਕਹਾਂਗੇ ਹੀ ਆਲਵੇਸ ਸਟਾਰਟਸ ਆਲਵੇਸ ਸਟਾਰਟਸ ਆਏਗਾ ਕਿਉਂਕਿ ਹੀ ਹੈ ਤਾਂ ਸਟਾਰਟਸ ਆਏਗਾ ਸੌਰੀ ਠੀਕ ਹੈ ਅਗਲਾ ਦੇਖੋ 12ਵਾਂ ਦੇ ਡੋਨਟ ਗੈਟ ਔਨ ਬੈਲ ਮਤਲਬ ਉਹ ਇੱਕ ਦੂਸਰੇ ਨਾਲ ਸਹੀ ਨਹੀਂ ਹੈਗੇ ਦੋ ਬੰਦੇ ਨੇ ਕੋਈ ਦੇ ਡੋਨਟ ਗੈਟ ਔ ਉਹ ਇੱਕ ਦੂਸਰੇ ਨਾਲ ਆਪਸ ਦੇ ਵਿੱਚ ਸਹੀ ਨਹੀਂ ਹੈਗੇ ਦੇ ਆਰ ਆਲਵੇਜ਼ ਆਰਗੂਇੰਗ ਇਥੇ ਵੀ ਆਹੀ ਚੀਜ਼ ਆ ਗਈ ਆਲਵੇਜ਼ ਦੇ ਆਰ ਆਲਵੇਜ਼ ਆਰਗੂਇੰਗ ਆਲਵੇਜ਼ ਤੋਂ ਬਾਅਦ ਵਰਤੂ ਵੀ ਫਰਸਟ ਫਾਰਮ ਹੈ ਬਟ ਇਥੇ ਬਿਲਕੁਲ ਰਾਈਟ ਹੈ ਕਿਉਂ ਰਾਈਟ ਹੈ ਕਿਉਂਕਿ ਇਥੇ ਆਰਗੂ ਦੀ ਗੱਲ ਹੋ ਰਹੀ ਹੈ ਵੀ ਉਹ ਆਪਸ ਦੇ ਵਿੱਚ ਸਹੀ ਨਹੀਂ ਹੈਗੇ ਦੇ ਆਰ ਆਲਵੇਜ਼ ਆਰਗੂਇੰਗ ਵੀ ਜ਼ਿਆਦਾਤਰ ਉਹ ਲੜਦੇ ਹੀ ਰਹਿੰਦੇ ਨੇ ਜ਼ਿਆਦਾਤਰ ਬਟ ਐਵਰੀ ਟਾਈਮ ਨਹੀਂ ਕੋਈ ਵੀ ਬੰਦਾ ਆਪਣੀ ਇਹ ਤਾਂ ਨਹੀਂ ਹੈ ਕਿ ਸਾਰੀ ਉਮਰ ਜਾਂ ਪੂਰਾ ਸਾਲ ਵੀ ਲੜਦਾ ਹੀ ਰਹਿੰਦਾ ਹੈ ਹਮੇਸ਼ਾ ਹੈਨਾ ਮਤਲਬ ਜ਼ਿਆਦਾਤਰ ਉਹਨਾਂ ਦੇ ਝਗੜੇ ਹੁੰਦੇ ਨੇ ਇਹ ਐਂ ਕਹਿੰਦਾ ਵੀ ਜ਼ਿਆਦਾਤਰ ਉਹਨਾਂ ਦੀ ਲੜਾਈਆਂ ਹੁੰਦੀ ਹੀ ਰਹਿੰਦੀਆਂ ਨੇ ਤਾ ਕਰਕੇ ਵੀ ਆਰਗੂਇੰਗ ਉਹਨਾਂ ਦੀ ਚੱਲਦੀ ਹੀ ਰਹਿੰਦੀ ਹੈ ਤਾਂ ਕਰਕੇ ਇੱਥੇ ਦੇ ਆਰ ਆਲਵੇਜ਼ ਆਰਗੂਇੰਗ ਆਲਵੇਜ਼ ਵਾਲਾ ਮਤਲਬ ਕਿ ਆਈ ਆਲਵੇਜ਼ ਆਈ ਐਮ ਆਲਵੇਜ਼ ਡੂਇੰਗ ਉਹ ਵਾਲਾ ਜਿਹੜਾ ਫਾਰਮੂਲਾ ਇੱਥੇ ਅਪਲਾਈ ਹੋਇਆ ਆਈ ਹੋਪ ਕਿ ਤੁਸੀਂ ਸਮਝ ਗਏ ਕਈ ਵਾਰ ਮੈਨੂੰ ਵੀ ਹੋ ਸਕਦਾ ਹੈ ਕਈ ਵਾਰ ਸਮਝਾਉਂਦੇ ਮੈਂ ਵੀ ਪਜ਼ਲ ਹੋ ਜਾਂਦਾ ਹਨਾ ਦਿਮਾਗ ਦੇ ਵਿੱਚ ਉਰਾਪਰਾ ਲੰਘ ਜਾਂਦਾ ਬਟ ਤੁਸੀਂ ਰੂਲਸ ਜੇਕਰ ਤੁਹਾਡੇ ਯਾਦ ਨੇ ਤਾਂ ਕੋਈ ਗੱਲ ਨਹੀਂ ਤੁਸੀਂ ਆਪਣੇ ਆਪ ਵੀ ਇਹ ਸਭ ਚੀਜ਼ਾਂ ਬਣਾ ਸਕਦੇ ਹੋ ਸੋ ਏ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਫਸਟ ਐਂਡ ਇਸ ਤੋਂ ਅੱਗੇ ਆਪਣੀ ਇਸ ਯੂਨਿਟ ਦੀ ਸੈਕੰਡ ਜਿਹੜੀ ਹੈ ਆਪਣੀ ਐਕਸਰਸਾਈਜ਼ ਆ ਦੇਖੋ ਉਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਪੁੱਟ ਦਾ ਵਰਬਸ ਇੰਟੂ ਦਾ ਕਰੈਕਟ ਫਾਰਮ ਪ੍ਰੈਜ਼ੈਂਟ ਕੰਟੀਨਿਊਸ ਔਰ ਪ੍ਰੈਜ਼ੈਂਟ ਸਿੰਪਲ ਦੇਖੋ ਜਿੰਨੇ ਵੀ ਆਪਣੇ ਸੈਂਟੈਂਸ ਨੇ ਦੇਖੋ ਜਿਵੇਂ ਇਹ ਸੈਂਟੈਂਸ ਹੈ ਦੋ ਦੋ ਨੇ ਏ ਤੇ ਬੀ ਇੱਕ ਇੱਕ ਸੈਂਟੈਂਸ ਦੇ ਵਿੱਚ ਦੋ ਦੋ ਸੈਂਟੈਂਸ ਨੇ ਇਹ ਦੇਖੋ ਬਲੈਂਕ ਛੱਡਿਆ ਗਿਆ ਹੈ ਬਲੈਂਕ ਤੋਂ ਬਾਅਦ ਬ੍ਰੈਕਟ ਦੇ ਵਿੱਚ ਦੇਖੋ ਆਈ ਯੂਸੂਅਲੀ ਗੈਟ ਮਤਲਬ ਕਿ ਬ੍ਰੈਕਟ ਦੇ ਵਿੱਚ ਕੁਝ ਕੁ ਆਪਾਂ ਨੂੰ ਸ਼ਬਦ ਨੇ ਜਿਹੜੇ ਉਹ ਦਿੱਤੇ ਗਏ ਨੇ ਹਰ ਇੱਕ ਬਲੈਂਕ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਬਲੈਂਕ ਤੋਂ ਬਾਹਰ ਜਿਹੜੇ ਸ਼ਬਦ ਬਰੈਕਟ ਦੇ ਵਿੱਚ ਦਿੱਤੇ ਗਏ ਨੇ ਸਬਜੈਕਟ ਪਲੱਸ ਵਰਬ ਦਿੱਤਾ ਗਿਆ ਉਸ ਨੂੰ ਇੱਥੋਂ ਬਰੈਕਟ ਚੋ ਖੋਲ ਕੇ ਆਪਾਂ ਨੇ ਇੱਥੇ ਲਿਖਣਾ ਔਰ ਜਦੋਂ ਆਪਾਂ ਇੱਥੇ ਲਿਖਣਾ ਹੈ ਆਪਾਂ ਇਹ ਦੇਖਣਾ ਕਿ ਪ੍ਰੈਜ਼ੈਂਟ ਕੰਟੀਨਿਊਸ ਬਣੇਗਾ ਜਾਂ ਪ੍ਰੈਜ਼ੈਂਟ ਸਿੰਪਲ ਬਣੇਗਾ ਉਹ ਆਪਾਂ ਨੂੰ ਪਤਾ ਕਿਸ ਤਰ੍ਹਾਂ ਚਲੇਗਾ ਜਦੋਂ ਪੂਰਾ ਸੈਂਟੈਂਸ ਆਪਾਂ ਪੜਾਂਗੇ ਉਸ ਦੀ ਸੈਂਸ ਹੀ ਦੱਸੇਗੀ ਆਪਾਂ ਨੂੰ ਉਹ ਸੈਂਸ ਆਪਾਂ ਨੂੰ ਆਪਾਂ ਨੇ ਰੂਲਸ ਨੇ ਜਿਹੜੇ ਯਾਦ ਕਰਨੇ ਨੇ ਹੈਨਾ ਵੀ ਜੇਕਰ ਕਿਰਿਆ ਚੱਲ ਰਹੀ ਹੈ ਕਿਰਿਆ ਦੀ ਗੱਲ ਹੋ ਰਹੀ ਹੈ ਫਿਰ ਤਾਂ ਪ੍ਰੈਜ਼ੈਂਟ ਕੰਟੀਨਿਊਸ ਬਣਾਵਾਂਗੇ ਜੇਕਰ ਰਿਪੀਟਡ ਐਕਸ਼ਨ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਚੀਜ਼ ਦੇ ਬਾਰੇ ਆਪਾਂ ਜਨਰਲਲੀ ਗੱਲ ਕਰ ਰਹੇ ਹਾਂ ਕੋਈ ਜਾਣਕਾਰੀ ਦੇ ਰਹੇ ਹਾਂ ਫਿਰ ਆਪਾਂ ਪ੍ਰੈਜ਼ੈਂਟ ਸਿੰਪਲ ਬਣਾਵਾਂਗੇ ਉਹ ਸਾਰੇ ਰੂਲਸ ਨੇ ਜਿਹੜੇ ਤੁਹਾਨੂੰ ਯਾਦ ਰੱਖਣੇ ਪੈਣਗੇ ਦੇਖੋ ਜਿੱਦਾਂ ਫਸਟ ਹੈ ਫਸਟ ਦਾ ਏ ਹੈ ਬਲੈਂਕ ਆ ਗਿਆ ਇਹ ਦੇਖੋ ਇਹ ਕੀ ਕਹਿ ਰਿਹਾ ਆਈ ਯੂਸੂਅਲੀ ਗੈਟ ਹੰਗਰੀ ਇਨ ਦਾ ਆਫਟਰਨੂਨ ਦੇਖੋ ਇਹ ਆਫਟਰਨੂਨ ਦੀ ਗੱਲ ਕਰ ਰਿਹਾ ਮਤਲਬ ਇਹ ਭੁੱਖ ਦੀ ਗੱਲ ਕਰ ਰਿਹਾ ਇਹਨੂੰ ਇਸ ਵਕਤ ਭੁੱਖ ਨਹੀਂ ਲੱਗੀ ਇਹ ਸਿਰਫ ਦੱਸ ਰਿਹਾ ਆਪਣਾ ਜਨਰਲੀ ਦੱਸ ਰਿਹਾ ਆਪਾਂ ਨੂੰ ਕਿ ਆਈ ਯੂਸੂਅਲੀ ਗੈਟ ਹੰਗਰੀ ਇਨ ਦਾ ਆਫਟਰਨੂਨ ਵੀ ਆਫਟਰਨੂਨ ਦੇ ਵਿੱਚ ਮੈਂ ਅਕਸਰ ਕੀ ਹੈ ਮੈਨੂੰ ਭੁੱਖ ਲੱਗਦੀ ਹੈ ਮਤਲਬ ਇੱਕ ਤਰ੍ਹਾਂ ਰਿਪੀਟਿਡ ਐਕਸ਼ਨ ਨਾਲ ਉਹ ਬੇਸ਼ੱਕ ਵੀ ਹਰ ਇੱਕ ਆਫਟਰਨੂਨ ਜਦੋਂ ਆਉਂਦੀ ਹੈ ਹਰ ਇੱਕ ਦਿਨ ਦੀ ਮੈਨੂੰ ਆਫਟਰਨੂਨ ਦੇ ਵਿੱਚ ਮੈਨੂੰ ਭੁੱਖ ਲੱਗਦੀ ਹੈ ਤਾਂ ਇਹ ਸਿਰਫ ਜਨਰਲੀ ਦੱਸ ਰਿਹਾ ਕੋਈ ਕੰਟੀਨਿਊ ਕਿਰਿਆ ਨਹੀਂ ਹੋ ਰਹੀ ਇਸ ਨੂੰ ਇਸ ਵਕਤ ਭੁੱਖ ਨਹੀਂ ਲੱਗ ਰਹੀ ਤਾਂ ਆਪਾਂ ਪ੍ਰੈਜ਼ੈਂਟ ਇਨਡੈਫਿਨਿਟ ਬਣਾਵਾਂਗੇ ਤਾਂ ਆਪਾਂ ਕਹਾਂਗੇ ਆਈ ਯੂਸੂਅਲੀ ਇਸ ਤਰ੍ਹਾਂ ਲਿਖਾਂਗੇ ਆਈ ਯੂਸੂਅਲੀ ਜਿਹੜਾ ਗੈਟ ਵਰਬ ਦੀ ਫਾਰਮ ਹੈ ਕਿਉਂਕਿ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚ ਐਸ ਆਈ ਐਸ ਦੇਖਣਾ ਹੁੰਦਾ ਬਟ ਆਈ ਆ ਗਿਆ ਤਾਂ ਗੈਟ ਹੀ ਲੱਗੇਗਾ ਇਸੇ ਤਰ੍ਹਾਂ ਜਿਗਾ ਆਈ ਯੂਸੂਅਲੀ ਗੈਟ ਹੰਗਰੀ ਇਨ ਦਾ ਆਫਟਰਨੂਨ ਬਟ ਬੀ ਦੇਖੋ ਬੀ ਦੇ ਵਿੱਚ ਇਹ ਕੀ ਕਹਿ ਰਿਹਾ ਆਈ ਗੈਟ ਉਦੋਂ ਬਾਅਦ ਹੰਗਰੀ ਆਈ ਗੈਟ ਹੰਗਰੀ ਫੁੱਲ ਸਟਾਪ ਬਟ ਜਿਹੜਾ ਅਗਲਾ ਸੈਂਟੈਂਸ ਹੈ ਉਹ ਆਪਾਂ ਨੂੰ ਦੱਸਦਾ ਪੂਰੀ ਸੈਂਸ ਇਹਦੇ ਵਿੱਚ ਲਿਖਿਆ लेट्स ਗੋ ਐਂਡ ਈਟ ਸਮਥਿੰਗ ਚਲੋ ਕਹਿੰਦਾ ਕੁਝ ਜਾ ਕੇ ਖਾਈਏ ਪਹਿਲਾਂ ਕਹਿ ਰਿਹਾ ਆਈ ਗੈਟ ਹੰਗਰੀ लेट्स ਗੋ and eat something ਚਲੋ ਜਾ ਕੇ ਕੁਝ ਖਾਣੇ ਆ ਇਹਦਾ ਮਤਲਬ ਇਹ ਕਹਿ ਰਿਹਾ ਵੀ ਚਲੋ ਜਾ ਕੇ ਕੁਝ ਖਾਣੇ ਆ ਇਹਦਾ ਮਤਲਬ ਇਸ ਨੂੰ ਭੁੱਖ ਲੱਗ ਰਹੀ ਹੈ ਇਹਦਾ ਮਤਲਬ ਇਹ ਕਹਿ ਰਿਹਾ ਆਈ 겟 ਹੈਂਗਰੀ ਮੈਨੂੰ ਭੁੱਖ ਲੱਗ ਰਹੀ ਹੈ ਇਹਦਾ ਮਤਲਬ ਆਈ ਏਮ ਗੈਟਿੰਗ ਆਈ ਏਮ ਆਈ ਏਮ ਗੈਟਿੰਗ ਹੈਂਗਰੀ ਦੇਖੋ ਪਤਾ ਚੱਲਦਾ ਨਾ ਸੈਂਸ ਸੈਕਿੰਡ ਦੇਖੋ ਇਹ ਇਹ ਕਹਿ ਰਿਹਾ ਯੂ ਲਿਸਨ ਟੂ ਦਾ ਰੇਡੀਓ ਆਪਾਂ ਕਿਸ ਤੋਂ ਕੁਐਸਚਨਿੰਗ ਕਰ ਰਹੇ ਆ ਯੂ ਲਿਸਨ ਟੂ ਦਾ ਰੇਡੀਓ ਹੁਣ ਦੇਖੋ ਇਹ ਦੋ ਚੀਜ਼ਾਂ ਆ ਸਕਦੀਆਂ ਨੇ ਇਹ ਵੀ ਆ ਸਕਦਾ ਹੈ ਕੀ ਤੁਸੀਂ ਰੇਡੀਓ ਸੁਣਦੇ ਹੋ ਜਾਂ ਫਿਰ ਕੀ ਤੁਸੀਂ ਰੇਡੀਓ ਸੁਣ ਰਹੇ ਹੋ ਬਟ ਜਿਹੜਾ ਇਸ ਤੋਂ ਅਗਲਾ ਸੈਂਟੈਂਸ ਹੈ ਸਾਰੀ ਸੈਂਸ ਕਲੀਅਰ ਕਰ ਦਿੰਦਾ ਹੈ ਇਹ ਵਾਲਾ ਆਪਾਂ ਕਿਸੇ ਤੋਂ ਪੁੱਛਿਆ ਯੂ ਲਿਸਨ ਟੂ ਦਾ ਰੇਡੀਓ ਕੁਐਸਚਨ ਮਾਰਕ ਅੱਗੇ ਜਿਸ ਤੋਂ ਆਪਾਂ ਨੇ ਪੁੱਛਿਆ ਉਹ ਕਹਿ ਰਿਹਾ ਹੈ ਕਹਿੰਦਾ ਨਹੀਂ ਨੋ ਯੂ ਕੈਨ ਟਰਨ ਇਟ ਆਫ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਮਤਲਬ ਇਹਦਾ ਮਤਲਬ ਜਿਹੜਾ ਰੇਡੀਓ ਹੈ ਉਹ ਚੱਲ ਰਿਹਾ ਹੈ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਇਹਦਾ ਮਤਲਬ ਰੇਡੀਓ ਚੱਲ ਰਿਹਾ ਹੈ ਤਾਹੀਂ ਉਹ ਕਹਿ ਰਿਹਾ ਵੀ ਨਹੀਂ ਮੈਂ ਨਹੀਂ ਸੁਣ ਰਿਹਾ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਤਾਂ ਇਹਦਾ ਮਤਲਬ ਜਦੋਂ ਰੇਡੀਓ ਚੱਲ ਰਿਹਾ ਹੈ ਤਾਂ ਇਹਦਾ ਮਤਲਬ ਆਪਾਂ ਉਸ ਤੋਂ ਇਹ ਗੱਲ ਪੁੱਛ ਰਹੇ ਹਾਂ ਕੀ ਤੁਸੀਂ ਰੇਡੀਓ ਸੁਣ ਰਹੇ ਹੋ ਤਾਂ ਉਹ ਕਹਿ ਰਿਹਾ ਨਹੀਂ ਮੈਂ ਨਹੀਂ ਸੁਣ ਰਿਹਾ ਬੰਦ ਕਰ ਦਿਓ ਤੁਸੀਂ ਇਸ ਨੂੰ ਸੁਣ ਰਹੇ ਹੋ ਮਤਲਬ ਕਿ ਕੰਟੀਨਿਊ ਹੈ ਇਹਦਾ ਮਤਲਬ ਇੱਥੇ ਹੈਗਾ ਕਿਉਂਕਿ ਆਪਾਂ ਨੇ ਇੰਟੈਰੋਗੇਟਿਵ ਬਣਾਉਣੇ ਕੰਟੀਨਿਊ ਤਾਂ ਇਸ ਦਾ ਮਾਰ ਪਹਿਲਾ ਯੂ ਦੇ ਨਾਲ ਕੀ ਲੱਗੇਗਾ ਆਰ ਯੂ ਲਿਸਨਿੰਗ ਆਰ ਯੂ ਲਿਸਨਿੰਗ ਟੂ ਦਾ ਰੇਡੀਓ ਕਹਿੰਦਾ ਨਹੀਂ ਬੰਦ ਕਰ ਦੋ ਬਟ ਇਸ ਨਾਲ ਦਾ ਬੀ ਦੇਖੋ ਬੀ ਦੇ ਵਿੱਚ ਆਪਾਂ ਸੇਮ ਚੀਜ਼ ਅੱਗੇ ਤਾਂ ਦੇਖੋ ਯੂ ਲਿਸਨ ਟੂ ਦਾ ਰੇਡੀਓ ਅਲੋਟ ਠੀਕ ਹੈ ਬਟ ਅੱਗੇ ਕੀ ਕਹਿ ਰਿਹਾ ਉਹ ਕਹਿੰਦਾ ਨਹੀਂ ਅੱਗੇ ਜਵਾਬ ਦੇ ਰਿਹਾ ਨਹੀਂ ਨਾਟ ਵੈਰੀ ਆਫ ਨਹੀਂ ਕਹਿੰਦਾ ਕੁਝ ਜ਼ਿਆਦਾ ਨਹੀਂ ਹੁਣ ਇਸ ਵਕਤ ਰੇਡੀਓ ਨਹੀਂ ਚੱਲ ਰਿਹਾ ਇਸ ਵਕਤ ਆਪਾਂ ਇਹਦਾ ਮਤਲਬ ਉਸ ਤੋਂ ਸਿਰਫ ਇਹ ਪੁੱਛ ਰਹੇ ਹਾਂ ਕਿ ਤੁਸੀਂ ਰੇਡੀਓ ਬਹੁਤ ਜ਼ਿਆਦਾ ਸੁਣਦੇ ਹੋ ਤੋ ਕਹਿ ਰਿਹਾ ਨਹੀਂ ਕੋਈ ਜ਼ਿਆਦਾ ਨਹੀਂ ਸੁਣਦਾ ਸੁਣਦੇ ਹੋ ਮਤਲਬ ਇੱਥੇ ਪ੍ਰੈਜ਼ੈਂਟ ਇੰਡੈਫਿਨਿਟ ਇੱਥੇ ਆਪਾਂ ਉਸ ਨੂੰ ਜਨਰਲ ਗੱਲ ਕਰ ਰਹੇ ਹਾਂ ਠੀਕ ਹੈ ਰਿਪੀਟਿਡ ਐਕਸ਼ਨ ਕਹਿ ਲੋ ਵੀ ਸ਼ੱਕ ਪੁੱਛ ਰਹੇ ਹਾਂ ਤਾਂ ਯੂ ਲਿਸਨ ਟੂ ਦਾ ਇੰਟੈਰੋਗੇਟਿਵ ਹੈ ਤਾਂ ਯੂ ਤੋਂ ਪਹਿਲਾਂ ਡੂ ਜਾਂ ਡਸ ਤਾਂ ਇੱਥੇ ਆਗਾ ਡੂ ਯੂ ਲਿਸਨ ਦੇਖੋ ਇਹੀ ਆਏਗਾ ਡੂ ਯੂ ਲਿਸਨ ਟੂ ਦਾ ਰੇਡੀਓ ਅੱਗੇ ਦੇਖੋ ਥਰਡ ਦੇਖੋ ਧਿਆਨ ਨਾਲ ਦਾ ਰਿਵਰ ਨੀਲ ਜਿਹੜੀ ਨੀਲ ਨਦੀ ਹੈ ਫਲੋ ਇਨਟੂ ਦਾ ਮੈਡੀਟੇਰੀਅਨ ਮੈਡੀਟੇਰੀਅਨ ਇੱਕ ਸਮੁੰਦਰ ਦਾ ਨਾਮ ਹੈ ਹੁਣ ਇੱਥੇ ਇੱਕ ਜਰਨਲ ਗੱਲ ਹੈ ਜਰਨਲ ਗੱਲ ਲਾ ਲਓ ਜਾਂ ਇੱਕ ਆਪਾਂ ਨੂੰ ਇਹ ਸਚਾਈ ਦੱਸ ਰਹੇ ਹਾਂ ਕਿ ਜਿਹੜੀ ਨੀਲ ਨਦੀ ਹੈ ਉਹ ਮੈਡੀਟੇਰੀਅਨ ਜਿਹੜਾ ਸਮੁੰਦਰ ਹੈ ਇਹਦਾ ਨਾਮ ਲੈਣਾ ਬਹੁਤ ਔਖਾ ਹੈ ਨਾ ਬਸ ਸਪੈਲਿੰਗ ਦੇਖ ਲਓ ਮੈਡੀਟੇਰੀਅਨ ਜਿਹੜਾ ਸਮੁੰਦਰ ਹੈ ਉਸ ਦੇ ਵਿੱਚ ਜਾ ਕੇ ਵਗਦੀ ਹੈ ਮਤਲਬ ਕਿ ਇੱਥੇ ਕੋਈ ਕੰਟੀਨਿਊ ਕਿਰਿਆ ਦੀ ਗੱਲ ਨਹੀਂ ਦੱਸ ਰਿਹਾ ਵੀ ਨਦੀ ਵਗ ਰਹੀ ਹੈ ਨਦੀ ਵਗ ਰਹੀ ਹੈ ਨਹੀਂ ਆਪਾਂ ਸਿਰਫ ਇਹ ਦੱਸ ਰਿਹਾ ਵੀ ਜਿਹੜੀ ਨੀਲ ਨਦੀ ਹੈ ਉਹ ਇਸ ਸਮੁੰਦਰ ਦੇ ਵਿੱਚ ਜਾ ਕੇ ਪੈਂਦੀ ਹੈ ਤਾਂ ਇਹਦਾ ਮਤਲਬ ਇੱਥੇ ਕੀ ਆਏਗਾ ਫਲੋਜ਼ ਕਿਉਂਕਿ ਸਿੰਗੂਲਰ ਹੈ ਦ ਨੀ ਦ ਰਿਵਰ ਨੀਲ ਫਲੋਜ਼ ਜਿਹੜੀ ਨੀਲ ਨਦੀ ਹੈ ਇੰਟੂ ਦਾ ਮੈਡੀਟੇਰੀਅਨ ਬਟ ਅਗਲੇ 'ਚ ਦੇਖੋ ਅਗਲੇ 'ਚ ਕਿੰਨਾ ਫਰਕ ਹੈ ਅਗਲੇ 'ਚ ਹੈਗਾ ਦ ਰਿਵਰ ਫਲੋ ਠੀਕ ਹੈ ਇਤਨਾ ਤੱਕ ਦਾ ਉਹੀ ਹੈ ਦ ਰਿਵਰ ਫਲੋ ਵੈਰੀ ਫਾਸਟ ਟੂਡੇ ਦ ਰਿਵਰ ਫਲੋ ਵੈਰੀ ਫਾਸਟ ਟੂਡੇ ਮਚ ਫਾਸਟਰ ਦੈਨ ਯੂਜਵਲ ਹੁਣ ਆਪਾਂ ਇੱਥੇ ਕੰਪੇਅਰ ਕਰ ਰਹੇ ਹਾਂ ਵੀ ਜਿਹੜੀ ਨਦੀ ਹੈ ਅੱਜ ਬਹੁਤ ਜ਼ਿਆਦਾ ਤੇਜ਼ ਵਗ ਰਹੀ ਹੈ ਅੱਗੇ ਦੇ ਮੁਕਾਬਲੇ ਮਤਲਬ ਇੱਥੇ ਕੰਟੀਨਿਊ ਕਿਰਿਆ ਦੀ ਗੱਲ ਕਰ ਰਹੇ ਹਾਂ ਆਪਾਂ ਇਸ ਵਕਤ ਆਪਾਂ ਨਦੀ ਦੇਖ ਰਹੇ ਹਾਂ ਤਾਂ ਕਹਿ ਰਹੇ ਹਾਂ ਵੀ ਅੱਜ ਨਦੀ ਬਹੁਤ ਤੇਜ਼ ਚੱਲ ਰਹੀ ਹੈ ਅੱਗੇ ਦੇ ਮੁਕਾਬਲੇ ਤਾਂ ਇੱਥੇ ਆਏਗਾ ਇਜ਼ ਫਲੋਇੰਗ ਇਥੇ ਕੰਟੀਨਿਊ ਬਣੇਗਾ देखो फोर्थ ए देखो आई एम नॉट वेरी एक्टिव कहना मैं ज्यादा एक्टिव नहीं हैगा त आगे कह रहा है आई नॉट डू एनी स्पोर्ट आई नॉट डू एनी स्पोर्ट ए दा मतलब कह रहा है कि मैं ज्यादा एक्टिव नहीं हैगा आई नॉट डू एनी स्पोर्ट भी मैं कोई गेम नहीं करता इत्थे ए नहीं इत्थे ए गल थोड़ी होएगी कि मैं यार ज्यादा एक्टिव नहीं हैगा मैं कोई गेम नहीं कर रहा गेम नहीं कर रहा नहीं अपने बारे दस्स रहा है कि मैं कोई भी गेम नहीं करता हां त ए दा मतलब इत्थे आएगा आई ਡੋਨਟ ਡੂ ਐਨੀ ਸਪੋਰਟ ਬਟ ਅਗਲੇ ਦੇ ਵਿੱਚ ਦੇਖੋ ਕਹਿੰਦਾ ਕਿਸ ਤੋਂ ਪੁੱਛ ਰਿਹਾ ਵਾਟ ਯੂ ਯੂਜੂਅਲੀ ਡੂ ਐਟ ਵੀਕਐਂਡ ਇਹ ਵੀ ਦੇਖੋ ਸੇਮ ਚੀਜ਼ ਹੈ ਆਪਾਂ ਇਹ ਪੁੱਛ ਰਹੇ ਹਾਂ ਵਾਟ ਯੂ ਯੂਜੂਅਲੀ ਡੂ ਐਟ ਵੀਕਐਂਡ ਵੀ ਅਕਸਰ ਤੁਸੀਂ ਵੀਕਐਂਡ ਤੇ ਕੀ ਕਰਦੇ ਹੋ ਇਹ ਰਿਪੀਟ ਐਕਸ਼ਨ ਪੁੱਛ ਰਹੇ ਹਾਂ ਵੀ ਆਪਾਂ ਇਹ ਵੀ ਪ੍ਰੈਜ਼ੈਂਟ ਸਿੰਪਲ ਬਣੇਗਾ ਵੀ ਹਰ ਵੀਕਐਂਡ ਤੁਸੀਂ ਕੀ ਕਰਦੇ ਹੋ ਇਹਦਾ ਮਤਲਬ ਇਹ ਵੀ ਆਪਾਂ ਪ੍ਰੈਜ਼ੈਂਟ ਸਿੰਪਲ ਬਣਾਵਾਂਗੇ ਵਾਟ ਡੂ you usually what do you usually do at weekend agla dekho panjma rachel is in new york right now jedi rachel hai oh is waqt new york de vich hai ta agge ki keh reha she stay at the park hotel oh park hotel de vich thahran di gall kari gi hai dekho aap pa kise hotel de vich thairde ho oh permanent hash hundi hai ya temporary ਟੈਂਪਰਰੀ ਹੁੰਦੀ ਹੈ ਨਾ ਤਾਂ ਜਦੋਂ ਟੈਂਪਰਰੀ ਰਹਿਸ਼ ਹੁੰਦੀ ਹੈ ਆਪਾਂ ਕੰਟੀਨਿਊਸ ਬਣਾਉਨੇ ਆ ਤਾਂ ਆਪਾਂ ਕਹਾਂਗੇ ਸ਼ੀ ਇਜ਼ ਸਟੇਇੰਗ ਐਟ ਦ ਪਾਰਕ ਹੋਟਲ ਟੈਂਪਰਰੀ ਤੌਰ ਤੇ ਟਹਿਰੀ ਹੈ ਬੀ ਦੇਖੋ ਬੀ ਦੇ ਵਿੱਚ ਕੀ ਕਹਿ ਰਿਹਾ ਹੈ ਸ਼ੀ ਆਲਵੇਜ਼ ਸਟੇ देयर ਵੈਨ ਸ਼ੀ ਇਜ਼ ਇਨ ਨਿਊਯਾਰਕ ਵੀ ਜਦੋਂ ਉਹ ਨਿਊਯਾਰਕ ਹੁੰਦੀ ਹੈ ਉਹ ਹਮੇਸ਼ਾ ਇਸੇ ਹੋਟਲ ਦੇ ਵਿੱਚ ਠਹਿਰਦੀ ਹੈ ਮਤਲਬ ਐਵਰੀ ਟਾਈਮ ਦੀ ਗੱਲ ਹੋ ਰਹੀ ਹੈ ਇੱਥੇ ਵੀ ਜਦੋਂ ਵੀ ਨਿਊਯਾਰਕ ਜਾਂਦੀ ਹੈ ਐਵਰੀ ਟਾਈਮ ਇਸੇ ਹੋਟਲ ਦੇ ਵਿੱਚ ਠਹਿਰਦੀ ਹੈ ਜਦੋਂ ਐਵਰੀ ਟਾਈਮ ਦੀ ਗੱਲ ਹੁੰਦੀ ਹੈ ਆਪਾਂ ਪ੍ਰੈਜ਼ੈਂਟ ਸਿੰਪਲ ਜਿਹੜਾ ਉਹ ਆਪਾਂ ਬਣਾਉਨੇ ਆ ਤਾਂ ਇਹ ਜਗਾ ਸ਼ੀ ਆਲਵੇਜ਼ ਸਟੇਜ਼ ਕਿਉਂਕਿ ਸ਼ੀ ਹੈ ਤਾਂ ਸਟੇਜ਼ ਸ਼ੀ ਆਲਵੇਜ਼ ਸਟੇਜ਼ देयर ਵੈਨ ਸ਼ੀ ਇਜ਼ ਇਨ ਨਿਊਯਾਰਕ ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਸੈਕੰਡ ਐਂਡ ਅੱਗੇ ਆਪਣੀ ਹੁਣ ਇਸ ਯੂਨਿਟ ਦੀ ਥਰਡ ਜਿਹੜੀ ਆਪਣੀ ਐਕਸਰਸਾਈਜ਼ ਹੈ ਇਹ ਵੀ ਲਗਭਗ ਸੇਮ ਹੀ ਹੈ ਪਿਛਲੀ ਵਾਲੀ ਦੇ ਨਾਲ ਦੀ ਇਸ ਦੇ ਵਿੱਚ ਕੀ ਕਰਨਾ ਹੈ ਪੁੱਟ ਦਾ ਵਰਬਸ ਇਨਟੂ ਦਾ ਕਰੈਕਟ ਫਾਰਮ ਦੇ ਵਿੱਚ ਲਿਖਣਾ ਹੈ ਪ੍ਰੈਜ਼ੈਂਟ ਕੰਟੀਨਿਊਸ ਜਾਂ ਫਿਰ ਪ੍ਰੈਜ਼ੈਂਟ ਸਿੰਪਲ ਸੇਮ ਉਸੇ ਤਰ੍ਹਾਂ ਸੈਂਟੈਂਸ ਹੈਗਾ ਆਪਣੇ ਕੋਲ ਬਲੈਂਕਸ ਹੈ ਬਲੈਂਕ ਤੋਂ ਬਾਅਦ ਬ੍ਰੈਕਟ ਦੇ ਵਿੱਚ ਜੋ ਸ਼ਬਦ ਨੇ ਆਪਾਂ ਨੇ ਬਲੈਂਕ ਦੇ ਇੱਥੇ ਕੱਢ ਕੇ ਲਿਖਨੇ ਨੇ ਔਰ ਸੈਂਟੈਂਸ ਦੀ ਸੈਂਸ ਦੇ ਮੁਤਾਬਕ ਉਹਨਾਂ ਨੂੰ ਜਾਂ ਤਾਂ ਪ੍ਰੈਜ਼ੈਂਟ ਕੰਟੀਨਿਊਸ ਬਣਾਉਣਾ ਹੈ ਜਾਂ ਫਿਰ ਪ੍ਰੈਜ਼ੈਂਟ ਸਿੰਪਲ ਦੇਖੋ ਜਿਸ ਤਰ੍ਹਾਂ ਫਸਟ ਹੈ ਫਸਟ ਦੇ ਵਿੱਚ ਦੇਖੋ ਕੁਐਸਚਨ ਕਰ ਰਹੇ ਆਪਾਂ ਵਾਈ ਆਰ 올 ðiਜ਼ ਪੀਪਲ ਹੇਅਰ ਇਹ ਸਾਰੇ ਲੋਕ ਇੱਥੇ ਕਿਉਂ ਨੇ ਵਾਟ ਹੈਪਨ ਕੀ ਹੋ ਗਿਆ ਹੁਣ ਦੇਖੋ ਜੇਕਰ ਆਪਾਂ ਇੱਥੇ ਪ੍ਰੈਜ਼ੈਂਟ ਇਨਡੈਫਿਨਿਟ ਬਣਾਉਣੀ ਆ ਤਾਂ ਇਹਦਾ ਮਤਲਬ ਬਣ ਜੇਗਾ ਸਾਰੇ ਲੋਕ ਇੱਥੇ ਕਿਉਂ ਨੇ ਵਾਟ ਹੈਪਨਸ ਕੀ ਹੁੰਦਾ ਹੈ ਕੀ ਹੁੰਦਾ ਹੈ ਨਹੀਂ ਆਪਾਂ ਕਹਿੰਦੇ ਕੀ ਹੋ ਰਿਹਾ ਹੈ ਅੱਪਾ ਇਹ ਗੱਲ ਕਹਨੇ ਆ ਨਾ ਵੀ ਸਾਰੇ ਲੋਕ ਇੱਥੇ ਇਕੱਠੇ ਕਿਉਂ ਹੋ ਰਹੇ ਨੇ ਕੀ ਹੋ ਰਿਹਾ ਠੀਕ ਹੈ ਤਾਂ ਆਪਾਂ ਕਹਾਂਗੇ ਵਟ ਵਟ ਇਜ਼ ਹੈਪਨਿੰਗ ਵਟ ਇਜ਼ ਵਟ ਇਜ਼ ਹੈਪਨਿੰਗ ਠੀਕ ਹੈ ਕੁਐਸਚਨ ਮਾਰਕ ਅਗਲਾ ਦੇਖੋ ਸੈਕਿੰਡ ਜੂਲੀਆ ਇਜ਼ ਗੁੱਡ ਐਟ ਲੈਂਗੁਏਜਸ ਜਿਹੜੀ ਜੂਲੀ ਹੈ ਉਹ ਭਾਸ਼ਾਵਾਂ ਦੇ ਵਿੱਚ ਬਹੁਤ ਵਧੀਆ ਹੈ ਸ਼ੀ ਸਪੀਕ ਫੋਰ ਲੈਂਗੁਏਜਸ ਵੈਰੀ ਵੈਲ ਉਹ ਚਾਰ ਭਾਸ਼ਾਵਾਂ ਬਹੁਤ ਵਧੀਆ ਬੋਲਦੀ ਹੈ ਦੇਖੋ ਇੱਥੇ ਆਪਾਂ ਜੂਲੀਆ ਦੇ ਬਾਰੇ ਜਨਰਲ ਗੱਲ ਕਰ ਰਹੇ ਹਾਂ ਇਸ ਵਕਤ ਜੂਲੀਆ ਬੋਲ ਨਹੀਂ ਰਹੀ ਆਪਾਂ ਸਿਰਫ ਦੱਸ ਰਹੇ ਹਾਂ ਕਿ ਜੂਲੀਆ ਲੈਂਗੁਏਜ ਦੇ ਮਾਮਲੇ ਦੇ ਵਿੱਚ ਬਹੁਤ ਵਧੀਆ ਹੈ ਉਹ ਚਾਰ ਭਾਸ਼ਾਵਾਂ ਜਿਹੜੀਆਂ ਉਹ ਬੋਲ ਲੈਂਦੀ ਹੈ ਮਤਲਬ ਕਿ ਆਪਾਂ ਉਸ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ ਠੀਕ ਹੈ ਜਨਰਲ ਗੱਲ ਕਰ ਰਹੇ ਹਾਂ ਤਾਂ ਇੱਥੇ ਆਪਾਂ ਪ੍ਰੈਜ਼ੈਂਟ ਸਿੰਪਲ ਬਣਾਵਾਂਗੇ ਤਾਂ ਇਹ ਬਣੇਗਾ ਸ਼ੀ ਸਪੀਕਸ ਕੰਟੀਨਿਊ ਸਿਰਫ ਉਦੋਂ ਬਣੇਗਾ ਜਦੋਂ ਕਿਰਿਆ ਚੱਲ ਰਹੀ ਹੈ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਦੇਖੋ 3 ਆਰ ਯੂ ਰੈਡੀ ਜੈਟ ਕੀ ਤੁਸੀਂ ਹਜੇ ਤੱਕ ਰੈਡੀ ਨਹੀਂ ਹੋਏ ਅੱਗੇ ਕੀ ਕਹ ਰਿਹਾ एवरीवन वेट फॉर यू ਹੁਣ ਦੇਖੋ ਇਹ ਗੱਲ ਆਪਾਂ ਕਦੋਂ ਕਹਿੰਦੇ ਹੁੰਨੇ ਆ ਆਪਾਂ ਕਹ ਰਿਹਾ ਵੀ ਯਾਰ ਹਜੇ ਤੱਕ ਤੁਸੀਂ ਰੈਡੀ ਨਹੀਂ ਹੋਏ एवरीवन वेट फॉर यू ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਮਤਲਬ ਬਾਹਰ ਲੋਕ ਬੈਠੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਆਪਾਂ ਫੇਰ ਅੱਗੇ ਜਾ ਕੇ ਕਹਿਣਾ ਵੀ ਤੁਸੀਂ ਹਾਲ ਤੱਕ ਰੈਡੀ ਨਹੀਂ ਹੋਏ ਬਾਹਰ ਬੈਠੇ ਲੋਕ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਮਤਲਬ ਕਿ ਕਿਰਿਆ ਕੰਟੀਨਿਊ ਚੱਲ ਰਹੀ ਹੈ ਇੰਤਜ਼ਾਰ ਕਰਨ ਦੀ ਤਾਂ ਕਰਕੇ ਇੱਥੇ ਹੈਗਾ एवरीवन ਐਵਰੀ एवरीवन ਇਜ਼ ਵੇਟਿੰਗ एवरीवन इज ਵੇਟਿੰਗ ਫॉर ਯੂ ਚੌਥਾ ਦੇਖੋ ਆਈ ਹੈਵ ਨੈਵਰ ਹਿਅਰਡ ਦਿਸ ਵਰਡ ਮੈਂ ਕਹਿੰਦਾ ਇਹ ਸ਼ਬਦ ਕਦੇ ਵੀ ਨਹੀਂ ਸੁਣਿਆ ਹਾਓ you pronounce it ਇਸ ਸ਼ਬਦ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੋਨਾਂਸ ਕਰਦੇ ਹੋ ਇਹ ਵੀ ਇੱਕ ਜਰਨਲ ਗੱਲ ਕਰ ਰਹੇ ਹਾਂ ਆਪਾਂ ਕੋਈ ਕੰਟੀਨਿਊ ਕਿਰਿਆ ਨਹੀਂ ਚੱਲ ਰਹੀ ਸਿਰਫ ਇੱਕ ਸ਼ਬਦ ਹੈ ਆਪਣੇ ਸਾਹਮਣੇ ਆਪਾਂ ਨੂੰ ਸ਼ਬਦ ਮਿਲਿਆ ਆਪਾਂ ਕਿਹਾ ਯਾਰ ਵੀ ਮੈਂ ਇਹ ਸ਼ਬਦ ਕਦੇ ਨਹੀਂ ਸੁਣਿਆ ਤੁਸੀਂ ਇਸ ਸ਼ਬਦ ਨੂੰ ਕਿਸ ਤਰ੍ਹਾਂ ਪ੍ਰੋਨਾਂਸ ਕਰਦੇ ਹੋ ਕਿਸ ਤਰ੍ਹਾਂ ਪ੍ਰੋਨਾਂਸ ਕਰ ਰਹੇ ਹੋ ਨਹੀਂ ਕਿਸ ਤਰ੍ਹਾਂ ਪ੍ਰੋਨਾਂਸ ਕਰਦੇ ਹੋ ਆਪਾਂ ਜਾਣਕਾਰੀ ਲੈ ਰਹੇ ਹਾਂ ਤਾਂ ਕਰਕੇ ਹਾਊ ਡੂ ਯੂ ਪ੍ਰੋਨਾਂਸ ਕਿਉਂਕਿ ਇੰਟੈਰੋਗੇਟਿਵ ਹੈ ਹਾਊ ਡੂ ਯੂ ਪ੍ਰੋਨਾਂਊਂਸ ਪੰਜਮਾ ਕੇਟ 낫 ਵਰਕ ਦਿਸ ਵੀਕ ਸ਼ੀ ਇਜ਼ ਔਨ ਹੌਲੀਡੇ ਦੇਖੋ ਇੱਥੇ ਦੇਖੋ ਦਿਸ ਵੀਕ ਆਪਾਂ ਕਹਿ ਰਹੇ ਆਂ ਵੀ ਜਿਹੜੀ ਕੇਟ ਹੈ ਇਸ ਹਫਤੇ ਕੰਮ ਨਹੀਂ ਕਰ ਰਹੀ ਮਤਲਬ ਕਿ ਇਸ ਜਿਹੜੇ ਹਫਤੇ ਦੀ ਆਪਾਂ ਗੱਲ ਕਰ ਰਹੇ ਆਂ ਉਸੇ ਹਫਤੇ 'ਚ ਆਪਾਂ ਬੋਲ ਰਹੇ ਆਂ ਔਰ ਉਹ ਪੂਰਾ ਹਫਤਾ ਜਿਹੜੀ ਕੇਟ ਹੈ ਕੰਮ ਨਹੀਂ ਕਰ ਰਹੀ ਮਤਲਬ ਕਿ ਕੰਟੀਨਿਊਲੀ ਇਹ ਹਫਤਾ ਕੰਮ ਨਹੀਂ ਕਰ ਰਹੀ ਕੇਟ ਇਜ਼ 낫 वर्किंग के इट इज नॉट वर्किंग दिस वीक शिमा आई थिंक माय इंग्लिश इंप्रूव स्लोली है ना इट्स बेटर देन इट वाज ਵੀ ਪਹਿਲਾ ਨਾਲੋਂ ਮੇਰੀ ਇੰਗਲਿਸ਼ ਹੁਣ ਵਧੀ ਹੈ ਔਰ ਅੱਗੇ ਕੀ ਕਹਿ ਰਿਹਾ ਇਹ ਵੀ ਆਈ ਥਿੰਕ ਮੈਨੂੰ ਲੱਗਦਾ ਮੇਰੀ ਜਿਹੜੀ ਇੰਗਲਿਸ਼ ਹੈ ਇੰਪਰੂਵ ਸਲੋਲੀ ਵੀ ਹੌਲੀ ਹੌਲੀ ਮੇਰੀ ਇੰਪਰੂਵ ਜਿਹੜੀ ਮੇਰੀ ਇੰਗਲਿਸ਼ ਹੈ ਲੈਂਗੁਏਜ ਹੈ ਹੌਲੀ ਹੌਲੀ ਉਹ ਇੰਪਰੂਵ ਹੁੰਦੀ ਜਾ ਰਹੀ ਹੈ ਮਤਲਬ ਕਿ ਇੰਪਰੂਵ ਹੋਣ ਦਾ ਜਿਹੜੀ ਕਿਰਿਆ ਹੈ ਉਹ ਕੰਟੀਨਿਊ ਚੱਲ ਰਹੀ ਆ ਹੌਲੀ ਹੌਲੀ ਤਾਂ ਕਰਕੇ ਮਾਈ ਇੰਗਲਿਸ਼ ਇਜ਼ ਇੰਪਰੂਵਿੰਗ ਬਿਲਕੁਲ ਆਸਾਨ ਹੈ ਦੇਖੋ ਤਾਂ ਕਰਕੇ ਆਪਾਂ ਜਿਆਦਾ ਸਮਾਂ ਨਹੀਂ ਲਗਾ ਰਹੇ ਇੰਨੇ ਤੋਂ ਸਮਝ ਆ ਜਾਣਾ ਚਾਹੀਦਾ ਤੁਹਾਡੇ ਹਨ ਅੱਗੇ 7ਵਾਂ ਨਿਕੋਲਾ ਲਿਵ ਇਨ ਮੈਂਚੈਸਟਰ ਸ਼ੀ ਹੈਜ਼ ਨੈਵਰ ਲਿਵਡ ਐਨੀਵਰ ਐਲਸ ਹੋਰ ਕਿਤੇ ਨਹੀਂ ਹੋ ਰਹੀ ਮਤਲਬ ਕਿ ਪਰਮਾਨੈਂਟ ਰੈਸ਼ ਹੈ ਇੱਥੇ ਤਾਂ ਪਰਮਾਨੈਂਟ ਰੈਸ਼ ਹੈ ਨਿਕੋਲਾ ਲਿਵਜ਼ ਸਿੰਪਲ ਬਣਾਵਾਂਗੇ ਪ੍ਰੈਜ਼ੈਂਟ 8ਵਾਂ ਕੈਨ ਵੀ ਸਟਾਪ ਵਾਕਿੰਗ ਸੂਨ ਕੀ ਅਸੀਂ ਥੋੜਾ ਕਹਿੰਦਾ ਮਤਲਬ ਤੁਰੇ ਜਾ ਰਹੇ ਨੇ ਕਹਿੰਦੇ ਵੀ ਆਪਾਂ ਥੋੜਾ ਵਾਕ ਸਟਾਪ ਕਰ ਸਕਦੇ ਆ ਰੁਕ ਸਕਦੇ ਆ ਆਈ ਸਟਾਰਟ ਟੂ ਗੈਟ ਟਾਇਰਡ ਸਟਾਰਟ ਮਤਲਬ ਕਿ ਉਹ ਕਹਿਣਾ ਚਾਹ ਰਿਹਾ ਕਿ ਮੈਂ ਥੱਕਣਾ ਸ਼ੁਰੂ ਹੋ ਗਿਆ ਮਤਲਬ ਕਿ ਕੰਟੀਨਿਊ ਵੀ ਥੱਕਣਾ ਜਿਹੜਾ ਕੰਮ ਹੈ ਸ਼ੁਰੂ ਚੱਲ ਪਿਆ ਵੀ ਮਤਲਬ ਥੱਕ ਰਿਹਾ ਉਹ ਵਾਕ ਕਰਦੇ ਕਰਦੇ ਵੀ ਥੱਕਿਆ ਹੋਊਗਾ ਤਾਂ ਅੱਗੇ ਵੀ ਕਹਿ ਰਿਹਾ ਵੀ ਥੋੜਾ ਤੁਸੀਂ ਠਹਿਰ ਸਕਦੇ ਹੋ ਮੈਂ ਥੱਕਣਾ ਜਿਹੜਾ ਉਹ ਸਟਾਰਟ ਮੇਰਾ ਹੋ ਰਿਹਾ ਤਾਂ ਕੀ ਕਹਿ ਰਿਹਾ ਆਈ ਐਮ ਸਟਾਰਟਿੰਗ ਆਈ ਐਮ ਸਟਾਰਟਿੰਗ ਟੂ ਗੈਟ ਟਾਇਰਡ ਨੋਵਾ ਦੇਖੋ ਸੈਮ ਐਂਡ ਟੀਨਾ ਆਰ ਇਨ ਮੈਡਰਿਡ ਇਹ ਇਹ ਜਗ੍ਹਾ ਦਾ ਨਾਮ ਹੈ ਮੈਡਰਿਡ ਰਾਈਟ ਨਾਓ ਵੀ ਟੀਨਾ ਅਤੇ ਜਿਹੜੇ ਸੈਮ ਨੇ ਇਸ ਜਗ੍ਹਾ ਤੇ ਨੇ ਇਸ ਵਕਤ ਅੱਗੇ ਦੇ ਵਿਜ਼ਿਟ ਅ ਫਰੈਂਡ ਆਫ ਥੇਅਰਸ ਮਤਲਬ ਆਪਣੇ ਫਰੈਂਡ ਕੋਲ ਵਿਜ਼ਿਟ ਕਰ ਰਹੇ ਨੇ ਬਸੋ ਇੱਥੇ ਵੀ ਆਪਾਂ ਕੰਟੀਨਿਊ ਬਣਾਵਾਂਗੇ ਦੇ ਆਰ ਵਿਜ਼ਿਟਿੰਗ ਹੁਣ ਆਪਾਂ ਇਹ ਥੋੜੀ ਕਹਾਂਗੇ ਦੇ ਵਿਜ਼ਿਟਸ ਅ ਫਰੈਂਡ ਆਫ ਥੇਅਰ ਤਾਂ ਉਹਦਾ ਮਤਲਬ ਤਾਂ ਇਹ ਹੋ ਗਿਆ ਆਪਾਂ ਰਿਪੀਟਡ ਐਕਸ਼ਨ ਦੱਸ ਰਹੇ ਹਾਂ ਜੇ ਆਪਾਂ ਇੱਥੇ ਪ੍ਰੈਜ਼ੈਂਟ ਸਿੰਪਲ ਬਣਾ ਦਿੰਦੇ ਚਲੋ ਫਰਜ਼ ਕਰੋ ਹਨਾ ਆਪਾਂ ਕਹਿ ਦਿੰਦੇ ਦੇ ਵਿਜ਼ਿਟ ਕਲਾ ਵਿਜ਼ਿਟ ਆਏਗਾ ਵਿਜ਼ਿਟਸ ਨਹੀਂ ਕਲਾ ਵਿਜ਼ਿਟ ਦੇ ਵਿਜ਼ਿਟ ਅ ਫਰੈਂਡ ਆਫ ਥੇਅਰਸ ਵੀ ਉਹ ਆਪਣੇ ਫਰੈਂਡ ਕੋਲ ਵਿਜ਼ਿਟ ਕਰਦੇ ਹਨ ਤਾਂ ਇਹਦਾ ਮਤਲਬ ਤਾਂ ਇਹ ਬਣ ਜਾਂਦਾ ਵੀ ਆਪਾਂ ਰਿਪੀਟਿਡ ਐਕਸ਼ਨ ਦੱਸਦੇ ਆਂ ਵੀ ਆਪਣੇ ਫਰੈਂਡ ਕੋਲ ਬਾਰ-ਬਾਰ ਵਿਜ਼ਿਟ ਕਰਦੇ ਨੇ ਨਹੀਂ ਆਪਾਂ ਸਿਰਫ ਇਹ ਦੱਸ ਰਹੇ ਆਂ ਵੀ ਇਸ ਵਕਤ ਤਾਂ ਇਸ ਜਗ੍ਹਾ ਤੇ ਨੇ ਬਟ ਬਹੁਤ ਜਲਦੀ ਹੀ ਆਪਣੇ ਦੋਸਤ ਦੇ ਕੋਲ ਪਹੁੰਚ ਕਰ ਰਹੇ ਨੇ ਬਸ ਉੱਥੇ ਜਾ ਰਹੇ ਨੇ ਦੋਸਤ ਦੇ ਕੋਲ ਦਸਵਾਂ ਵਟ ਯੋਰ ਫਾਦਰ ਡੂ ਅੱਗੇ ਉਹ ਜਵਾਬ ਦੇ ਰਿਹਾ ਹੀ ਇਜ਼ ਐਨ ਆਰਕੀਟੈਕ ਵੀ ਉਹ ਆਰਕੀਟੈਕ ਹੈ ਇਹਦਾ ਮਤਲਬ ਆ ਪੁੱਛ ਰਹੇ ਹਾਂ ਤੁਹਾਡੇ ਪਿਤਾ ਕੀ ਕਰਦੇ ਹਨ ਜਨਰਲੀ ਪੁੱਛ ਰਹੇ ਹਾਂ ਆਪਾਂ ਰਿਪੀਟਡ ਐਕਸ਼ਨ ਵੀ ਤੁਹਾਡੇ ਪਿਤਾ ਕੀ ਕੰਮ ਕਰਦੇ ਨੇ ਬਿਲਕੁਲ ਈਜ਼ੀ ਹੈ ਵਟ ਡਸ ਯੋਰ ਫਾਦਰ ਇਨਟੈਰੋਗੇਟਿਵ ਹੈ ਤਾਂ ਡੂ ਤੇ ਡਾਜ਼ ਅੱਗੇ ਲਗਾਵਾਂਗੇ ਯੋਰ ਫਾਦਰ ਸਬਜੈਕਟ ਹੈ ਤਾਂ ਡਾਜ਼ ਲੱਗੇਗਾ ਵਟ ਡਸ ਯੋਰ ਫਾਦਰ ਡੂ ਠੀਕ ਹੈ ਅੱਗੇ ਕੁਐਸਚਨ ਮਾਰਕ 11ਵਾਂ ਇਟ ਟੁਕ ਮੀ ਐਨ ਅਰ ਟੂ ਗੈਟ ਟੂ ਵਰਕ ਦਿਸ ਮਾਰਨਿੰਗ ਵੀ ਇਸ ਮਾਰਨਿੰਗ ਮੈਨੂੰ ਕੰਮ ਤੇ ਜਾਣ ਦੇ ਲਈ ਠੀਕ ਹੈ ਕਿੰਨਾ ਸਮਾਂ ਲੱਗਿਆ 1 ਘੰਟਾ ਲੱਗਿਆ ਮੋਸਟ ਡੇਜ਼ ਇਟ ਨਾਟ ਟੇਕ ਸੋ ਲੌਂਗ ਵੀ ਜ਼ਿਆਦਾਤਰ ਮੋਸਟ ਡੇਜ਼ ਇੰਨਾ ਸਮਾਂ ਜਿਹੜਾ ਉਹ ਕੰਮ ਤੇ ਜਾਣ ਦੇ ਲਈ ਮੈਨੂੰ ਨਹੀਂ ਲੱਗਦਾ ਸਿਰਫ ਇਹ ਵੀ ਇੱਥੇ ਜਾਣਕਾਰੀ ਦੇ ਰਿਹਾ ਆਪਾਂ ਇਹ ਥੋੜੀ ਕਹਿ ਰਹੇ ਆ ਵੀ ਮੋਸਟ ਡੇਜ਼ ਵੀ ਜ਼ਿਆਦਾਤਰ ਦਿਨਾਂ ਦੇ ਵਿੱਚ ਮੈਨੂੰ ਇੰਨਾ ਸਮਾਂ ਨਹੀਂ ਲੱਗ ਰਿਹਾ ਹੈ ਨਹੀਂ ਲੱਗ ਰਿਹਾ ਹੈ ਨਹੀਂ ਸਿਰਫ ਦੱਸ ਰਿਹਾ ਵੀ ਮੋਸਟ ਡੇਜ਼ ਇਟ ਨਾਟ ਟੇਕ ਸੋ ਲੌਂਗ ਵੀ ਇੰਨਾ ਸਮਾਂ ਜ਼ਿਆਦਾਤਰ ਦਿਨਾਂ ਦੇ ਵਿੱਚ ਇੰਨਾ ਸਮਾਂ ਮੈਨੂੰ ਨਹੀਂ ਲੱਗਦਾ ਤਾਂ ਕਰਕੇ ਮੋਸਟ ਡੇਜ਼ ਇਟ ਕਿਉਂਕਿ ਇਟ ਹੈ ਤਾਂ ਡਸਨਟ ਇਟ ਡਸਨਟ ਟੇਕ ਇਟ ਡਸਨਟ ਟੇਕ ਲਾਸਟ ਦੇਖੋ ਆਈ ਠੀਕ ਹੈ ਇਹ ਆਈ ਪਹਿਲੀ ਲਗਾਤਾ ਇੱਥੇ ਚਲੋ ਇਹੀ ਆਈ ਹੈ ਇੱਥੇ ਮੰਨ ਲਓ ਨਹੀਂ ਹੈਗਾ ਆਈ ਲਰਨ ਟੂ ਡਰਾਈਵ ਠੀਕ ਹੈ ਹੁਣ ਇੱਥੇ ਆਈ ਲਰਨ ਟੂ ਡਰਾਈਵ ਵੀ ਆ ਸਕਦਾ ਮੈਂ ਡਰਾਈਵ ਸਿੱਖਦਾ ਹਾਂ ਜਾਂ ਆਈ ਏਮ ਲਰਨਿੰਗ ਮੈਂ ਡਰਾਈਵ ਸਿੱਖ ਰਿਹਾ ਹਾਂ ਬਟ ਇਸ ਚੀਜ਼ ਤੋਂ ਪਤਾ ਲੱਗਦਾ ਇਹ ਕਹਿ ਰਿਹਾ ਮਾਈ ਡਰਾਈਵਿੰਗ ਟੈਸਟ ਇਜ਼ ਨੈਕਸਟ ਮੰਥ ਮੇਰਾ ਡਰਾਈਵਿੰਗ ਟੈਸਟ ਅਗਲੇ ਮੰਥ ਹੈ ਤਾਂ ਇਹਦਾ ਮਤਲਬ ਉਹ ਲਰਨ ਮਤਲਬ ਡਰਾਈਵ ਸਿੱਖ ਰਿਹਾ ਹੈ ਤਾਂ ਇਹਦਾ ਮਤਲਬ ਇਹ ਕਹਿ ਰਿਹਾ ਆਈ ਏਮ ਆਈ ਏਮ ਲਰਨਿੰਗ ਸੋਰੀ ਆਈ ਏਮ ਲਰਨਿੰਗ ਡਰਾਈਵਿੰਗ ਔਰ ਉਸ ਤੋਂ ਕੀ ਕਹਿ ਰਿਹਾ ਮਾਈ ਫਾਦਰ ਟੀਚ ਮੀ ਵੀ ਮੈਂ ਸਿੱਖ ਰਿਹਾ ਮੇਰੇ ਪਿਤਾ ਮੈਨੂੰ ਸਿਖਾ ਰਹੇ ਹਨ ਮਾਈ ਫਾਦਰ ਇਜ਼ ਟੀਚਿੰਗ ਮੀ ਮਾਈ ਫਾਦਰ ਇਜ਼ ਟੀਚਿੰਗ ਮੀ ਬਿਲਕੁਲ ਆਸਾਨ ਹੈ ਸੈਂਸੇ ਸਮਝਣੀ ਹੈ ਸਿਰਫ ਸੋ ਏਸੀ ਆਪਣੀ ਇਸ ਯੂਨਟ ਦਾ ਆਪਣਾ ਜਿਹੜੀ ਆਪਣੀ ਐਕਸਰਸਾਈਜ਼ ਥਰਡ ਐਂਡ ਹੁਣ ਆਪਣੀ ਇਸ ਯੂਨਟ ਦੀ ਲਾਸਟ ਜਿਹੜੀ ਆਪਣੀ ਐਕਸਰਸਾਈਜ਼ ਹੈ ਉਹ ਆਪਾਂ ਕਰਦੇ ਹਾਂ ਵੈਸੇ ਪਹਿਲਾਂ ਤਾਂ ਮੇਰਾ ਮਨ ਕਰਿਆ ਸੀ ਕਿ ਆਪਾਂ ਇਹ ਛੱਡ ਹੀ ਦੇਈਏ ਬਿਲਕੁਲ ਆਸਾਨ ਹੈ ਇੱਡੀ ਕੋਈ ਖਾਸ ਗੱਲ ਨਹੀਂ ਹੈਗੀ ਠੀਕ ਹੈ ਤੇ ਚਲੋ ਬਾਦ ਵਿੱਚ ਸੋਚਿਆ ਚਲੋ ਕਰ ਲੈਂਦੇ ਆ ਕਿਉਂਕਿ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਬਹੁਤ ਲੰਬੀ ਆਪਣੀ ਐਕਸਰਸਾਈਜ਼ ਹੋ ਜਾਂਦੀ ਹੈ ਹਨਾ ਬਾਰ ਬਾਰ ਲਿਖਣਾ ਬੋਰਡ ਦੇ ਉੱਪਰ ਬਾਰ ਬਾਰ ਲਿਖਣਾ ਫਿਰ ਉਸ ਨੂੰ ਮਨਟੇਨ ਆ ਫਿਰ ਵੀਡੀਓ ਬਣਾਉਣੀ ਹਨਾ ਤਾਂ ਗਲਾ ਜਿਹੜਾ ਹੋ ਉਸ ਦਾ ਸਤਿਆਨਾਸ਼ ਹੋ ਜਾਂਦਾ ਬਿਲਕੁਲ ਚਲੋ ਫਿਰ ਵੀ ਆਪਾਂ ਇਸ ਨੂੰ ਕਰਦੇ ਆ ਦੇਖੋ ਬਿਲਕੁਲ ਆਸਾਨ ਹੈ ਕਰਨਾ ਕੀ ਹੈ ਫਿਨਿਸ਼ 20 ਸੈਂਟੈਂਸ ਯੂਜ਼ ਆਲਵੇਜ਼ ਆਈ ਐਨ ਜੀ ਬਸ ਸਿਰਫ ਆਹੀ ਸਟਰਕਚਰ ਯੂਜ਼ ਕਰਨਾ ਹੈ ਆਲਵੇਜ਼ ਆਈ ਐਨ ਜੀ ਜਿਹੜਾ ਆਪਾਂ ਅਸ ਅਪਾ ਕੀਤਾ ਸੀ ਰੂਲਸ ਉਸ ਦੇ ਵਿੱਚ ਸਭ ਤੋਂ ਲਾਸਟ ਵਾਲਾ ਨਹੀਂ ਆਪਾਂ ਕੀਤਾ ਸੀ ਆਈ ਆਲਵੇਸ ਡੂ ਆਈ ਐਮ ਆਲਵੇਸ ਡੂਇੰਗ ਉਸ ਦੇ ਵਿੱਚ ਜਿਹੜਾ ਆਈ ਐਮ ਆਲਵੇਸ ਡੂਇੰਗ ਪ੍ਰੈਜ਼ੈਂਟ ਕੰਟੀਨਿਊਸ ਵਾਲਾ ਸੀ ਉਹ ਫਾਰਮੂਲਾ ਇਸ ਦੇ ਵਿੱਚ ਸਾਰਾ ਯੂਜ਼ ਕਰਨਾ ਹੈ ਜਿਹੜੇ ਇੱਥੇ ਨੀਲੇ ਇਹਦੇ ਵਿੱਚ ਇਹ ਆਪਾਂ ਕੰਪਲੀਟ ਕਰ ਦਿੱਤੇ ਨੇ ਠੀਕ ਹੈ ਮੈਂ ਪਹਿਲਾਂ ਤੂੰ ਕੰਪਲੀਟ ਕਰ ਦਿੱਤੇ ਨੇ ਬਟ ਕਰੇ ਕਿਸ ਤਰ੍ਹਾਂ ਨੇ ਉਹ ਮੈਂ ਤੁਹਾਨੂੰ ਸਮਝਾਉਣਾ ਦੇਖੋ ਸਭ ਤੋਂ ਪਹਿਲਾਂ ਤਾਂ ਪੱਕੀ ਕਰਨਾ ਹੈ ਇਹਨਾਂ ਨੇ ਆਪਾਂ ਨੂੰ ਕਿਹਾ ਹੈ ਤੁਸੀਂ ਨੇ ਪੜ੍ਹਨਾ ਹੈ ਤੁਸੀਂ ਨੇ ਇਹ ਵਾਲਾ ਏ ਹੈ ਜਿਹੜਾ ਏ ਵਾਲਾ ਪੂਰੀ ਸਿਚੁਏਸ਼ਨ ਪੜਨੀ ਹੈ ਔਰ ਪੂਰੀ ਸਿਚੁਏਸ਼ਨ ਪੜ ਕੇ ਉਸ ਤੋਂ ਬਾਅਦ ਤੁਸੀਂ ਨੇ ਅਗਲਾ ਸੈਂਟੈਂਸ ਜਿਹੜਾ ਬੀ ਵਾਲਾ ਕੰਪਲੀਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੇ ਸਬਜੈਕਟ ਲਗਾਉਣਾ ਹੈ ਜਦੋਂ ਬੀ ਵਾਲਾ ਕੰਪਲੀਟ ਕਰੋਗੇ ਸਬਜੈਕਟ ਉਹ ਲਗਾਉਗੇ ਜਿਸ ਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਆਪਾਂ ਨੂੰ ਸੈਂਟੈਂਸ ਦੇ ਵਿੱਚ ਹੀ ਦੱਸਿਆ ਹੋਏਗਾ ਠੀਕ ਹੈ ਉਸ ਤੋਂ ਬਾਅਦ ਇਹ ਸਬਜੈਕਟ ਦੇ ਨਾਲ ਇਜ਼ ਐਮ ਆਰ ਚੋ ਇੱਕ ਲੱਗੇਗਾ ਉਸ ਤੋਂ ਬਾਅਦ ਆਲਵੇਜ਼ ਲਗਾਉਣਾ ਹੀ ਲਗਾਉਣਾ ਜਿਹੜੀ ਵਰਬ ਦੀ ਫਾਰਮ ਵਰਬ ਦੀ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਲਗਾਉਣਾ ਹੈ ਉਹ ਆਪਾਂ ਜਿਹੜਾ ਉੱਪਰਲਾ ਇਹਨਾਂ ਨੇ ਏ ਵਾਲਾ ਪਾਰਟ ਦਿੱਤਾ ਹੈ ਉਸ ਦੇ ਵਿੱਚ ਜਿਹੜੀ ਮੇਨ ਵਰਬ ਹੋਏਗੀ ਉਸ ਵਰਬ ਦੇ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਲਗਾਵਾਂਗੇ ਐਂਡ ਉਸ ਤੋਂ ਬਾਅਦ ਜਿਹੜਾ ਉਸੇ ਸੈਂਟੈਂਸ ਦੇ ਵਿੱਚ ਅੱਗੇ ਬਚ ਜਾਈਗਾ ਕੁਝ ਉਹ ਸਾਰਾ ਇੱਥੇ ਲਿਖ ਦਾਂਗੇ ਮੈਂ ਤੁਹਾਨੂੰ ਕਰਕੇ ਦੱਸਾਂਗਾ ਇਸ ਤਰ੍ਹਾਂ ਜਿਸ ਤਰ੍ਹਾਂ ਮੰਨ ਲਓ ਫਰਸਟ ਸੈਂਟੈਂਸ ਤੇ ਦੇਖੋ ਇਹ ਫਰਸਟ ਸੈਂਟੈਂਸ ਏ ਕਹਿ ਰਿਹਾ ਹੈ ਕਹਿੰਦਾ ਆਈ ਹੈਵ ਲੌਸਟ ਮਾਈ ਕੀਜ਼ ਅਗੇਨ ਕਹਿੰਦਾ ਮੈਂ ਆਪਣੀਆਂ ਚਾਬੀਆਂ ਦੁਬਾਰੇ ਫੇਰ ਭੁੱਲ ਗਿਆ ਦੇਖੋ ਇਸ ਦੇ ਵਿੱਚ ਮੇਨ ਵਰਬ ਜਿਹੜੀ ਕੀ ਹੈ ਮੇਨ ਵਰਬ ਮੇਨ ਕਿਰਿਆ ਕਿਹੜੀ ਹੋ ਰਹੀ ਹੈ ਭੁੱਲਣ ਦੀ ਕਿਰਿਆ ਹੋ ਰਹੀ ਹੈ ਲੋਸਟ ਦੀ ਠੀਕ ਹੈ ਇਹੀ ਹੋਈ ਹੈ ਨਾ ਇਹ ਮੇਨ ਵਰਬ ਹੈ ਤਾਂ ਇਹ ਜਿਹੜੀ ਵਰਬ ਆਪਾਂ ਇਹ ਲਵਾਂਗੇ ਲੋਸਟ ਹੁਣ ਦੇਖੋ ਨੀਚੇ ਕਹ ਰਿਹਾ ਨਾਟ ਅਗੇਨ ਬੀ ਕਹ ਰਿਹਾ ਬੀ ਹੁਣ ਬੀ ਆ ਜਿਹੜਾ ਏਸ ਨੂੰ ਕਹ ਰਿਹਾ ਪਹਿਲਾਂ ਏ ਨੇ ਪਹਿਲਾਂ ਏ ਨੇ ਖੁਦ ਕਿਹਾ ਆਪਦੇ ਬਾਰੇ ਕਹਿੰਦਾ ਯਾਰ ਮੈਂ ਆਪਦੀਆਂ ਚਾਬੀਆਂ ਫੇਰ ਘਰੇ ਭੁੱਲ ਗਿਆ ਤਾਂ ਹੁਣ ਬੀ ਆ ਜਿਹੜਾ ਬੀ ਹੁਣ ਏ ਨੂੰ ਕਹੂਗਾ not again ਕਹਿੰਦਾ ਅਗੇਨ ਨਹੀਂ ਤੂੰ ਕਹਿੰਦਾ ਆਲਵੇਜ਼ ਚਾਬੀਆਂ ਘਰੇ ਭੁੱਲਿਆਉਣਾ ਤੂੰ ਤਾਂ ਯੂ ਤੋਂ ਸ਼ੁਰੂ ਹੋਊਗਾ ਤਾਂ ਸਬਜੈਕਟ ਦੇਖੋ ਯੂ ਹੋਊਗਾ ਯੂ ਹੀ ਹੋਊਗਾ ਨਾ ਆਪਾਂ ਇਹੀ ਕਹਾਂਗੇ ਨਾ ਏ ਨੂੰ ਏ ਕਹਿੰਦਾ ਯਾਰ ਮੈਂ ਚਾਬੀਆਂ ਦੁਵਾਰੇ ਘਰੇ ਭੁੱਲਿਆ ਆ ਤਾਂ ਬੀ ਉਸ ਨੂੰ ਕਹਿੰਦਾ ਉਸਦਾ ਦੋਸਤ ਕਹਿੰਦਾ ਅਗੇਨ ਨਹੀਂ ਤੂੰ ਕਹਿੰਦਾ ਆਲਵੇਜ਼ ਐਂ ਕਰਦਾ ਯਾਰ ਠੀਕ ਹੈ ਤਾਂ ਯੂ ਤੋਂ ਯੂ ਦੇ ਨਾਲ ਆਰ ਆ ਗਿਆ ਤਾਂ ਆਰ ਆ ਗਿਆ ਯੂ ਆਰ ਫਿਰ ਆਲਵੇਜ਼ ਉਸ ਤੋਂ ਬਾਅਦ ਲੌਸਟ ਹੈ ਤਾਂ ਵਰਬ ਦੀ ਫਰਸਟ ਫਾਰਮ ਇਸ ਦੀ ਕੀ ਹੈ ਲੂਜ਼ ਤਾਂ ਲੂਜ਼ਿੰਗ ਲੂਜ਼ਿੰਗ ਉਸ ਤੋਂ ਬਾਅਦ ਲੂਜ਼ਿੰਗ ਯੋਰ ਕੀਜ਼ ਇਸਨੇ ਮਾਈ ਕੀਜ਼ ਕਿਹਾ ਸੀ ਇਸਨੇ ਕਿਹਾ ਤੀ ਮੈਂ ਮੇਰੀਆਂ ਚਾਬੀਆਂ ਆਪਾਂ ਉਸ ਨੂੰ ਕੀ ਕਹਾਂਗੇ ਤੇਰੀਆਂ ਚਾਬੀਆਂ ਤਾਂ ਯੋਰ ਕੀਜ਼ ਕਹਾਂਗੇ ਆਪਾਂ ਉੱਥੇ ਠੀਕ ਹੈ ਮਾਈ ਦਾ ਯੋਰ ਬਣ ਜੇਗਾ ਯੋਰ ਕੀਜ਼ ਇਸੇ ਤਰ੍ਹਾਂ ਜਿਵੇਂ ਸੈਕੰਡ ਹੈ ਇਹ ਕਹਿ ਰਿਹਾ ਹੈ ਦ ਕਾਰ ਹੈਜ਼ ਬ੍ਰੋਕਨ ਡਾਊਨ ਅਗੇਨ ਕਹਿੰਦਾ ਜਿਹੜੀ ਕਾਰ ਆ ਯਾਰ ਦੁਬਾਰੇ ਫੇਰ ਖਰਾਬ ਹੋ ਗਈ ਤਾਂ ਬੀ ਕਹਿੰਦਾ ਦੈਟ ਕਾਰ ਇਜ਼ ਯੂਸਲੈਸ ਯਾਰ ਇਹ ਕਾਰ ਤਾਂ ਕਹਿੰਦਾ ਬਿਲਕੁਲ ਬੇਕਾਰ ਹੈ ਹੁਣ ਗੱਲ ਹੋ ਰਹੀ ਐ ਕਾਰ ਦੀ ਉਹ ਏ ਐ ਜਿਹੜਾ ਆਪਦੀ ਗੱਲ ਨਹੀਂ ਕਰ ਰਿਆ ਕਾਰ ਦੀ ਗੱਲ ਹੋ ਰਹੀ ਐ ਹੁਣ ਕਾਰ ਦੇ ਲਈ ਆਪਾਂ ਸਬਜੈਕਟ ਕਿਹੜਾ ਯੂਜ਼ ਕਰਾਂਗੇ ਇਟ ਤਾਂ ਕਾਰ ਦੇ ਲਈ ਇਟ ਆ ਗਿਆ ਇਟ ਦੇ ਨਾਲ ਆਪਾਂ ਇਜ਼ ਲਗਾਤਾ ਉਸ ਤੋਂ ਬਾਅਦ ਆਲਵੇਜ਼ ਆਏਗਾ ਹੀ ਆਏਗਾ ਹੁਣ ਇੱਥੇ ਮੇਨ ਵਰਬ ਕੀ ਸੀ ਦ ਕਾਰ ਹੈਜ਼ ਬਰੋਕਨ ਡਾਊਨ ਅਗੇਨ ਬਰੋਕਨ ਡਾਊਨ ਮਤਲਬ ਕਿ ਫਰਸਟ ਫਾਰਮ ਬ੍ਰੇਕ ਦ ਬ੍ਰੇਕ ਦੇ ਨਾਲ ਆਪਾਂ ਬ੍ਰੇਕਿੰਗ ਲਗਾਤਾ ਉਸ ਤੋਂ ਬਾਅਦ ਡਾਊਨ ਬਚ ਗਿਆ ਬਾਕੀ ਤਾਂ ਬੱਸ ਡਾਊਨ ਠੀਕ ਐ ਅਗੇਨ ਦੀ ਤਾਂ ਅੱਗੇ ਲੋੜ ਨਹੀਂ ਹੈਗੀ ਅਗੇਨ ਤਾਂ ਇਹਨੇ ਆਪ ਨੂੰ ਸਮਝਾਉਣ ਵਾਸਤੇ ਲਾਇਆ ਵੀ ਆ ਚੀਜ਼ ਅਗੇਨ ਹੋ ਗਈ ਤਾਂ ਆਪਾਂ ਉਸ ਨੂੰ ਅੱਗੇ ਕਹਿ ਰਹੇ ਆ ਵੀ ਵੀ ਅਗੇਨ ਨਹੀਂ ਹੋਈ ਹਮੇਸ਼ਾ ਹੀ ਹੁੰਦੀ ਹੈ ਤਾਂ ਅੱਗੇ ਦੇਖੋ 3 ਇਹ ਕਹਿ ਰਿਹਾ ਹੈ ਕਹਿੰਦਾ ਲੁੱਕ ਯੂ ਹੈਵ ਮੇਡ ਦ ਸੇਮ ਮਿਸਟੇਕ ਅਗੇਨ ਕਹਿੰਦਾ ਤੁਸੀਂ ਨੇ ਸੇਮ ਮਿਸਟੇਕ ਦੁਬਾਰੇ ਕੀਤੀ ਹੈ ਹੁਣ ਏ ਆ ਜਿਹੜਾ ਉਹ ਬੀ ਨੂੰ ਕਹਿ ਰਿਹਾ ਡਾਇਰੈਕਟ ਬੀ ਨੂੰ ਹੁਣ ਬੀ ਦੀ ਮਿਸਟੇਕ ਗਿਨੈ ਰਿਹਾ ਮੰਨ ਲਓ ਆਪਾਂ ਬੀ ਆ ਤਾਂ ਏ ਆਪਾਂ ਨੂੰ ਕਹਿ ਰਿਹਾ ਕਹਿੰਦਾ ਦੇਖੋ ਤੁਸੀਂ ਨੇ ਕਹਿੰਦੇ ਦੁਬਾਰਾ ਫੇਰ ਉਹੀ ਮਿਸਟੇਕ ਕੀਤੀ ਹੈ ਮਤਲਬ ਕਿ ਮਿਸਟੇਕ ਕੀਤੀ ਹੈ ਮੈਂ ਜਿਹੜੀ ਵਰਬ ਹੈ ਉਹ ਮੇਡ ਮਤਲਬ ਮੇਕ ਹੁਣ ਆਪਾਂ ਨੂੰ ਕਹਿ ਰਿਹਾ ਇਹ ਕਹਿੰਦਾ ਯੂ ਹੈਵ ਮੇਡ ਦਾ ਸੇਮ ਮਿਸਟੇਕ ਅਗੇਨ ਕਹਿੰਦਾ ਤੁਸੀਂ ਸੇਮ ਮਿਸਟੇਕ ਦੁਬਾਰੇ ਫੇਰ ਕੀਤੀ ਹੈ ਹੁਣ ਆਪਾਂ ਕਹਾਂਗੇ ਵੀ ਦੁਬਾਰੇ ਨਹੀਂ ਮੈਂ ਤਾਂ ਯਾਰ ਹੁਣ ਆਪਾਂ ਆਪਣੇ ਆਪ ਨੂੰ ਕਹਾਂਗੇ ਵੀ ਮੈਂ ਤਾਂ ਯਾਰ ਆਲਵੇਜ਼ ਇਹ ਮਿਸਟੇਕ ਕਰਦਾ ਰਹਿਣਾ ਦੇਖੋ ਤਾਂ ਆਪਾਂ ਕਹਾਂ ਉਹ ਨੋ ਨਾਟ ਅਗੇਨ ਕਹਿੰਦਾ ਅਗੇਨ ਨਹੀਂ ਮੈਂ ਤਾਂ ਕਹਿੰਦਾ ਆਲਵੇਜ਼ ਮਿਸਟੇਕ ਕਰਦਾ ਰਹਿਣਾ ਤਾਂ ਆਈ ਆ ਗਿਆ ਆਪਾਂ ਆਪਾਂ ਨੂੰ ਕਹਿੰ ਆਈ ਨਾ ਐਮ ਆਈ ਐਮ ਆਲਵੇਜ਼ ਮੇਕ ਦੀ ਮੇਕਿੰਗ ਆਈ ਐਮ ਆਲਵੇਜ਼ ਮੇਕਿੰਗ ਦ ਸੇਮ ਮਿਸਟੇਕ ਦ ਸੇਮ ਮਿਸਟੇਕ ਮੈਂ ਤਾਂ ਸੇਮ ਮਿਸਟੇਕਾਂ ਦਾ ਕਰਦਾ ਹੀ ਰਹਿਣਾ ਚੌਥਾ ਦੇਖੋ ਏ ਕਹਿ ਰਿਹਾ ਉਹ ਆਈ ਹੈਵ ਲੇਫਟ ਮਾਈ ਫੋਨ ਹੋਮ ਅਗੇਨ ਹੁਣ ਜਿਹੜਾ ਏ ਐ ਆਪਣੇ ਬਾਰੇ ਖੁਦ ਨੂੰ ਆਪਣੇ ਬਾਰੇ ਕਹਿ ਰਿਹਾ ਕਹਿੰਦਾ ਯਾਰ ਮੈਂ ਆਪਣਾ ਫੋਨ ਦੁਬਾਰੇ ਫੇਰ ਘਰ ਭੁੱਲਾ ਆ ਹੁਣ ਆਪਾਂ ਉਸ ਨੂੰ ਕਹਿ ਰਿਹਾ ਟਿਪਿਕਲੀ ਹੁਣ ਆਪਾਂ ਉਸ ਨੂੰ ਕਹਿ ਰਹੇ ਆਂ ਵੀ ਅਗੇਨ ਨਹੀਂ ਤੂੰ ਤਾਂ ਯਾਰ ਹਮੇਸ਼ਾ ਭੁੱਲਦਾ ਰਹਿੰਦਾ ਹੈ ਹੁਣ ਆਪਾਂ ਫੇਰ یوں ਕਹਾਂਗੇ ਯੂ ਤਾਂ ਵਰਬ ਦੀ ਮੇਨ ਫਾਰਮ ਹੈ ਇੱਥੇ ਲੈਫਟ ਮਤਲਬ ਕਿ ਲੈਫਟ ਮਤਲਬ ਕਿ ਫਾਰਮ ਲੀਵ ਲੀਵ ਦੀ ਲੈਫਟ ਤਾਂ ਆਪਾਂ ਉਸ ਨੂੰ ਕਹਿ ਰਹੇ ਆਂ ਯੂ ਆਰ ਆਲਵੇਜ਼ ਲੈਫਟ ਤਾਂ ਆਪਾਂ ਲੀਵਿੰਗ ਯੂ ਆਰ ਆਲਵੇਜ਼ ਲੀਵਿੰਗ ਇੱਥੇ ਮਾਈ ਫੋਨ ਕਿਹਾ ਆਪਾਂ ਯੋਰ ਫੋਨ ਕਰ ਦਾਂਗੇ ਯੋਰ ਫੋਨ ਯੋਰ ਫੋਨ ਐਟ ਹੋਮ ਠੀਕ ਹੈ ਯੂ ਆਰ ਆਲਵੇਜ਼ ਲੀਵਿੰਗ ਯੋਰ ਫੋਨ ਐਟ ਹੋਮ ਠੀਕ ਹੈ ਇੱਥੇ ਵੀ ਸ਼ਾਇਦ ਐਟ ਆਏਗਾ ਆਈ ਹੋਪ ਕਿ ਜੀ ਸਮਝ ਆ ਗਈ ਹੋਣੀ ਬਸ ਇਹ ਤਾਂ ਤੁਸੀਂ ਬਣਾਉਂਗੇ ਇਹ ਤੁਹਾਨੂੰ ਬਣਾ ਕੇ ਪਤਾ ਚੱਲ ਜਾਏਗਾ ਬਿਲਕੁਲ ਈਜ਼ੀ ਹੈ ਮੇਨ ਤਾਂ ਜਿਹੜਾ ਮੇਨ ਕੰਮ ਸਮਝਣਾ ਇਹਨਾਂ ਵਿੱਚ ਕੰਟੀਨਿਊਸ ਤੇ ਪ੍ਰੈਜ਼ੈਂਟ ਇਨਡੈਫਿਨਿਟ ਦੇ ਵਿੱਚ ਫਰਕ ਹੈ ਜਿਹੜਾ ਉਹ ਹੈ ਸੋ ਏ ਸੀ ਆਪਣੀ ਯੂਨਿਟ ਨੰਬਰ 3rd ਆਈ ਹੋਪ ਕਿ ਤੁਹਾਨੂੰ ਸਮਝ ਆਈ ਹੋਣੀ ਅੱਗੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਠੀਕ ਹੈ ਔਰ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ